ਅਗਰ ਫਿਰ ਵੀ ਉਸੇ ਸ਼ੇਰ ਸੁੱਤੇ ਰਹਿੰਦੇ ਆ ਗਈ ਉਹਨਾਂ ਉੱਤੇ ਬਹਿੰਦੇ ਉਹ ਵੀ ਕੁਛ ਨਹੀਂ ਕਹਿੰਦੇ ਬਿੰਦੇ ਬਿੰਦੇ ਸ਼ੇਰ ਦੇ ਰਿਸ਼ੀ ਦੇ ਦੁਆਰੇ ਤੇ ਫਿਰਨ ਫਿਰ ਦੇ ਚਰਨ ਵਾਲਾ ਹੱਥ ਚੋ ਫੜਨ ਨਹੀਂ ਦੇਵਦੇ ਪੜਨ ਉਹ ਫੜਾਉਂਦਾ ਚੱਕ ਕੇ ਜਦੋਂ ਦੋਵੇਂ ਰੋਂਦੇ ਨੇ ਉਹ ਸਾਰੇ ਅੱਕ ਕੇ ਦਿਨੋ ਦਿਨੇ ਵਧੀ ਜਾਂਦੇ ਅੰਬ ਤੇ ਅਨਾਰ ਖਾਂਦੇ ਕਿਤੇ ਜਾ ਬੈਠ ਜਾਂਦੇ ਬਿਰਸ਼ਾਂ ਦੇ ਪੇੜ ਦੇ ਉਹ ਬਿਰਸ਼ਾਂ ਦੇ ਪੇੜ ਦੇ ਰਿਸ਼ੀ ਦੇ ਦੁਆਰੇ ਤੇ ਫਿਰਨ ਫੇਰ ਦੇ ਐਸੀ ਜਲਨੀ ਸਿਆਣੀ ਬਿੰਦੀ ਬਿੰਦੇ ਬਿੰਦੇ ਪਾਣੀ ਮਿੱਠੀ ਤੋਤਲੀ ਜੀ ਬਾਣੀ ਨੂੰ ਬਹੁਤ ਬੋਲਦੇ ਤੋਤਲੀਆਂ ਬਾਣੀਆਂ ਬੱਚੇ ਪਹਿਲਾਂ ਬੋਲਦੇ ਆ ਇਕੱਲਾ ਤੁਸੀਂ ਚੱਲਣ ਨਹੀਂ ਦੇਖਦੇ ਰਲਣ ਕੰਧ ਨੂੰ ਨਾਸੇ ਪਰਲਣ ਜੋ ਕਰਨ ਬਿਰਦੀ ਸੀਤਾ ਭੱਜੀ ਦੋਹਾਂ ਦੇ ਮਗਰ ਫਿਰਦੀ ਕਿਤੇ ਯੋਗੀ ਦੇ ਕੁੰਡੀਆਂ ਦੇ ਲੜ ਜਾਂਦੇ ਆ ਕਿਤੇ ਕੁਟੀਆਂ ਦਾ ਵਾਰ ਖੋਲ ਲੈਂਦੇ ਆ ਕਿਤੇ ਬਾਲਮੀਕੀ ਰਿਸ਼ੀ ਦੀ ਗੋਦੀ ਮੈਂ ਚੜ੍ਹ ਜਾਂਦੇ ਆ ਕਿਤੇ ਉਹਦੀ ਮਾਂ ਨੂੰ ਅਸਪਾ ਲੈਂਦੇ ਆ ਉਹ ਲੈ ਕੇ ਖੜਾ ਹੋ ਜਾਂਦਾ ਕਿਤੇ ਉਹਦੀ ਦਾੜੀ ਫੜ ਲੈਂਦੇ ਆ ਕਹਿੰਦੇ ਜੋ ਵੀ ਜਟਾ ਜੂਟ ਵੀ ਹੈ ਨਾ ਪਹਿਲਾਂ ਜੋ ਵੀ ਜਟਾ ਜੂਟ ਜ਼ਿਆਦਾ ਸੀ ਔਰ ਤੁਹਾਡੇ ਦਾੜੇ ਉਹਨਾਂ ਦੇ ਧੁੰਦੀ ਤਾਂ ਜਾਂਦੇ ਸਿਰ 'ਤੇ ਜਟਾ ਹੋਣੀ ਉਹ ਕਿਤੇ ਉਤਾਰਦਾ ਉੱਥੇ ਸ਼ੇਰ ਸੁੱਤੇ ਰਹਿੰਦੇ ਕਿਤੇ ਉਹਨਾਂ ਉੱਤੇ ਬਹਿੰਦੇ ਉਹ ਵੀ ਕੁਛ ਨਹੀਂ ਕਹਿੰਦੇ ਬਿੰਦੇ ਬਿੰਦੇ ਸ਼ੇਰ ਦੇ ਰਿਸ਼ੀ ਦੇ ਦੁਆਰੇ 'ਤੇ ਫਿਰ ਨਖੇੜਦੇ ਅੰਬ ਦੇ ਅਨਾਰ ਖਾਂਦੇ ਦਿਨੋਂ ਦਿਨ ਵਧੀ ਜਾਂਦੇ ਕਿਤੇ ਹੇਠਾਂ ਬੈਠ ਜਾਂਦੇ ਬਿਰਸ਼ਾਂ ਦੇ ਪੇੜ ਦੇ ਬਿਰਸ਼ ਲੱਗੇ ਹੋਏ ਉਹਨਾਂ ਤਰ੍ਹਾਂ ਦੇ ਬੱਚੇ ਫਲਵਾਰੀ ਦੇ ਵਿੱਚ ਸੈਰ ਕਰਦੇ ਆ ਤਾਂ 8-8, 7-7 ਸਾਲ ਦੇ ਬੱਚੇ ਹੋ ਜਾਂਦੇ ਆ ਤਾਂ ਬਾਲਮੀਕ ਜੀ ਕਹਿੰਦੇ ਬੇਟੀ ਇਹਨਾਂ ਦੇ ਵਿੱਚ ਆਪਾਂ ਹੁਣ ਵਿੱਦਿਆ ਪੜ੍ਹਨ ਲਾਈਏ ਇਹਨਾਂ ਨੂੰ ਪੜ੍ਹਾਈਏ ਇਹਨਾਂ ਦੀ ਗੁਣ ਪਾਉਣਾ ਸ਼ੁਰੂ ਕਰੀਏ ਬੱਚੇ ਦੀ ਬੁੱਧੀ ਨਿਰਮਲ ਹੁੰਦੀ ਉਹਨੂੰ ਕੋਈ ਚੀਜ਼ ਵਿਆਪੀ ਹੁੰਦੀ ਛੇਤੀ ਪੜ੍ਹਦਾ ਤਾਂ ਬਾਲਮੀਕ ਰਿਸ਼ੀ ਜੀ ਪਹਿਲੇ ਰਾਮਾਇਣ ਦੱਸਦੇ ਰਾਮਾਇਣ ਹੀ ਉਹਨਾਂ ਨੇ ਬਣਾਇਆ ਅਤੇ ਰਾਮਾਇਣ ਸ਼ਾਸ ਵੀ ਬਹੁਤ ਵੱਡਾ ਆਪਣੇ ਮੁਲਕ ਦਾ ਥੋੜ੍ਹਾ ਆਇਆ ਰਾਮ ਦਰਬਾਰ ਨਾਲ ਉਹਦਾ ਤੁਲਸੀਦਾਸ ਹੀ ਰਾਮਾਇਣ ਵੱਡਾ ਅਤੇ ਬਾਲਮੀਕ ਜੀ ਦਾ ਬਹੁਤ ਜ਼ਿਆਦਾ ਵੱਡਾ ਉਹਨੂੰ ਤਾਂ ਦੇਖ ਕੇ ਕਿੰਨਰ ਗੁਲਾਰਵਾ ਲੈ ਗਏ ਗੌਰਵਾਸ ਸੰਸਕ੍ਰਿਤ ਕੱਦ ਸੰਸਕ੍ਰਿਤ ਵਿਆਕਰਨ ਬਿਨਾਂ ਪੜ੍ਹਾਇਆ ਨਹੀਂ ਜਾਂਦਾ ਤਾਂ ਬਾਲਮੀਕ ਜਿਹੜੀ ਆਪਦੀ ਬਣੀ ਹੋਈ ਰਾਮਾਇਣ ਉਹ ਹਿਵਜ ਕਰਾਉਂਦੇ ਹੈ ਨਿਆ ਸ਼ਾਸ ਗੌਤਮ ਰਿਸ਼ੀ ਦਾ ਬਣਿਆ ਹੋਇਆ ਪਤੰਜਲ ਪਤੰਜਲੀ ਰਿਸ਼ੀ ਦਾ ਬਣਿਆ ਹੋਇਆ ਸਾਂਖ ਸਾਂਖ ਵੀ ਸ਼ਾਸ ਰਹਿਣਾ ਇਹ ਕਪਿਲ ਦੇਵ ਮੁਨੀ ਜੀ ਨੇ ਬਣਾਇਆ ਸਾਂਖ ਸਿਧਾਂਤ ਮਨੋਰਵਾ ਯੋਗ ਦਰਸ਼ਨ ਇਹ ਸ਼ਾਸ ਹੈ ਸ਼ਾਸਤਰਾਂ ਦੀ ਪੜ੍ਹਾਈ ਵਿਆਕਰਨ ਦੀ ਪੜ੍ਹਾਈ ਵੇਦਾਂ ਤਾਂ ਹੀ ਇਕਬਾਲ ਦੀ ਰਿਸ਼ੀ ਜੀ ਬੱਚਿਆਂ ਨੂੰ ਪੜ੍ਹਾ ਰਹੇ ਦੇਖਾਂ ਭਲਾ ਕਹਿ ਸੀ ਬਲ ਰਹੇ ਜਨਕ ਸੁਤਾ ਦੇ ਬਲਾਲਾ ਅਸ਼ਟ ਸਾਲ ਕੇ ਜਮ ਹੋਏ ਨੀਨੀ ਸੁਰਤ ਸਮਾਲਾ ਵਿੱਚ ਪਏ ਜੋਗੀਆਂ ਦੇ ਚੂੜੇ ਕਿਤੇ ਫਿਰ ਮਾਤਾ ਨੇ ਜਗਾਂ ਦੇ ਜੂੜੇ ਬਾਲਮੀਕ ਦੋਹਾਂ ਨੂੰ ਪੜਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਪੜਾਉਣ ਲੱਗਿਆ ਕਰਾ ਦਿਆ ਰਮੈਣ ਰਿਸ਼ੀ ਨੇ ਲਾਦੇ ਚਮਕਾਰ ਵਿੱਚ ਭੈਣ ਰਿਸ਼ੀ ਨੇ ਦਾਦੀ ਨੂੰ ਪੜਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਪੜਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਸ਼ਕਲ ਨਿਆ ਦੀ ਦਿਖਲਾ ਦੀ ਦੋਹਾਂ ਨੂੰ ਥੋੜੀ ਥੋੜੀ ਕੰਮ ਦੀ ਪੜਾ ਦੀ ਦੋਹਾਂ ਨੂੰ ਥੋੜੀ ਥੋੜੀ ਕੰਮ ਦੀ ਪੜਾ ਦੀ ਦੋਹਾਂ ਨੂੰ ਲਾਗੂ ਗਰਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਿੱਚ ਪੜਤਾਈ ਦੇ ਬਹੁਤ ਚੱਕ ਤੇ ਪੂਰੇ ਸੰਸਕ੍ਰਿਤ ਦੇ ਬਣਾ ਦੇ ਬਖਤੇ ਪੜਾ ਦੋ ਬਗੈਰ ਜੀ ਗਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਪੜਾਉਣ ਲੱਗਿਆ ਬਾਲਮੀਕ ਦੋਹਾਂ ਨੂੰ ਪੜਾਉਣ ਲੱਗਿਆ ਤੂੰ ਕਿਸੇ ਸ਼ੁਰੂ ਕਰਤੇ ਸੰਗੀਤ ਨੂੰ ਲੱਗਿਆ ਸਿਖਾਉਣ ਕਿੰਨਰਾਂ ਦੀ ਰੀਤ ਨੂੰ
ਲੱਗਿਆ ਸਖਾਉਣ ਕਿੰਨਰਾਂ ਦੀ ਰੀਤ ਨੂੰ ਇਹਦੇ ਹੱਥ ਤਾਰ ਪੀਣ ਤੇ ਦਰਾਂ ਨੇ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਉਹ ਸਿੱਖ ਪ੍ਰੇਮ ਨਾਲੇ ਮੱਧਮ ਆਪਣੀ ਟਾਈਮ ਟਾਈਮ ਉੱਤੇ ਰਾਜਣੀ ਅਲਾਪਣੀ ਹਰ ਦਿਨ ਸਭ ਸਮਝਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਮੇਰੀ ਬੇਟਾ ਹੁੰਦੀ ਹੈ ਸਵੀਕ ਗਾਨੇ ਨੂੰ ਦਸ ਦਰ ਜਾਨ ਸਰਗਮ ਤਰਾਨੇ ਨੂੰ ਦਸ ਬਾਰ ਰੋਜ਼ਾਨਾ ਸਰਗਮ ਤਰਾਨੇ ਨੂੰ ਸਾਥ ਬਹਿ ਕੇ ਤਾਲ ਕੋ ਵਜਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਕਾਲੇ ਨਾਗ ਦੇਖੀ ਸੂਰਮੇ ਕੋ ਦੱਸਦੇ ਨਾਲੇ ਸਾਰੇ ਪਹਿਨਣੇ ਕੱਪ ਚ ਦੱਸਦੇ ਨਾਲੇ ਸਾਰੇ ਪਹਿਨਣੇ ਕੱਪ ਚ ਦੱਸਦੇ ਹਾਂਜੀ ਬੇਟਾ ਦੀ ਹਰ ਕੱਲ ਸਿਖਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਸਭੇ ਹੋਇਆ ਕਰੂਗਾ ਮਰਾਨ ਤੁਸਾਂ ਦਾ ਸਾਹਮਣਾ ਨਾ ਕਰੂ ਭਗਵਾਨ ਤੁਸਾਂ ਦਾ ਅੱਜ ਬਿੰਦੇ ਬਿੰਦੇ ਨਹੀਂ ਸਿਖਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਉਹ ਵਿੱਚ ਪੰਡਤਾਈ ਦੇ ਬਹੁਤ ਚੱਕਦੇ ਪੂਰੇ ਸੰਸਕ੍ਰਿਤ ਦੇ ਬਣਾ ਤੇ ਬਕਤੇ ਪੂਰੇ ਸੰਸਕ੍ਰਿਤ ਦੇ ਬਣਾ ਤੇ ਬਕਤੇ ਹਾਂਜੀ ਪਰਾਂ ਤੋਂ ਬਗੈਰ ਜੀ ਉਡਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਅਕਬਲ ਸਿੰਘਾਂ ਗੁਣਾਂ ਸੇ ਪਰਤੇ ਸਨ ਫਿਰ ਉਸੇ ਜੀ ਕਸ਼ਿਤ ਕਰਤੇ ਸਾਡੇ ਕੋਲੇ ਉਹਨਾਂ ਦੇ ਕਸ਼ਿਤ ਹਰਤੇ ਹਾਂਜੀ ਪਾ ਕੇ ਜੋਗ ਸ਼ਕਤੀ ਵਧਾਉਣ ਲੱਗਿਆ ਉਹ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਬਣਾਉਣ ਲੱਗਿਆ ਬਾਹਾਂ ਵਿੱਚ ਪਾਏ ਜੋਗੀਆਂ ਦੇ ਚੂੜੇ ਕੀਤੇ ਫਿਰ ਮਾਤਾ ਨੇ ਜਟਾਂ ਦੇ ਜੂੜੇ ਪਿੱਛੇ ਜਾਨਕੀ ਜੂੜੇ ਕਰੇ ਬੱਚੇ ਪੜ੍ਹਨੇ ਪੂਜਾ ਗਜਮੁੱਖ ਵੀ ਕਰਾਉਣ ਲੱਗਿਆ ਗਜਮੁੱਖ ਹੈ ਗਣੇਸ਼ ਦਾ ਉਹਦਾ ਅਸਲ ਮਤਲਬ ਹੈ ਪਹਿਲੇ ਉਸਦੀ ਪੂਜਾ ਹੁੰਦੀ ਪੂਜਾ ਗਜਮੁੱਖ ਦੀ ਕਰਾਉਣ ਲੱਗਿਆ ਵਾਲਮੀਕ ਦੋਹਾਂ ਨੂੰ ਪੜ੍ਹਾਉਣ ਲੱਗਿਆ ਲਾ ਕੇ ਚਮਕਾਰੇ ਵਿੱਚ ਪੈਣ ਰਿਸ਼ੀ ਨੇ ਇਹ ਵਿੱਚ ਕਿਹਾ ਵੀ ਰਾਮਾਇਣ ਰਿਸ਼ੀ ਵੇਦਾਂ ਦੀਆਂ ਰਿਚਾਂ ਨੂੰ ਸਿਖਾਉਣ ਲੱਗਿਆ ਨਿਆ ਪਤੰਜਲ ਯੋਗ ਸ਼ਾਸਤਰ ਔਰ ਸਾਂਖ ਸਿਧਾਂਤ ਇਤਿਆਦਿ ਸ਼ਾਸਤਰ ਪੜ੍ਹਾਏ ਕਾਲੇ ਨਾਗ ਦੇਖੀ ਸੂਰਮਿਆਂ ਨੂੰ ਦੱਸਦੇ ਨਾਲੇ ਸਾਰੇ ਪਹਿਨਣੇ ਕਬਜ ਦੱਸ ਕਬਜ ਹੁੰਦਾ ਮੰਤਰ ਦਾ ਕਿਸੇ ਦੇਵਤੇ ਦਾ ਮੰਤਰ ਉਹਦਾ ਤਵੀਤ ਬਣਾ ਕੇ ਉਹਦੇ ਦੌਲੇ ਦਾ ਬੰਧਣਾ ਜਾਣੀ ਜਾ ਤੈਨੂੰ ਕੋਈ ਜਿੱਤ ਨਹੀਂ ਸਕਦਾ ਇਹ ਕਬਜ ਇੱਕ ਕਬਜ ਹੁੰਦਾ ਲੋਹੇ ਦਾ ਛਾਤੀ ਦੇ ਦੌਲਿਆਂ ਤੇ ਬੀਣੀਆਂ ਤੇ ਕੁੰਜਾਂ ਦਾ ਜ਼ੋਰ ਛੱਡਦਾ ਪੱਟਾਂ ਤੇ ਪਿੰਜਣੀਆਂ ਦਾ ਇਹ ਤਾਂ ਲੋਹੇ ਦਾ ਕਬਜ ਹੈ ਨਾ ਉਹ ਕਬਜ ਹੈ ਮੰਤਰ ਦਾ ਕਬਜ ਬਣਾ ਕੇ ਰਿਸ਼ੀ ਨੇ ਉਹਨਾਂ ਦੀਆਂ ਬਾਹਾਂ ਨਾਲ ਫੱਦੇ ਮੇਰਾ ਤੁਹਾਡਾ ਮਲਾਨ ਫਤਿਹ ਹੋਇਆ ਕਰੂਗਾ ਤੁਸੀਂ ਕਿਸੇ ਕੋਲ ਨਹੀਂ ਕਰਨਾ ਅਕਬਾਲ ਸਿੰਘ ਦਾ ਉਹ ਗੁਣਾਂ ਸੇ ਭਰਤੇ ਰਾਗ ਵਿਦਿਆ 'ਚ ਵੀ ਨਿਰਮਣ ਕਰਦੇ ਪਾ ਕੇ ਯੋਗ ਸ਼ਕਤੀ ਵਧਾਉਣੇ ਲੱਗਿਆ ਵਾਲਮੀਕ ਦੋਹਾਂ ਨੂੰ ਪੜਾਉਣੇ ਲੱਗਿਆ ਯੋਗ ਸ਼ਕਤੀ ਪਾ ਪਾ ਕੇ ਲਾਓ ਹੁਣ ਸੁਨਹਿਰੀ ਰੰਗ ਦੀ ਬਾਣ ਅਤੇ ਧਰਸ਼ਵਾਨ ਰਿਸ਼ੀ ਨੇ ਕੱਢ ਕੇ ਰੱਖਿਆ ਹੁਣ ਧਰਸ਼ ਦੀ ਟਰਾਈ ਕਰਾ ਰਹੇ ਜੈਸੇ ਦਰੋਣਾਚਾਰਜ ਅਰਜੁਨ ਵੀ ਕਰਾ ਰਿਹਾ ਜਾਂ ਜਾਜਕ ਵੀ ਵਾਲਮੀਕ ਕੋਲੇ ਸਾਰੀਆਂ ਉੱਚਾ ਉਹਦਾ ਵਿਦਿਆ ਪਾਸ ਸੀ ਵਾਲਮੀਕ ਜੀ ਆਪਦਾ ਧਰਸ਼ ਦਿਆ ਕੋਲੇ ਲੈ ਲਏ ਤਾਂ ਇਹ ਧਰਸ਼ ਦੀ ਟਰਾਈ ਕਰੋ ਇਹਦੇ ਤੁਹਾਨੂੰ ਤਪਤ ਦੱਸੀਏ ਇਹਦੇ ਤੁਹਾਨੂੰ ਮੰਤਰ ਦੱਸੀਏ ਸ਼ੇਸ਼ ਬਾਣ ਕਿਸ ਕੋ ਕਹਿਤੇ ਹੈ ਅਗਨ ਬਾਣ ਕਿਸ ਕੋ ਕਹਿਤੇ ਹੈ ਵਾਜੂ ਬਾਣ ਕਿਸ ਕੋ ਕਹਿਤੇ ਹੈ ਸਿੱਖੀ ਬਾਣ ਕਿਸ ਕੋ ਕਹਿ ਬਣ ਮਾਸਟਰ ਕਿਸ ਕੋ ਕਹਿਤੇ ਤਾਂ ਰਿਸ਼ੀ ਨੂੰ ਕਮਾਨ ਕੱਢ ਕੇ ਬੱਚਿਆਂ ਦੇ ਹੱਥ 'ਚ ਫੜਾ ਕੇ ਇੱਕ ਪਾਸੇ ਆਪ ਧਰਸ਼ ਫੜ ਕੇ ਇੱਕ ਚਾਪ ਅਤੇ ਰੋਜ਼ਾਨਾ ਸੁਖਲਾਈ ਹੁੰਦੀ ਚਾਪ ਨਾਮ ਧਰਸ਼ ਦਾ ਵਾਲਮੀਕ ਰਿਸ਼ੀ ਜੀ ਇੱਕ ਲਵ ਕੁਛ ਦੀ ਧਰਸ਼ 'ਤੇ ਟਰਾਈ ਕਰਾ ਰਹੇ ਵਿਦਿਆ ਦੱਸ ਰਹੇ ਦੇਖਾ ਭਲਾ ਕਹਿ ਸਕਦਾ ਵਿਦਿਆ ਪਾਸ ਹੈ ਜੋਗੀ ਬੜਾ ਫਮਾਤਾ ਤਨ ਸਿਧਾਈ ਕਰ ਰਹੇ ਲਵ ਕੁਛ ਦੋਵੇਂ ਪ੍ਰਮਾਤਾ ਉਹ ਰੱਖ ਲਈ ਰਿਸ਼ੀ ਨੇ
कमान कट के ओ कमान कट के लिया देना सनेरी नाले बान कट के हाजी बान कट के ओ पहला बेद इस दी बनाई हुंदी है जी बनाई हुंदी है चाप देर जाना सगलाई हुंदी है सगलाई हुंदी है बेटा तू नीर है हाजी तू नीर है जिस ते कहर दे चढ़न तीर है ओ चढ़न तीर है ओ जोर नाल वेस दीख जाई हुंदी है दीख जाई हुंदी है जाप देर जाला सगलाई हुंदी है ओ सगलाई हुंदी है ओ माया हाथ मुठ दे अंदर पाउना है ओ अंदर पाउना है ताकत से तान छाती से लगाना है छाती से लगाना है ओ मुठ नाल बाण दी दवाई हुंदी है जिहा दवाई हुंदी है जाप देर जाला सगलाई हुंदी है सगलाई हुंदी है सो बाण नाल करके ध्यान जी करके ध्यान जी बरन बरन दसता हबान जी दसता हबान जी फिर बागबान इस दी मराई हुंदी है जी मराई हुंदी है जाप देर जाला सगलाई हुंदी है सगलाई हुंदी है दसिया ना नाल जंतर ते तंत्र है जंतर ते तंत्र है सिखी शेष नाग दा सिखाया मंत्र है ओ सिखाया मंत्र है आप विच इन्हां दी लड़ाई हुंदी है जी ओ लड़ाई हुंदी है जाप देर जाला सगलाई हुंदी है सगलाई हुंदी है ओहदे उत्ते कोई चलदा ना शास्त्र है चल दाना शास्त्र है दस दिता योगी ने बरम में अस्त्र है ओ बरम में अस्त्र है ए नाल तुम दी दवाई हुंदी है जी दवाई हुंदी है जाप देर जाला सगलाई हुंदी है सगलाई हुंदी है ओ तो किसे को लोड नी डरन दी लोड नी डरन दी ताकत न कोई इंदर भरण दी इंदर भरण दी युद्ध विच पूरी गरमाई हुंदी है जी गरमाई हुंदी है जाप देर जाला सगलाई हुंदी है सगलाई हुंदी है फते होया करूगा मदान तुसां दा ओ मदान तुसां दा सामना न करू भगवान तुसां दा भगवान तुसां दा ओ बिंदे बिंदे कोई चढ़ाई हुंदी है जी ए चढ़ाई हुंदी है जाप देर जाला सगलाई हुंदी है ओ खेचण बहुत कविता बनाउण दी कविता बनाउण दी ਪਿੱਛੋਂ ਬੜੀ ਆਉਂਦੀ ਹੈ ਲਜਿਤ ਗਾਉਣ ਦੀ ਓ ਲਜਿਤ ਗਾਉਣ ਦੀ ਓ ਪਹਿਲਾਂ ਬਾਤ ਮਾਗ ਜੇ ਕਮਾਈ ਹੁੰਦੀ ਹੈ ਜੀ ਐ ਕਮਾਈ ਹੁੰਦੀ ਹੈ ਜਾਪ ਦੇਰ ਜਾਣਾ ਸਗਲਾਈ ਹੁੰਦੀ ਹੈ ਸਗਲਾਈ ਹੁੰਦੀ ਹੈ ਬਾਇਆ ਹੱਥ ਮੁੱਠ ਦੇ ਅੰਦਰ ਪਾਉਣਾ ਖੱਬਾ ਹੱਥ ਮੇਲਾ ਵਿਚਾਲੇ ਤੇ ਸੱਜੀ ਹੱਥ ਨਾਲ ਤੇ ਰੱਖ ਕੇ ਬਾਣ ਕਿਆ ਜਿਹੜੀ ਰੱਸੀ ਆ ਉਹਨੂੰ ਬੋਲਦੇ ਚਿਲਾ ਇਹ ਹੱਥ ਇੱਧਰ ਤੱਕਣਾ ਅਤੇ ਇਹ ਇੱਧਰ ਖਿੱਚਣਾ ਜਦੋਂ ਕੰਨਾਂ ਤਾਈਂ ਜਾਂਦਾ ਉਹ ਪੂਰਾ ਬਾਣ ਤਾੜਿਆ ਜਾਂਦਾ ਸਿੱਖੀ ਸ਼ੇਸ਼ ਨਾਗ ਦਾ ਸਿਖਾਇਆ ਮੰਤਰ ਦੱਸੀ ਜਾਂਦਾ ਨਾਲ ਜੰਤਰ ਅਤੇ ਤੰਤਰ ਇੱਕ ਜੰਤਰ ਹੁੰਦਾ ਇੱਕ ਤੰਤਰ ਹੁੰਦਾ ਇੱਕ ਮੰਤਰ ਹੁੰਦਾ ਆਪਣੇ ਬਾਣ ਦੱਸਿਆ ਇਹਦਾ ਨਾਮ ਲੈਂਦੇ ਬੇਟਾ ਤੂਲ ਨੀਰ ਹੈ ਤੂਲ ਨੀਰ ਪਿੱਛੇ ਭੱਥਾ ਤਿੰਨ ਨਾਮ ਉਸਕੇ ਕਰਗਸ਼ ਔਰ ਸਾਥ ਤੋਰੀ ਤੂਲੀ ਜਿਹਦੇ ਚ ਬਾਣ ਪੈਂਦੇ ਇਹਦਾ ਨਾਮ ਲੈਂਦੇ ਬੇਟਾ ਤੂਲ ਨੀਰ ਹੈ ਜਿਸ ਤੇ ਕਹਿਰ ਦੇ ਚੜ੍ਹਨ ਤੀਰ ਇਹਦੇ ਵਿੱਚ ਬਾਣ ਪਾ ਜਾਂਦੇ ਤੋਂ ਕੱਢ ਕਰਕੇ ਤੂਲ ਨੀਰ ਦੇ ਵਿੱਚੋਂ ਬਾਣ ਕੱਢਣਾ ਪਰ ਉਸਨੇ ਉੱਤੇ ਰੱਖ ਕੇ ਚੁਟਕੀ ਨਾਲ ਫੜ ਕੇ ਤੁਸੀਂ ਖਿੱਚਣਾ ਛੱਡਣਾ ਫਿਰ ਵਿੱਚੋਂ ਕੱਢਣਾ ਉੱਤੇ ਕਰਦੇ ਰੱਖ ਕੇ ਫਿਰ ਛੱਡਣਾ ਪੁਰਜੇ ਦੱਸਦਾ ਕਣਛ ਦੇ ਵਾਜੂ ਬਾਣ ਇਹਨਾਂ ਦੀ ਮਲਾਈ ਹੁੰਦੀ ਵਾਜੂ ਬਾਣ ਜੇ ਸ਼ੇਸ਼ ਬਾਣ ਮਾਰੇ ਤਾਂ ਕੋਈ ਵਾਜੂ ਬਾਣ ਮਾਰਨਾ ਪੈਂਦਾ ਵਾਜੂ ਬਾਣ ਮਾਰੇ ਤਾਂ ਸਿੱਖੀ ਬਾਣ ਮਾਰਨਾ ਪੈਂਦਾ ਇਹਦੇ ਉੱਤੇ ਕੋਈ ਚੱਲਦਾ ਨਹੀਂ ਸ਼ਾਸਤਰ ਹੈ ਦੱਸ ਦਿੱਤਾ ਯੋਗੀ ਨੇ ਬਰਮ ਅਸਤਰ ਹੈ ਇਹਦੇ ਨਾਲ ਭੂਮ ਦੀ ਤਬਾਹੀ ਹੁੰਦੀ ਇਹਦੇ ਨਾਲ ਪ੍ਰਿਥਵੀ ਦੀ ਤਬਾਹੀ ਹੋ ਜਾਂਦੀ ਇਸਦਾ ਨਾਮ ਬਰਮ ਅਸਤਰ ਇੱਕੋ ਹੀ ਬਹੁਤ ਅਗਰ ਛੱਡਿਆ ਕੁਲਕਾ ਬਾਣ ਹੈ ਇਹਨੂੰ ਰੋਕ ਸਕਦਾ ਹੈ ਤਾਂ ਵਿਸ਼ਨੂੰ ਅਸਤਰ ਰੋਕ ਸਕਦਾ ਹੋਰ ਨਹੀਂ ਕਿਸੇ ਨੂੰ ਰੋਕਦਾ ਅਜਾਇਬ ਸ਼ਾਸਤਰ ਨਾ ਕਦੇ ਹੋਇਆ ਕਰੂੰਗਾ ਮਦਾਨ ਤੁਸਾਂ ਦਾ ਸਾਹਮਣਾ ਕਰੂੰਗਾ ਭਗਵਾਨ ਤੁਸਾਂ ਦਾ
ਬਿੰਦੋ ਬਿੰਦੇ ਹੋਈ ਚੜਾਈ ਹੁੰਦੀ ਹੈ, ਚਾਂਦ ਤੇ ਰੋਜ਼ਾਨਾ ਸਿਖਲਾਈ ਹੁੰਦੀ ਹੈ, ਖੇਤਰ ਬਹੁਤ ਸਭਤਾ ਬਣਾਉਂਦੀ, ਪਿੱਛੋਂ ਬੜੀ ਆਉਂਦੀ ਹੈ ਲੱਜ ਦਿਖਾਉਣ ਦੀ, ਪਹਿਲਾਂ ਬਹੁਤ ਮਾਵੀ ਖਪਾਈ ਹੁੰਦੀ ਹੈ, ਚਾਂਦ ਤੇ ਰੋਜ਼ਾਨਾ ਸਿਖਲਾਈ ਹੁੰਦੀ ਹੈ। ਇਹ ਸਿਖਾ ਕੇ ਧਨਸ਼ਵਾਨ ਰਿਸ਼ੀ ਨੇ ਛੋਟੀਆਂ ਛੋਟੀਆਂ ਟੂੰਬੇ ਲੈ ਕੇ ਡੰਡਿਆਂ ਦੇ ਉੱਤੇ ਬੰਦ ਲਾ ਕੇ ਘੜੇ ਲਾ ਕੇ ਸਤਾਰਾਂ ਬਣਾ ਦੀਆਂ। ਲਓ ਬੇਟਾ ਜਿਹੜੀ ਤੁਹਾਨੂੰ ਰਾਮਾਇਣ ਸਿਖਾਈ ਹੈ ਇਹ ਰਾਮ ਦੀ ਸਭਾ ਦੇ ਵਿੱਚ ਜਾ ਕੇ ਪੜ੍ਹੋ, ਉਹਨੂੰ ਸੁਣਾ ਕੇ ਆਓ। ਉਹ ਰਿਸ਼ੀ ਰਾਜ ਦੀ ਆਗਿਆ ਪਾਉਣ ਵਾਸਤੇ ਬੱਚੇ ਤਿਆਰ ਹੋ ਗਏ, ਰਿਸ਼ੀ ਰਾਜ ਦੀ ਆਗਿਆ ਪਾਉਣ ਜਾਂਦੇ ਆਸਣ ਉੱਤੋਂ ਥਾਲੀਆਂ ਤਾਰ ਦੀਆਂ ਰਾਮ ਸਭਾ ਦੇ ਵਿੱਚ ਹੈ ਗਾਉਣ ਜਾਂਦੇ, ਮੱਥੇ ਤਿਲਕ ਧਾਰੇ ਗਲਾਂ ਵਿੱਚ ਮਾਲਾ, ਮੱਥੇ ਤਿਲਕ ਧਾਰੇ ਰਾਮ ਸਭਾ ਦੇ ਵਿੱਚ ਹੈ ਗਾਉਣ ਜਾਂਦੇ। ਲਮਕੀਆਂ ਧੋਤੀਆਂ ਬੱਧੀਆਂ ਜਗੋ ਪੁਰੀਤ ਧਾਰਨ ਕਰੇ ਹੈ, ਕੋਈ ਕਹਿਣ ਦਾ ਰਵੀ ਤੇ ਸਸੀ ਆ ਗਈ, ਅਵਧਪੁਰੀ ਨੇ ਰੋਸ਼ਨੀ ਸੌਣ ਜਾ ਛਾਉਣ ਜਾਂਦੇ, ਕੋਈ ਕਹਿਣ ਦਾ ਬਿਧੀ ਫਿਰ ਜਾਂਦਾ ਕਿ ਜਾਂਦਾ ਤੀਰਥਾਂ ਦੇ ਉੱਤੇ ਨਹਾਉਣ ਜਾਂਦੇ, ਕੋਈ ਤਾਂ ਕਹਿੰਦਾ ਬ੍ਰਹਮਾ ਦੇ ਪੁੱਤਰ ਹੈ ਸੰਤ ਸਨੰਦਨ ਸੰਤ ਕੁਮਾਰ, ਕੋਈ ਕਹਿੰਦਾ ਚੰਦਰਮਾ ਤੇ ਸੂਰਜ ਐਸੀ ਸ਼ਕਲ ਹੈ, ਫਿਰ ਕਹਿੰਦੇ ਵੀ ਇਹ ਤਾਂ ਦੋ ਹੈ, ਬ੍ਰਹਮਪੁੱਤਰ ਤੋਂ ਚਾਰ ਹੈ ਇਹ ਦੋ ਹੈ। ਬਾਲਮੀਕ ਦਾ ਦੱਸਿਆ ਵੀਰ ਚੰਗਾ ਸਤਵੰਤੀ ਦਾ ਸਤ ਵਿਖਾਉਣ ਜਾਂਦੇ, ਰਾਮ ਦੇ ਰਾਮ ਨੂੰ ਸਭਾ ਦੇ ਵਿੱਚ ਸਮਝਾਉਣ ਵਾਸਤੇ ਜਾ ਰਹੇ ਹੈ। ਦੋਵੇਂ ਰਿਸ਼ੀ ਕੁਮਾਰ ਆ ਗਏ ਲਾਲ ਕੁਛ, ਤਾਂ ਭਗਵਾਨ ਕਹਿੰਦੇ ਉੱਠ ਕਰਕੇ ਸਭ ਕਰਦੇ ਬੰਦਨ, ਜਾਣੀ ਆ ਗਏ ਸੰਤ ਸਨੰਦਨ, ਵੱਜਣੇ ਲੱਗੇ ਖੁਸ਼ੀ ਦੇ ਵਾਜੇ, ਆਸਣ ਸੀਨਾ ਉੱਪਰ ਬਰਾਜੇ, ਰਿਸ਼ੀ ਕੁਮਾਰ ਵਾਲੇ ਆਸਣਾਂ ਦੇ ਉੱਤੇ ਬੈਠੇ। ਕੋਈ ਕਹੋ ਖੁਸ਼ੀ ਦਾ ਗਾਨਾ, ਦੇਵਾਂਗੇ ਫਿਰ ਸੰਪਤ ਨਾਨਾ, ਐਸਾ ਕੋਈ ਖੁਸ਼ੀ ਦਾ ਗਾਣਾ ਸੁਣਾਉਣ, ਤੁਹਾਨੂੰ ਨਾਨਾ ਕਰਨੀਆਂ ਸੰਪਤੀਆਂ ਦੇਵਾਂਗੇ ਭੂਤੀਆਂ, ਵਾਦੇ ਜੀ ਗਾਣਾ ਸੁਣਾਉਣ ਵਾਸਤੇ ਨੇ, ਤਰਵਾਂ ਕੋਈ ਠੱਠ ਕਰ ਲਈਏ, ਰੱਖੇ ਸੁਰਾਂ ਕਰ ਹਾਥ, ਰਾਮ ਚਰਿੱਤਰ ਬੋਲਦੇ ਸੁਣੋ ਜਰਾ ਰਘੁਨਾਥ, ਜਿਹੜੀਆਂ ਤਾਰਾਂ ਸੀ ਉਹ ਮਿਲਾ ਲਈਆਂ, ਹੱਥ ਲਾ ਲਿਆ ਉਹਨਾਂ ਦਾ ਬੰਦਾ ਵੀ, ਅਤੇ ਸਵਰਾਂ 'ਤੇ ਹੱਥ ਰੱਖ ਲਏ। ਲਓ ਰਘੁਨਾਥ ਜੀ ਤੁਹਾਨੂੰ ਰਾਮ ਦਾ ਚਰਿੱਤਰ ਸੁਣਾਈਏ, ਰਾਮ ਦਾ ਕੀ ਪ੍ਰਯੋਜਨ ਸੀ ਪੈਦਾ ਹੋਣ ਦਾ, ਕੀ ਕੰਮ ਕਰਨ ਵਾਸਤੇ ਆਇਆ ਸੀ, ਉਹਦਾ ਪ੍ਰਯੋਜਨ ਇਹ ਸੀ ਭਗਤਾਂ ਲੋਕਾਂ ਨੂੰ ਤਾਰਨਾ, ਦੁਸ਼ਟਾਂ ਨੂੰ ਮਾਰਨਾ, ਇਹ ਨਹੀਂ ਸੀ ਵੀ ਸਤਵੰਤ ਦੀਆਂ ਇਸਤਰੀਆਂ ਬਣ 'ਚ ਨਿਕਾਲ ਦੇਣੀਆਂ, ਬੱਚੇ ਰਾਮ ਹੈ ਸਾ ਕੇ ਇੱਕ ਠੋਕਰ ਮਾਰਦੇ ਦੇਖਾਂ ਭਲਾ ਕੈਸੇ ਕਰ ਬਾ ਕੇ ਠੱਠ ਕਰ ਲਈਏ, ਕਰੇ ਸੁਰਾ ਪਰਮਾਤਾ ਰਾਮ ਚਰਿੱਤਰ ਬੋਲਦੇ ਜੁਣੋ ਸਰਾ ਰਘੁਨਾਥਾ, ਹੋਲਾ ਗੁਣੀ ਅਲਾਪ ਸ਼ੁਰੂ ਭਜਨ ਕਰੇ, ਹੋਇਆ ਰਾਮ ਪੈਦਾ ਦਸਰਥ ਦੇ ਕਰੇ, ਅਵਤਾਰ ਸੀ ਦੁਸ਼ਟ ਦੇਣ ਨੂੰ, ਵਜਨ ਸਤਾਰਾ ਗਾਮ ਦੇ ਰਮਣ ਨੂੰ, ਸਾਰਾ ਬਾਲ ਲੀਲਾ ਦਾ ਵਖਾ ਕੇ ਹਾਲ ਜੀ, ਫਿਰ ਚੱਲੇ ਵਿਸ਼ਵਾ ਮਿੱਤਰ ਨਾਲ ਜੀ, ਉਹ ਮਾਰਤਾ ਸੀ ਤਾੜਕਾ ਬਜਰ ਦੇਣ ਨੂੰ ਜੀ, ਆ ਬਜਰ ਦੇਣ ਨੂੰ, ਵਜਨ ਸਤਾਰਾ ਗਾਮ ਦੇ ਰਮਣ ਨੂੰ, ਉਹ ਜਗ ਦੰਬੇ ਵਿਆਹੀ ਫਿਰ ਤੂੰ ਕਾਮਨਾ, ਲੱਗ ਗਿਆ ਸੀ ਤਾਂ ਕਰਾ ਪਰ ਸਰਾਵਨਾ, ਲੱਗ ਲਤਿਆਰ ਹੋ ਗਿਆ ਸੀ ਦੇਣ ਨੂੰ, ਵਜਣ ਸਤਾਰਾ ਗਾਮ ਦੇ ਰਮਣ ਨੂੰ, ਸੀ ਰਿਸ਼ੀ ਛਤਰੀ ਬੰਸ ਨੂੰ, ਛਤਰੀ ਬੰਸ ਨੂੰ ਬਾਣ ਕੋ ਚੜਾਇਆ ਫੜ ਕੇ ਤਨਿਸ਼ ਨੂੰ, ਚਰਨਾਂ ਦੇ ਉੱਤੇ ਛੇਤੀ ਆਇਆ ਦੇਣ ਨੂੰ, ਵੱਜਣ ਸਤਾਰਾ ਗਾਮ ਦੇ ਰਮਣ ਨੂੰ, ਉਹ ਸਾਰੇ ਫਿਰ ਪਿੱਛੋਂ ਰੋਂਦੇ ਕਰ ਲਾਂਦੇ ਰਹੇ, ਪਿਤਾ ਦੇ ਕਹੇ ਤੋਂ ਬਨ ਵਾਸ ਜਾਂਦੇ ਰਹੇ, ਲਾਲ ਲਾਲ ਗਏ ਜਾਨਨੀ ਸਦੈਨ ਨੂੰ, ਜਾਨਨੀ ਸਦੈਨ ਨੂੰ, ਵੱਜਣ ਸਤਾਰਾ ਗਾਮ ਦੇ ਰਮਣ ਨੂੰ, ਪੰਚਵਟੀ ਉੱਤੇ ਜ਼ੋਰ ਲਾ ਕੇ ਚੱਲੀ ਗਈ, ਨੱਕ ਕੰਨ ਆਵਦੇ ਵਧਾ ਕੇ ਚੱਲੀ ਗਈ, ਹਾਂ ਪਾਤੀ ਸੀ ਨਸੀਤ ਰਾਵਣ ਦੀ ਭੈਣ ਨੂੰ, ਵੱਜਣ ਸਤਾਰਾ ਗਾਮ ਦੇ ਰਮਣ ਨੂੰ, ਉਹ ਲਖਨ ਭਰਾਤਾ ਦੇ ਮਗਰ ਵਹਿ ਗਿਆ, ਉਹ ਮਗਰ ਵਹਿ ਗਿਆ,
पिछो सीता रावण चरा के लै गया हाथ ता सिरा थे ओने दा कनैण नो वजन सतारा दाम दे रमैण नो बड़े दुख हुंदे पति दे वराग दे विच जाके छड सी अशोक बाग दे ओ लाला तारा दिया दखली पसैन नो दखली पसैन नो वजन सतारा दाम दे रमैण नो हो गए सीता संताप दे पिछे रावण खपाता इस पाप दे पिछे लंका दे उस दे पैया दे रहन नो वजन सतारा दाम दे रमैण नो हनुमान लिया चक के बिचारी नू चक के बिचारी नू उस वेले उथों करता तैयारी नू पारथ तैयार सी चिखा दे बैन नू वजन सतारा दाम दे रमैण नू बनवास विचों जी अयोध्या आ गया घर घर विच ता मंगल छा गया सिर क्या बहुत आदर कनैन नू आदर कनैन नू वजन सतारा दाम दे रमैण नू बैठा है तराई नाम तू जिसने त्यागी सिया ओ राम तू उठ खड़े नैन से मला के नैन नो वजन सतारा दाम दे रमैण नो पता लगू तेनु सीता संताप दा मिलूगा नतीजा तेनु इस पाप दा तन आए बस ता सवाच कहन नो जी ऐसा वाच कहन नो वजन सतारा दाम दे रमैण नो लो महाराज श्री रामायण वजन सतारा दाम दे रामायण रागनी अलाप शुरू भजन करे होया राम पैदा दस रास्ते करे ओदा अवतार सी दुष्ट दैन ओदा अवतार तां दुष्ट मारना वजन सतारा दाम दे रामायण सारा बाल लीला दा विखा के हाल की फिर चले विश्वामित्र नाल सारा बाल लीला दा हाल विखा के फिर विश्वामित्र नाल चले गए यज्ञ सपूर करन वास्ते मारता सी ताड़कां वज्र दैन ताड़कां ते मरीचां सवाहु बाण मार मार के सवाहु संगता वड्डा जो मरीच लंका विच कलता राम साथ आया सी दुष्ट खैण में वजन सतारा दाम दे रमैण जगदंबे व्याही फिर धूम धाम नाल लग गया सी काकरा परशुराम उस बाद सीता सौम्र होया परशुराम का संवाद होया उहदा तनश उन्हें कहा हमारा तनश है जिहड़ा हमारे गुरु आ ये किने तोड़िया था तराका पिया राज वाई जानी मेरे सारी कृपा स्थान तो कह लगा महाराज तुम्हारे कोई सेवक ही होंगे भगवान कहने उन्होंने तोड़िया वो हमारे सेवक हमारा तंश साधी बरादरी करते फिर बताओ लक्ष्मण ने बड़ा संवाद किया प्रस्थान कुहाड़ा चक के मारन लगे भगवान ने चरनी लगा दा बड़ा ही तो तुम्हारे सेवक है मारो परशुराम की कलाई खिंची गई कुहाड़ा पछा डिग पिया पिछे बरसारे रोंदे करलांदे रहे पिता वे कहे तो वनवास जाते रहे नाल नाल गए जननी सदैव कौशल्या कह रही सुमित्रा कह रही फिर वनवास हो गया कई नहीं दवाता पंचवटी उत्ते जोर ला के चली गई नक कनाल दे वड़ा के चली गई पाती सिंह सीध रावण की पैन उत्ते सरूप न खाई ਉਹ ਅੱਜ ਮੈਂ ਕਿਤੇ ਰਾਮ ਨੂੰ ਕਰਨਾ ਕਿਤੇ ਲਕਸ਼ਮਣ ਨੂੰ ਲਕਸ਼ਮਣ ਨੇ ਨੱਕ ਕੰਨ ਵੱਢ ਲਏ ਹੋਈ ਬਕਰਾਲ ਜਾਂ ਸਿਆਣੀ ਧਰਨੀ ਉਸ ਵੇਲੇ ਮਤਲੀ ਕ੍ਰੋਧ ਅਗਨੀ ਆ ਗਿਆ ਲੋਕੇ ਸਿਸੀਆ ਦੇ ਲੈਣ ਜਾ ਕੇ ਵੇਖਿਆ ਆਪਦੀ ਭੈਣ ਦੇ ਨੱਕ ਕੰਨ ਵੱਢੇ ਸਕੀ ਭੈਣ ਦਾ ਨਹੀਂ ਸੀ ਰਾਵਣ ਦੀ ਸਕੀ ਭੈਣ ਦਾ ਖਰਦੂਸ਼ਣ ਆ ਗਈ ਪਰ ਖਰਦੂਸ਼ਣ ਜੀ ਨੇ ਰਾਵਣ ਦੀ ਮਾਸੀ ਦੇ ਪੁੱਤ ਸੀ ਉਹਨੇ ਆਖਿਆ ਮੇਰੀ ਮਾਸੀ ਦੀ ਧੀ ਹੈ ਇਹਦੇ ਨੱਕ ਕੰਨ ਵੱਢ ਸਿੱਟੇ ਸਿਉਣੇ ਦਾ ਮਿਰਗ ਮੂਰ ਦੀ ਨਗਾ ਦਿੱਤਾ ਸੀਤਾ ਨੇ ਜਗਤ ਨੱਚੀ ਪਿੱਛੇ ਲਾ ਦਿੱਤਾ ਮਰਦਾ ਮਰੀਜ ਪਾ ਗਿਆ ਸੀ ਵੈਣ ਨੂੰ ਵੱਜਣ ਸਤਾਰਾਂ ਗਾਮ ਦੇ ਰਹਿ ਲਖਨ ਭਰਾਤਾ ਦੇ ਮਗਨ ਰਹਿ ਗਿਆ ਪਿੱਛੋਂ ਸੀਤਾ ਰਾਤ ਨੂੰ ਚਲਾ ਕੇ ਲੈ ਗਿਆ ਹੱਕ ਤਾਂ ਸੀ ਰਾਤ ਨੂੰ ਦਖਣਾ ਇਹਨਾਂ ਨੇ ਦੱਖਣ ਨੂੰ ਲੈ ਕੇ ਚਲਿਆ ਗਿਆ ਉਹ ਸੰਪਾਤੀ ਬੈਠਾ
ਜਦੋਂ ਸੀਤਾ ਨੂੰ ਭਾਲ ਕਰਨ ਵਾਸਤੇ ਗਏ ਬੰਦ ਸਾਰੇ, 100 ਯੋਜਨ ਦਾ ਸਨ ਹੈ ਸਮੁੰਦਰ ਦਾ, 400 ਸਾਧੂ ਬਣ ਗਏ। ਵੀ ਵੇਖੋ ਕੋਈ ਟੱਪ ਸਕਦਾ? ਸੁਖਰੀਵ ਨੇ ਕਿਹਾ ਇਹਨੇ ਮੇਰਾ ਕਾਰਜ ਕਰਿਆ, ਸ੍ਰੀ ਰਾਮ ਚੰਦਰ ਜੀ ਨੇ ਆਪਾਂ ਇਹਦਾ ਕਰੀ। ਕਰੋੜਾਂ ਹੀ 18,000 ਬਾਂਦਰਾਂ ਦੀ ਸੈਨਾ ਭਾਲਣ ਵਾਸਤੇ ਭੇਜੀ ਸੀਤਾ ਨੂੰ, ਐਸੀ ਕੋਈ ਜਗ੍ਹਾ ਨਹੀਂ ਪ੍ਰਿਥਵੀ 'ਤੇ ਜਿਹੜੀ ਰਹਿ ਜਾਵੇ। 1 ਮਹੀਨੇ ਦੇ ਬਾਅਦ ਜੇ ਤੁਸੀਂ ਨਾ ਆਏ ਫਿਰ ਮੈਂ ਤੁਹਾਨੂੰ ਮਾਰ ਦਿਉ। ਮਹਾਵੀਰ ਅੰਗਦ ਹਨੂੰਮਾਨ ਲਾਲ ਨੀਲ ਜਾਮਾਵੰਤ ਕਰੋੜਾਂ ਦੀ ਦਾਇਤ ਚਾਰੋਂ ਦਿਸ਼ਾ ਨੂੰ ਚਲਾਏ। ਤਾਂ ਦਿਨ ਆ ਗਏ ਨੇੜੇ, ਤਾਂ ਸਮੁੰਦਰ ਦੇ ਕਿਨਾਰੇ ਬੈਠੇ ਬੰਦ ਵੀ ਆਇਆ ਕਹਿੰਦਾ ਸਮੁੰਦਰ ਕੌਣ ਲੱਭ ਸਕਦਾ? ਤਾਂ ਨਾਲ ਨੀਲ ਕਹਿੰਦੇ ਵੀ ਅਸੀਂ ਤਾਂ 20 ਯੋਜਨ ਜਾ ਸਕਦੇ, ਫੇਰ ਨਹੀਂ। ਅੰਗਦ ਕਹਿੰਦਾ ਮੈਂ 80 ਯੋਜਨ ਜਾ ਸਕਦੇ, ਦੁਬਾਰਾ ਨਹੀਂ। ਉਹ ਜਾਮਾਵੰਤ ਕਹਿੰਦਾ ਯਾਰ ਤੁਸੀਂ ਚੋਗਰ ਹੈ, ਮੈਂ ਗਿਰਦ ਹੈ। ਜਦੋਂ ਮੈਂ ਜਾਣ ਸੀ ਮੈਂ ਬਰਾਤ ਦੀ ਪਕੰਨਿਆ ਕਰੀ 5 ਮਿੰਟਾਂ 'ਚ, ਅਤੇ 95 ਯੋਜਨ ਤਾਂ ਮੈਂ ਲੰਘ ਸਕਦਾ ਹਾਂ। ਉਹਦੇ 95 ਯੋਜਨ ਮਾਰਾ ਕੋਈ ਥੋੜ੍ਹਾ ਬੁੱਢਾ ਹਰੀ ਕੋ ਫੇਰ ਰਹਿੰਦੀ ਹੈ ਜੀ। ਫਿਰ ਮਹਾਵੀਰ ਜੀ ਨੂੰ ਕਿਹਾ ਵੀ ਤੂੰ ਲੰਘ। ਉੱਥੇ ਇੱਕ ਜਨਾਵਰ ਬੈਠਾ ਸੀ ਸੰਪਾਤੀ, ਜਿਸਕਾ ਨਾਮ ਸੀ ਜਟਾਊ ਦਾ ਭਰਾ। ਉਹਨੇ ਆਖਿਆ ਵੀ ਆਹ 5 ਦਿਨਾਂ ਦਾ ਭੁੱਖਾ, ਇਹ ਬਾਂਦਰ ਮੇਰਾ ਹਾਰ ਆ ਗਏ। 5 ਦਿਨਾਂ ਦਾ ਜਿਹੜਾ ਭੁੱਖਾ ਸੀ, 1 ਦਿਨ ਮੇਰਾ ਹਾਰ ਦਿੱਤਾ, ਮੈਂ ਖਾਊ ਸਾਰਿਆਂ ਨੂੰ। ਅਤੇ ਬਾਂਦਰਾਂ ਨੇ ਜੋ ਉੱਠਿਆ ਝਾਕਿਆ, ਡਰ ਲੱਗੇ ਵੀ ਇਹ ਨਿਕਲ ਗਈ ਸੰਪਾਤੀ। ਫਿਰ ਉਹ ਅੰਗਦ ਕਹਿੰਦਾ ਬਈ ਵੇਖੋ ਇਹ ਵੀ ਜਨਾਵਰ ਆਪਣੇ ਖਾਣ ਵਾਸਤੇ ਤਿਆਰ ਬੈਠਾ ਹੈ। ਇਹਦਾ ਇੱਕ ਜਟਾਊ ਸੀ, ਉਹ ਵੀ ਅੱਗੇ ਜਨਾਵਰ ਸੀ, ਉਹਨੇ ਸੀਤਾ ਰਾਵਣ ਨਾਲ ਲੜਿਆ, ਸੀਤਾ ਨੂੰ ਛਡਾਉਣ ਲੱਗਿਆ, ਭਗਵਾਨ ਨੇ ਅੱਗੇ ਉਸਦੀ ਮੁਕਤੀ ਕਰੀ, ਉਹ ਵੀ ਜਨਾਵਰ ਸੀ। ਇਹ ਵੀ ਅੱਗੇ ਜਨਾਵਰ ਹੀ ਹੈ, ਆਪਾਂ ਨੂੰ ਖਾਣ ਵਾਸਤੇ ਬੈਠਾ। ਉਹਦਾ ਭਰਾ ਸੀ ਜਟਾਊ ਸੰਪਾਤੀ ਦਾ। ਉਹ ਆਖਦਾ ਯਾਰ ਆਹ ਗੱਲ ਕੀ ਹੈ ਦੱਸੀ ਤੁਸੀਂ? ਉਹ ਜਨਾਵਰ ਕਿਹੜਾ ਸੀ? ਵੀ ਜਟਾਊ, ਕਿਉਂਕਿ ਜਟਾਊ ਮਰ ਗਿਆ। ਉਹਦਾ ਰਾਵਣ ਨੇ ਫੰਗ ਵਰਤੇ, ਭਗਵਾਨ ਨੇ ਮੁਕਤੀ ਕਰ ਦਿੱਤੀ। ਉਹਦਾ ਤਾਂ ਮੇਰਾ ਭਰਾ ਸੀ, ਉਹਦਾ ਮੇਰੇ ਵੱਲੋਂ ਨੇ ਫੰਗ ਮੱਚੇ। ਅਸੀਂ ਦੋਵੇਂ ਅਰਨ ਦੇ ਪੁੱਤਰ ਆ, ਜਟਾਊ ਆ ਸੰਪਾਤੀ ਆ ਸੂਰੀ ਦਾ ਰਾਖਾ ਕਰਾਂ, ਉਹਦੇ ਲੜਕੇ ਦੋਵੇਂ। ਅਸੀਂ ਆਖਿਆ ਵੀ ਆਪਦੇ ਪਿਓ ਨੂੰ ਮਿਲਾਈਏ, ਅਰਨ ਸੂਰਜ ਵੇਖੀਏ ਕਿੱਡਾ ਉੱਚਾ। ਅਗੇ ਉੜਤੇ ਗਏ, ਉੜਤੇ ਗਏ ਦੋਵੇਂ ਭਰਾ ਪਾਸ ਨੂੰ। ਅਗੇ ਇਹ ਜਟਾਊ ਦਾ ਵੀ ਮੁੜ ਆਇਆ, ਫੱਕ ਗਿਆ। ਮੈਂ ਅੱਗੇ ਹੰਕਾਰ ਕਰਿਆ ਵੀ ਮੈਂ ਸੂਰਜ ਨੂੰ ਵੇਖ ਕੇ ਮੁੜੂ, ਤਾਂ ਸੂਰਜ ਦੇ ਨੇੜੇ ਮੈਂ ਗਿਆ, ਮੇਰੇ ਫਲ ਮੱਚ ਗਏ ਅਤੇ ਮੈਂ ਅੱਗੇ ਗਿਰ ਗਿਆ ਪ੍ਰਿਥਵੀ 'ਤੇ। ਇੱਕ ਰਿਸ਼ੀ ਨੇ ਮੇਰੀ ਪਾਲਣਾ ਕਰੀ, ਹੁਣ ਮੇਰੇ ਮਨ ਮਾੜੇ ਮਾੜੇ ਫਾਰਾ ਹੁੰਦੇ ਆ, ਅਤੇ ਮੈਂ ਐਸਾ ਬਲੀ ਹਾਂ। ਮੈਂ ਆਪਦੇ ਮੁੰਡੇ ਨੂੰ ਸ਼ਰਾਬ ਦੇਣ ਲੱਗਿਆ ਸੀ, ਇੱਕ ਉਹਦਾ ਲੜਕਾ ਸੀ ਸੰਪਾਤੀ ਦਾ, ਵੀ ਮੈਂ ਭੁੱਖਾ ਜਾ ਮੇਰੇ ਵਾਸਤੇ ਭੋਜਨ ਲਿਆ। ਉਹ ਦਸੋ ਦਿਸ਼ਾ ਨੇ ਉਹਦਾ ਲੜਕਾ ਗਿਆ, ਸ਼ੇਰ ਉਹ ਵੀ ਛੱਡਦਾ ਸੀ, ਹਾਥੀ ਉਹ ਵੀ ਛੱਡਦਾ ਸੀ। ਉਹ ਕਿਤੇ ਹਨੇਰਾ ਹੋ ਗਿਆ ਆਇਆ ਨੂੰ, ਉਹ ਆਹਦਾ ਮੈਂ ਤੈਨੂੰ ਸਲਾਮ ਦੇ ਵੀ ਤੁਹਾਡਾ ਪੁੱਤਾ ਭੁੱਖਾ ਬੈਠਾ, ਇੰਨਾ ਚਿਰਾਂ ਕੋਲ ਲਿਆ ਨਹੀਂ। ਉਹ ਆਹਦਾ ਜੀ ਲਿਆਵਾਂ ਕੀ? ਮੈਂ ਤਾਂ ਕੌਤਕ ਦੇਖਿਆ ਕਿ ਤਾਂ ਮੈਨੂੰ ਸਿਰ ਲੱਗ ਗਿਆ। ਕੌਤਕ ਕੀ ਦੇਖਿਆ? ਇੱਕ ਅੱਗੇ ਬੰਦੇ ਦੇ 10 ਸਿਰ ਅਤੇ 20 ਬਾਹਾਂ, ਅਤੇ ਉਹ ਅੱਗੇ ਆਕਾਸ ਮਾਰਨਾ ਇੱਕ ਇਸਤਰੀ ਨੂੰ ਲਈ ਹੈ, ਦੇਖਿਆ ਨੀ? ਉਹ ਮੈਨੂੰ ਚੜ੍ਹ ਜਾਊਗਾ, ਆਹ ਤਾਂ ਨਹੀਂ ਮੈਂ ਤੈਨੂੰ ਭੋਜਨ ਲਿਆਂਦਾ ਛੇਤੀ। ਉਹ ਮੈਂ ਵਿਹਲਾ ਚਿਰ ਲੱਗ ਗਿਆ, ਮੈਨੂੰ ਤਾਂ ਦਿਲ ਛਿੜ ਗਿਆ। ਉਹਦਾ ਸੁਭਾਅ ਕੌਤਕ ਦੇਖਿਆ, ਤਾਂ ਦਾ ਫਿਰ ਵੀ ਉਹ ਬਾਂਦਰ ਨੂੰ ਕਹਿੰਦਾ ਮੈਂ ਤੈਨੂੰ ਬਾਹਰ ਛੱਡ ਦਿੰਦਾ, ਤੁਸੀਂ ਜੋ ਭਗਵਾਨ ਨੇ ਉਹਦੇ ਜਸੂਸ ਹੈ, ਤੁਸੀਂ ਮੇਰੇ ਭਰਾ। ਉਹਨੇ ਬੈਠਣ ਤੋਂ ਉਹਨੂੰ ਸੋਚਿਆ ਮੈਂ ਤਾਂ ਕਿਰਿਆ ਕਰਮ ਕਰਦਾ, ਤਾਂ ਫਿਰ ਸੀਤਾ ਨੂੰ ਰਾਵਣ ਲੈ ਗਿਆ। ਉਹ ਸ਼ੋਕ ਬਾਗ ਨੇ ਬੈਠੀ ਹੈ ਜਾਓ। ਤਾਂ ਫਿਰ ਮਹਾਵੀਰ ਜੀ ਨੇ ਛਾਲ ਮਾਰੀ, ਪਹਿਲੇ ਕਮਿਸ਼ਨ ਦੇ ਕਰੇ ਗਏ। ਬਾਪੂ ਉਹ ਕਹਿੰਦਾ ਪਿੱਛੋਂ ਫਿਰ ਸਾਰੇ ਰੋਂਦੇ ਕਰਲਾਉਂਦੇ ਰਹੇ, ਪਿਤਾ ਦੇ ਕਿਸੇ ਤੋਂ ਬਨਵਾਸ ਜਾਂਦੇ ਰਹੇ, ਨਾਲ ਨਾਲ ਗਏ ਜਨ ਨਿਸ ਲੈਣ। ਸੀਤਾ ਨੇ ਆਪ ਚਰਾ ਕੇ ਲੈ ਗਿਆ ਵਿੱਚ ਜਾ ਕੇ, ਛੱਡ ਕੇ ਸ਼ੋਕ ਬਾਗ ਦੇ ਬੜੇ ਦੁੱਖੋਂ ਦੇ ਪਤੀ ਦੇ ਬਲਾ ਲਏ, ਨਾਨਾ ਤਰਾਣੀਆਂ ਤਕਲੀਫਾਂ ਸਹਿਜ ਵਜਨ ਸਤਾਰਾਂ ਦਾਨ ਮੇਰਾ ਮੈਂ ਕੌਣ ਹੋ ਗਏ। ਸੀਤਾ ਸੰਤਾਪ ਦੇ ਪਿੱਛੇ, ਰਾਵਣ ਖਪਾਦਾ ਇਸ ਪਾਪ ਦੇ ਪਿੱਛੇ, ਲੰਕਾ ਦੇ ਪੀ ਉਸਦੇ ਭਈਆ ਦੇ ਰਹੇ। ਜਦੋਂ ਭਵਿਸ਼ਣ ਨੇ ਲੱਕ ਮਾਰੀ, ਭਵਿਸ਼ਣ ਦੇ ਰਾਵਣ ਉਹ ਸਮਝਾਉਂਦਾ ਖੁਸ਼ ਚਲਿਆ ਜਾ, ਹਮਾਰੇ ਵੈਰ ਵੀ ਆ ਕੇ ਮੇਰੇ ਕੋਲ ਸਿਰ ਸਰਦਾ, ਅਸੀਂ ਕੋਈ ਸ਼ੂਰ ਨਾ ਕਰਤਾ,
ਤਾਂ ਭਵਿਸ਼ਣ ਰੋਂਦਾ ਹੋਇਆ ਭਗਵਾਨ ਕੋਲ ਚਲੇ ਗਿਆ। ਇਹ ਸੀ ਸਮਝ ਇਹਨੂੰ ਨਾਲ ਲੈ ਜਾ। ਤੇ ਮਹਾਤਮਾ ਨੇ ਕਿਹਾ ਜਿੱਦਣ ਇਹ ਤੂੰ ਨਰਾਤਰੀ ਕਰਤੀ ਨਾ ਇਹਦੀ ਇਹਦੇ ਲੱਕ ਮਾਰੀ ਤੁਮਾਰੀ ਲੰਕਾ ਦੀ ਬੇਤਵਾਹੀ। ਉਹ ਭਵਿਸ਼ਣ ਸੀ ਸ੍ਰੀ ਰਾਮ ਚੰਦਰ ਨੇ ਕਿਹਾ ਰੱਖਾ ਦਸ ਵਾਰ ਲੜਕਾ ਭਵਿਸ਼ਣ ਸੀ ਨਹੀਂ ਸਾਚਾ ਰਾਮ ਕੈਸੇ ਲੰਕਾ ਦੇਵੀ ਉਸਦੇ ਭਈਆ ਦੇ ਰਹਿਣ। ਜਦੋਂ ਭਗਵਾਨ ਕੋਲ ਗਿਆ ਭਵਿਸ਼ਣ ਉਹਨੇ ਕਹਿਤਾ ਉਹ ਆਓ ਲੰਕੇਸ਼ ਤੁਮ ਕੈਸੇ ਆਏ ਲੰਕੇਸ਼ ਨਹੀਂ ਤੇ ਨਿਕਲ ਗਿਆ। ਮਾਨ ਕਹਿੰਦੇ ਮਹਾਰਾ ਲੰਕਾ ਤੇ ਈਸ਼ਨੂੰ ਲੰਕੇਸ਼ ਕਿਹਾ ਜਾਂਦਾ ਤੁਸੀਂ ਇਹਨੂੰ ਲੰਕੇਸ਼ ਕਹਿਤਾ ਤੇ ਰਾਵਣ ਲੰਕੇਸ਼ ਤੋਂ ਰਾਵਣ ਹਜਲਾ ਲੰਕਾ ਲਈ ਬੈਠਾ ਉਹਦਾ ਨਹੀਂ ਲੰਕਾ ਦੇਵੀ ਉਸਦੇ ਭਈਆ ਦੇ ਰਹਿਣ। ਜਦੋਂ ਭਗਵਾਨ ਕੋਲ ਗਿਆ ਭਵਿਸ਼ਣ ਉਹਨੇ ਕਹਿਤਾ ਉਹ ਆਓ ਲੰਕੇਸ਼ ਤੁਮ ਕੈਸੇ ਆਏ ਲੰਕੇਸ਼ ਨਹੀਂ ਤੇ ਨਿਕਲ ਗਿਆ। ਬਾਨੂ ਕਹਿੰਦੇ ਮਹਾਰਾ ਲੰਕਾ ਤੇ ਈਸ਼ੂ ਲੰਕੇਸ਼ ਕਿਹਾ ਜਾਂਦਾ ਤੁਸੀਂ ਇਹਨੂੰ ਲੰਕੇਸ਼ ਕਹਿਤਾ ਤੇ ਰਾਵਣ ਲੰਕੇਸ਼ ਤੋਂ ਰਾਵਣ ਹਜਲਾ ਲੰਕਾ ਲਈ ਬੈਠਾ ਉਹਦਾ ਨਹੀਂ ਲੰਕੇਸ਼ ਭਗਵਾਨ ਕਹਿੰਦੇ ਹੋਏ ਇਹ ਬੋਲ ਕੇ ਮਹਾਰਾ ਸੀਤਾ ਨੂੰ ਲੈ ਕੇ ਜੇ ਰਾਮ ਥੋੜੀ ਸ਼ਰਨ ਆ ਗਿਆ ਫਿਰ ਉਹਨੂੰ ਕੀ ਦੇਵੋਗੇ ਲੰਕਾ ਦਾ ਤੁਸੀਂ ਇਹਨੂੰ ਬਖਸ਼ਤੀ ਉਹਦਾ ਐਸਾ ਹਟ ਗਿਆ ਹੈ ਰਾਮ ਹਮਾਰੀ ਸ਼ਰਨ ਨਹੀਂ ਆਉਂਦਾ ਰਾਮ ਲੋ ਜੇ ਆ ਗਿਆ ਤਾਂ ਲੰਕਾ ਦਾ ਇਸ਼ਤਾ ਭਵਿਸ਼ ਨੂੰ ਬਣਾਉਣਾ ਬਨਵਾਸ ਵਿੱਚ ਵੀ ਅਯੁੱਧਿਆ ਆ ਗਿਆ ਘਰ ਘਰ ਵਿੱਚ ਤਾਂ ਮੰਦਰ ਸ਼ਾਹਦਾ ਛਿੜਕਿਆ ਅਦਰਕ ਲੈਣ ਵਜਨ ਸਤਾਰਾਂ ਗਾਮ ਦੇ ਰਮਾਇਣ ਹੁਣ ਫਿਰ ਬੈਠਾ ਹੈ ਭਰਾਈ ਨਾਮ ਤੂੰ ਜਿਸਨੇ ਤਿਆਗੀ ਸੀਆ ਉਹ ਰਾਮ ਤੂੰ ਉਹ ਠਾੜੇ ਨੈਣ ਸੇ ਮਿਲਾ ਕੇ ਨੈਣ ਉਹ ਆ ਗਏ ਤੂੰ ਰਾਮ ਕਹਿਣਾ ਜਿਹਨੇ ਦੇਖਣਾ ਹੈ ਸੀਤਾ ਬਾਤ ਨਿਕਾਲੀ ਉਹ ਗਈ ਹੈ ਜਾਂ ਕੋਈ ਹੋਰ ਜੇ ਤਾਂ ਉਹ ਗਈ ਤਾਂ ਆਪਣਾ ਫਿਕਰ ਕਰ ਲਾ ਜੇ ਤੇਰਾ ਇਹਨੇ ਨਾਮ ਹੀ ਕਰਾਇਆ ਫਿਰ ਤੈਨੂੰ ਕੁਛ ਨਹੀਂ ਆਉਂਦੇ ਆ ਗਏ ਪਤਾ ਲੱਗੂ ਤੈਨੂੰ ਸੀਤਾ ਸੰਤਾਪ ਦਾ ਮਿਲੂਗਾ ਨਤੀਜਾ ਤੈਨੂੰ ਇਸ ਨਾਮ ਦਾ ਉਹ ਤਾਂ ਉਹਨੇ ਆ ਗਏ ਮਸਤਾ ਸਭਾ 'ਚ ਕਹਿਣ ਵਜਨ ਸਤਾਰਾਂ ਰਾਮ ਦੇ ਰਮਾਇਣ ਨੂੰ ਬੱਚੇ ਉੱਠ ਕੇ ਖੜੇ ਹੋ ਕੇ ਭਗਵਾਨ ਕਹਿੰਦਾ ਇਹਨਾਂ ਨੂੰ ਰੋਕੋ ਇਹਨਾਂ ਕੋਲ ਕੋਈ ਹੋਰ ਗਾਣਾ ਸੁਣੋ ਰਾਵੇ ਜੀ ਨਹੀਂ ਅਸੀਂ ਤਾਂ ਜਦੋਂ ਆਪਦੀ ਖੁਸ਼ੀ ਆਉਂਦੀ ਅਸੀਂ ਉਦੋਂ ਗਾਣਾ ਗਾਉਂਦੇ ਛੱਡ ਕੇ ਜਾਗਰ ਸਾਡੇ ਆਪ ਨਾ ਮਗਰ ਅਸੀਂ ਆਪਦੀ ਖੁਸ਼ੀ ਤੋਂ ਬਿਨਾਂ ਗਾਣ ਦੇ ਨਾ ਗਾਣੇ ਨੂੰ ਸਾਨੂੰ ਕਿਸੇ ਚੀਜ਼ ਦੀ ਨਾ ਇੱਛਾ ਰਹਿਣ ਦਿੱਤੀ ਅਸੀਂ ਨਾ ਸਿਆਣ ਦੇ ਕਰਾਉ ਕਰਾਜੇ ਗਾਣੇ ਨੂੰ ਸਾਡੀ ਕੁਟੀਆ ਤੇ ਗਾਣਾ ਤਾਂ ਜੋ ਪਦਾਰਥ ਹੈ ਕੱਲ੍ਹ ਨੂੰ ਮਿਲਦੇ ਬਾਅਦ ਬਹੁਤ ਖਾਣੇ ਨੂੰ ਹੋ ਗਈ ਕਾਫੀ ਦੇਰ ਅਸੀਂ ਆਏ ਸੀ ਕਰਨ ਸਾਹਿਬ ਹੁਣ ਅਸੀਂ ਜਾਣਨਾ ਹੈ ਆਪਦੇ ਟਿਕਾਣੇ ਨੂੰ ਅਸੀਂ ਤਾਂ ਆਪਦੇ ਟਿਕਾਣੇ ਨੂੰ ਜਾਣਿਆ ਸਾਡੀ ਖੁਸ਼ੀ ਆਈ ਤੁਹਾਨੂੰ ਗਾਣਾ ਸੁਣਾਤਾ ਹਮਾਰਾ ਰਾਸਤਾ ਛੱਡ ਦਿਓ ਤਾਂ ਬਾਲਮੀਕ ਦੇ ਚਰਨਾਂ ਤੇ ਆ ਕੇ ਬੱਚੇ ਗਿਰੇ ਕਿਉਂ ਬੇਟਾ ਮਹਾਰਾਜ ਰਾਮਾਇਣ ਸੁਣਾ ਕੇ ਸਾਰੀ ਮਗਰੋਂ ਨੂੰ ਠੋਕਰੀ ਮਾਰ ਰਹੇ ਵੀ ਤੈਨੂੰ ਸਤਵੰਤ ਦੀ ਸੀਤਾ ਦਾ ਵੀ ਪਤਾ ਲੱਗਾ ਅੱਛਾ ਫਿਰ ਕੋਈ ਗੱਲ ਬਣ ਦੇ ਵਸ਼ਿਸ਼ ਦੇ ਬਾਸ ਭਗਵਾਨ ਸ੍ਰੀ ਰਾਮ ਕਹਿੰਦੇ ਮਹਾਰਾਜ ਮੇਰੇ ਤੈਨੂੰ ਭਾਗ ਗਿਆ ਤਾਰਾ ਅਯੁੱਧਿਆ ਖਾ ਮੈਂ ਰਾਜਾ ਹਾਂ ਮੈਨੂੰ ਅਸ਼ਮੇਧ ਕਰਨਾ ਚਾਹੀਏ ਅਸ਼ਮੇਧ ਕਰਿਆ ਜਾਂਦਾ ਸ਼ਾਮ ਕੰਨ ਘੋੜਾ ਲੈ ਜਾਂਦਾ ਪ੍ਰਿਥਵੀ ਦੀ ਧਾਰਨਾ ਕਰਨੀ ਪੈਂਦੀ ਮਗਰ ਸ਼ੂਲੀ ਜਾਂਦੇ ਜਿਹੜਾ ਲੋਕੇ ਉਹਦੇ ਨਾਲ ਲੜਨਾ ਪੈਂਦਾ ਤਾਂ ਐਸੀਆਂ ਸਜਾਵਟਾਂ ਪੂਰੀ ਬਣਾਈਆਂ ਹੁੰਦੀ ਹੈ ਤਿਆਰੀ ਅਸ਼ਮੇਧ ਦੀ ਜੱਗ ਦੀ ਪੈਂਦੇ ਛਣਕਾਟੇ ਰੰਭਾਂ ਦੀ ਨਿਰਤ ਦੇ ਹੋਮਦੇ ਸਾਰੇ ਫਿਰ ਫੈਜ ਫੈਜ ਦੀ ਸੁਗੰਧੀ ਅੱਗ ਦੀ ਹੁੰਦੀ ਹੈ ਤਿਆਰੀ ਸ਼ਮੇਹ ਦੀ ਅੱਗ ਦੀ ਸ਼ੰਕਰ ਸ਼ੰਕਰ ਆਇਆ ਵਿਸਕਰਮਾ ਤਾਰਾ ਸੁਰਨਾਰਦ ਮਹੇਸ਼ ਵਰਮਾ ਹੁੰਦੀ ਹੈ ਚੜਾਈ ਨਾਲ ਪਤੀ ਖੱਗ ਦੀ ਖਰਪਤੀ ਗੜ ਬਣ ਕਿਉਂ ਕੋਲਾ ਪਹੁੰਚੇ ਤਪ ਤ੍ਰਿਸ਼ੀ ਕਿੰਨਰ ਗੁੰਧਾਰਵਾ ਦੇ ਸਭ ਤ੍ਰਿਸ਼ੀ ਅਗਨੀ ਸਮਾਨ ਜੀ ਦੀ ਤੇਜੀ ਤੱਕ ਦੀ ਹੁੰਦੀ ਹੈ ਤਿਆਰੀ ਅਸ਼ਮੇਹ ਦੀ ਅੱਗ ਦੀ ਕਰਦੇ ਤਿਆਰ ਨਾਸਤਾ ਤਰੰਗੂ ਮਗਰ ਵਧਾਵੇ ਸ਼ੂਰਵੀਰ ਜੰਗ ਨੂੰ ਤੇਰੇ ਤੇ ਮਿਹਰ ਗੁਰੂ ਕਰ ਰੱਖਦੀ ਹੁੰਦੀ ਹੈ ਤਿਆਰੀ ਸ਼ਮੇਹ ਦੀ ਰੱਖਦੀ ਧੁਜਾ ਮਤਾਤਾ ਸਾਰੇ ਸ਼ਹਿਰ ਮੇ ਲਗਾਈਆਂ ਗਈਆਂ ਬਿਜਲੀਆਂ ਦੇ ਆਗੇ ਜਗਾਏ ਗਏ ਜਗ੍ਹਾ ਜਗ੍ਹਾ ਤੇ ਸੰਤ ਦੀ ਸ਼ਿਕਾਈ ਕਰੀ ਗਈ ਕਰੋੜਾਂ ਹੀ ਦੇਵਤੇ ਆ ਗਏ ਕਰੋੜਾਂ ਹੀ ਰਿਸ਼ੀ ਆ ਗਏ ਸ਼ਾਮ ਕਰਨ ਘੋੜਾ ਇੰਦਰ ਕੋਲ ਲਿਆਂਦਾ ਗਿਆ ਤਾਂ ਉਹਦੀ ਛਾਤੀ ਉਹਦੇ ਪਰਚਾ ਸੁਨਹਿਰੀ ਅੱਖਾਂ 'ਚ ਲੈ ਕੇ ਲਾਉਂਦੇ ਚਾਂਦੀ ਸੋਨੇ ਦੇ ਵਿੱਚ ਤਰੰਗ ਨੂੰ ਮੜਦੇ ਘੋੜੇ ਨੂੰ ਪਰਚਾ ਇਹ ਲਿਖਿਆ ਜਾਂਦਾ ਵੀ ਇਹ ਸਮਰ ਦਾ ਘੋੜਾ ਯੁੱਧ ਦਾ ਹੈ ਜਿਹੜਾ ਉਹਨੂੰ ਕੋਈ ਰੋਕੇ ਪਿੱਛੇ ਦੇ ਸੈਨਾ ਬੜੇ ਮਹਾਂਸ਼ੂਰੀ ਹੈ ਉਹਨਾਂ ਨਾਲ ਯੁੱਧ ਕਰਨਾ ਪਊਗਾ ਤਾਂ ਹੁਣ ਸ੍ਰੀ ਰਾਮ ਚੰਦਰ ਜੀ ਅਸ਼ਮੇਧ ਜਾ ਕਰਨ ਵਾਸਤੇ ਹੋਮਦੀ ਮੁਕੰਮਿਆ ਕਰਨ ਵਾਸਤੇ ਘੋੜਾ ਛੱਡਿਆ ਜਾਂਦਾ ਦੇਖਾਂ ਭਲਾ ਕੈਸੇ ਕਰਦੇ
मैं कुछ कर सकता नहीं, जग दी गति अपार कमिया वास दे असब किया साची मूरे पर चल गया लिख के ना किसे तो डरना फड़े सब जाया लिख के पऊगा युद्ध करना मगर चढ़े आओ चांदी सोने बिच सिद्ध रंग माड़े आओ छता समर गलत कच गए वीर है पौधे जाते दंड रहे ਦੁਬੀਨ ਪੀਰੀ ਪੇਰੀਆਂ ਵੱਜਣ ਜੀ ਜੋ ਸ਼ਿੰਗਾਰ ਜੰਗ ਦੇ ਬਾਰ ਦਾ ਸਮਾਨ ਲੱਗ ਪੇ ਭੱਜਣ ਜੀ ਸਿਬਾ ਸਲਾਰ ਜੰਗ ਦੇ ਆਮਦੀਆਂ ਜੋਸ਼ ਦੀਆਂ ਲਖ ਬਾਣੇ ਆਓ ਸੁਣ ਕੇ ਤਮਰ ਚਾਂਦੀ ਸੋਨੇ ਵਿੱਚ ਸਿੱਧ ਰੰਗ ਮਾਣੇ ਆਓ ਛੱਡਦਾ ਸਮਰ ਲੰਘਿਆ ਸੀ ਟਾਕਰਾ ਲਵਾ ਸੁਰ ਨਾ ਸ਼ਤਰੂ ਹਨ ਮੁੰਦਾ ਹਰ ਵੇਲੇ ਹੋਰੇ ਮੁੰਦਾ ਸੀ ਫੁਰ ਨਾ ਉਹ ਤਨ ਸ਼ੇਤਨ ਮੁੰਦਾ ਜਦੋਂ ਫਿਰ ਰਾਨ ਕੀ ਤਲਾ ਜਵਾਨੇ ਆਓ ਮਾਰਤਾ ਕਮਰ ਚਾਂਦੀ ਸੋਨੇ ਵਿੱਚ ਸਿੱਧ ਰੰਗ ਮਾਣੇ ਆਓ ਛੱਡਦਾ ਸਮਰ ਮੇਰੇ ਨਾਲ ਆਵਦਾ ਤੁਰੰਗ ਨੱਚਦਾ ਮਗਰ ਸੈਨਾ ਪਾਰੀ ਹੈ ਜਿਹੜਾ ਮੂਹਰੇ ਆ ਜੇ ਉਹ ਕਦੇ ਨੀ ਬਚਦਾ ਅਗਾਹਾਂ ਨੂੰ ਤਿਆਰੀ ਹੈ ਚਾਂਦੀ ਸੋਨੇ ਵਿੱਚ ਸਿੱਧ ਰੰਗ ਮਾਣੇ ਆਓ ਛੱਡਦਾ ਸਮਰ ਆ ਗਿਆ ਕੋਲੇ ਯੋਗੀ ਦੇ ਦੁਆਰ ਤੇ ਮੁੱਛਦਾ ਵੇਲਾ ਨੂੰ ਹੋ ਗਈ ਮਿਹਰ ਸ਼ਰੀ ਅਕਬਾਰ ਤੇ ਮਟਾ ਦੂ ਦੁੱਖ ਜੇਲਾ ਨੂੰ ਮੂੰਹ ਦੇ ਸ਼ਬਦ ਪਾੜੇ ਆਏ ਕਰ ਤੂੰ ਅਮਰ ਨੂੰ ਕਰ ਤੂੰ ਅਮਰ ਨੂੰ ਚਾਂਦੀ ਸੋਨੇ ਵਿੱਚ ਸੀ ਤੁਰੰਗ ਮਰਿਆ ਛੱਡਦਾ ਸਮਰ ਨੂੰ ਚਾਂਦੀ ਸੋਨੇ ਵਿੱਚ ਸੀ ਤੁਰੰਗ ਮਰਿਆ ਮਾਵਾ ਘੋੜਾ ਛੱਡਦਾ ਸਮਰ ਨੂੰ ਯੁੱਧ ਨਹੀਂ ਉੱਗਦੀ ਗੱਲ ਕੱਟ ਕੇ ਵੀ ਹੀਰਾ ਪਾਉਂਦੇ ਜਾਂਦੇ ਦੰਡ ਹੈ ਸ਼ਤਰੂ ਹਨਨ ਸ਼ਤਰੂਆਂ ਦਾ ਨਾਸ ਕਰਨ ਵਾਲਾ ਸ਼ਤਰੂ ਹਨ ਪਹਿਲੇ ਸ਼ਤਰੂ ਹਨਨ ਹੁਕਮ ਵਾਲਾ ਸ਼ਤਰੂ ਹਨਨ ਨਾਲ ਸ਼ੂਰਵੀ ਹੈ ਫੌਜਾਂ ਦਾ ਕਮਾਂਡਰ ਲਕਸ਼ਮਣ ਦੀ ਤੇ ਸ਼ਤਰੂਗਨ ਦੀ ਇੱਕ ਸ਼ਕਲ ਹੈ ਭਰਤ ਦੀ ਤੇ ਰਾਮ ਦੀ ਇੱਕ ਸ਼ਕਲ ਹੈ ਭਰਤ ਸ਼ਾਮਲੇ ਰੰਗ ਦਾ ਭਗਵਾਨ ਵੀ ਸ਼ਾਮਲੇ ਰੰਗ ਦਾ ਜੇ ਇਕੱਠੇ ਬੈਠੇ ਉਹਨਾਂ ਨੂੰ ਪਛਾਣ ਲਈ ਵੀ ਰਾਮ ਇਹਨਾਂ 'ਚ ਕਿਹੜਾ ਜੇ ਸ਼ਤਰੂ ਬਣ ਕੇ ਲਕਸ਼ਮਣ ਬੈਠੇ ਉਹਨਾਂ ਨੂੰ ਪਛਾਣ ਨਹੀਂ ਆਉਂਦੀ ਲਕਸ਼ਮਣ ਚਲਾ ਤੇ ਸ਼ਤਰੂ ਬਣ ਕੇ ਦੁੱਧ ਵੀ ਨਕੀਰੀ ਭੇੜੀਆਂ ਵੱਜਣ ਜੀ ਜੋ ਸ਼ਿੰਗਾਰ ਜੰਗ ਦੇ ਬਾਰ ਦਾ ਸਮਾਨ ਲੱਗ ਪਈ ਗੱਦੀ ਦੀ ਸੇਵਾ ਸਲਾਰ ਜੰਗ ਦੇ ਆਮ ਦੀ ਖੁਸ਼ਹਾਲੀ ਦੇ ਹਰਖ ਬੜਿਆ ਸੁਣ ਕੇ ਤਮਰ ਨੂੰ ਤਮੂਰ ਨੂੰ ਆਜਾ ਹੋ ਜਾਣਾ ਨਾਲ ਲੱਗ ਗਿਆ ਸੀ ਟਾਕਰਾ ਲਵਣ ਸੁਰਨ ਲਵਣਾ ਸਿਰਫ ਬੜਾ ਦੈਤ ਹੋਇਆ ਉਹਦੇ ਨਾਲ ਟਾਕਰਾ ਹੋਇਆ ਉਹ ਸ਼ਤਰੂਗਨ ਜੀ ਨੇ ਮਾਰਤਾ ਬੜੇ ਰਾਕਸ਼ ਮਾਰੇ ਅਖੀਰ ਆ ਗਿਆ ਘੋੜਾ ਯੋਗੀ ਦੇ ਦੁਆਰ ਤੇ ਬਾਰਵੀਂ ਰਿਸ਼ੀ ਦੀ ਕੁਟੀਆ ਤੇ ਘੋੜਾ ਆ ਗਿਆ ਮੁੱਛਦਾ ਹੈ ਵੇਲਾ ਨੂੰ ਹੋ ਗਈ ਹੈ ਮੇਰੇ ਸ਼ਹਿਰੀ ਇੱਕ ਵਾਰ ਤੇ ਮਗਾ ਨੂੰ ਦੁੱਖ ਜੇਲਾ ਨੂੰ ਗੁਰੂਆਂ ਦੇ ਮੂੰਹੋਂ ਦੇ ਸ਼ਬਦ ਪੜਿਆ ਕਰ ਦੂ ਅਮਰ ਨੂੰ ਚਾਂਦੀ ਸੋਨੇ ਵਿੱਚ ਸੀ ਤੁਰੰਤ ਮੜਿਆ ਛੱਡਦਾ ਸਮਾਂ ਨੂੰ ਬੱਚਿਆਂ ਨੂੰ ਪਤਾ ਲੱਗਿਆ ਲਾ ਕੁਛ ਵੀ ਇਹ ਕਹਿਦਾ ਘੋੜਾ ਆ ਗਿਆ ਯੁੱਧ ਦਾ ਆਪਦੀ ਮਾਤਾ ਕੋਲ ਬੈਠੇ ਬੈਠੇ ਤਾਂ ਘੋੜਾ ਖੜੀ ਚਲੀ ਜਾਂਦਾ ਉਹਨਾਂ ਦੀਆਂ ਬੂਟੀਆਂ ਲਾਈਆਂ ਉਹਨਾਂ ਨੇ ਪਹਿਲਾਂ ਪਰਚਾ ਪੜਿਆ ਹੈ ਘੋੜਾ ਸੀਧਾ ਪਰਚੇ ਲਿਖਿਆ ਰਾਘਵਾਂ ਦਾ ਘੋੜਾ ਧੂਮ ਪ੍ਰਕਮਿਆਂ ਵਾਸਤੇ ਧਰਨਾ ਕਰਨ ਵਾਸਤੇ ਛੱਡਿਆ ਮਗਰ ਉਹ ਸ਼ੂਰੀ ਦਾ ਉਹਨਾਂ ਨੇ ਗਲ ਦੇ ਵਿੱਚ ਪਾ ਕੇ ਰੱਸਾ ਦਰਾਖਤਾਂ ਨੂੰ ਲੜ ਲਿਆ ਇਤਨੀ ਮਗਰ ਸਾਰੀ ਸੈਨਾ ਸ਼ਤਰੂਗਨ ਭਗਵਾਨ ਰਾਮ ਦੇ ਛੋਟੇ ਭਰਾ ਉਹ ਆ ਗਈ ਉਹ ਇਸ਼ੀ ਕੁਮਾਰੋ ਘੋੜਾ ਸਾਡਾ ਕਿਹਨੇ ਮਿਲ ਲਿਆ ਕੋਈ ਸ਼ੂਰਨਾ ਇੱਥੇ ਪਾਵੇ ਜੀ ਅਸੀਂ ਮਿਲ ਰਿਹਾ ਤੁਸੀਂ ਬੱਚੋ ਮਿਲ ਰਿਹਾ ਹਾਂ ਇਹ ਫਿਰ ਘੋੜੇ ਦੇ ਅਸੂਲ ਦਾ ਵੀ ਤੁਹਾਨੂੰ ਪਤਾ ਅਗੇ ਜੀ ਪਤਾ ਨਹੀਂ ਪਤਾ ਇਹ ਛਾਤੀ ਮੂਰੇ ਨੇ ਪਰਚਾ ਪੜੋ ਕੀ ਲਿਖਿਆ ਪਾਵੇ ਨੂੰ ਇਹ ਪਰਚੇ ਤੇ ਲਿਖਿਆ ਵੀ ਰਾਘਵਾਂ ਦਾ ਘੋੜਾ ਪ੍ਰਿਥਵੀ ਦੀ ਭਾਵਨਾ ਕਰਨ ਵਾਸਤੇ ਛੱਡਿਆ ਹੈ
ਇਹਦੇ ਮਗਰ ਸੈਨਾ ਹੈ ਜਿਹੜਾ ਇਹਨੂੰ ਫੜੇ ਫੜਨ ਵਾਲੇ ਨੂੰ ਸ਼ੁਰੂ ਕਰਨਾ ਪੈਣਾ ਮਗਰ ਲੈਣਾ ਔਰ ਆਹੋ ਫਿਰ ਅਤੇ ਅਸੀਂ ਸਿਆਣ ਕੀ ਇਸੇ ਪੜ੍ਹ ਕੇ ਫੜਿਆ ਯੁੱਧ ਕੌਣ ਕਰੂੰ ਉਹ ਆਦੇ ਅਸੀਂ ਤਾਂ ਲਵ ਕੁਛ ਦੋਵੇਂ ਜਵਾਬ ਕਰਦੇ ਪਿੱਛੇ ਹੀ ਗੱਲ ਤੁਸੀਂ ਸਮਝੋ ਜਾਂ ਲੜਨਾ ਸੁਣਨਾ ਸਮਝੋ ਇਹ ਰਿਸ਼ੀ ਦਾ ਦੁਆਰਾ ਇਹ ਘੋੜਾ ਸਿੱਧਾ ਛੱਡਣਾ ਮੁਸ਼ਕਿਲ ਹੈ ਤਾਂ ਤੁਸੀਂ ਜੇ ਤੁਹਾਡੇ 'ਚ ਛਡਾ ਲਗਾ ਕੇ ਅਸੀਂ ਵੱਧਾ ਸਾਡੇ ਨਾਲ ਯੁੱਧ ਕਰਕੇ ਛਡਾਓ ਇੱਕ ਲਵ ਕੁਛ ਉਹਨਾਂ ਦੀ ਸੈਨਾ ਨੂੰ ਸ਼ਤਰੂ ਲੜਨ ਜਵਾਬ ਕਰਦੇ ਆ ਦੇਖਾ ਭਲਾ ਸ਼ਤਰੂ ਗੱਲ ਸਮ ਫੌਜ ਦੇ ਪਹੁੰਚੇ ਆ ਤਤ ਗਾਲਾ ਇਹ ਤਾਜੀ ਹੈ ਸਮਰ ਦਾ ਛੋੜ ਦਿਓ ਰਿਸ਼ੀ ਬੰਗਾਲਾ ਸੁਣ ਕੇ ਕਹਾਣੀ ਦੋਵੇਂ ਵੀਰ ਕੱਸ ਗਏ ਦੋਵੇਂ ਵੀਰ ਕੱਸ ਗਏ ਤੁਸੀਂ ਇੱਥੇ ਆਣ ਕੇ ਕਸੂਤੇ ਫਸ ਗਏ ਉਹ ਕਸੂਤੇ ਫਸ ਗਏ ਉਹ ਦੇਖ ਕੇ ਤੁਸਾਂ ਪਾਗੜਾ ਜਾਣਗੇ ਪਾਗੜਾ ਜਾਣਗੇ ਤਾਕਤ ਜੇ ਤੁਹਾਡੇ ਚੀਸ਼ ਨਾਲ ਆਣ ਕੇ ਉਸ ਨਾਲ ਆਣ ਕੇ ਉਹ ਗੁਰਬਤ ਸਾਡੀਆਂ ਕਰਾਈਆਂ ਬੂਟੀਆਂ ਉਹ ਕਰਾਈਆਂ ਬੂਟੀਆਂ ਚੰਦਰੇ ਜੇ ਟੱਟੂ ਤੋਂ ਮਿਸ਼ਾਈਆਂ ਬੂਟੀਆਂ ਉਹ ਮਿਸ਼ਾਈਆਂ ਬੂਟੀਆਂ ਫਿਰ ਆ ਗਏ ਮਗਰ ਪਰੇਵੇ ਮਾਨ ਕੇ ਪਰੇਵੇ ਗਮਾਨ ਕੇ ਤਾਕਤ ਜੇ ਤੁਹਾਡੇ ਚੀਸ਼ ਨਾਲ ਆਣ ਕੇ ਉਸ ਨਾਲ ਆਣ ਕੇ ਬਣਾਇਆ ਕੰਗ ਹੈ ਉਹ ਬਣਾਇਆ ਕੰਗ ਹੈ ਇਹੋ ਜਿਹਾ ਕਰਾਂਗੇ ਮਗਰ ਜੰਗ ਹੈ ਉਹ ਮਗਰ ਜੰਗ ਹੈ ਅਸੀਂ ਚਲੋ ਦੋਵੇਂ ਕਹਿਣ ਕੇ ਤਨ ਸ਼ਤਾਨ ਕੇ ਉਹ ਤਨ ਸ਼ਤਾਨ ਕੇ ਤਾਕਤ ਜੇ ਤੁਹਾਡੇ ਜੀਸ ਨਾਲ ਆਣ ਕੇ ਜੀਸ ਨਾਲ ਆਣ ਕੇ ਸਵੇਰੇ ਤੂੰ ਸਾਨੂੰ ਫਕਰ ਤਾਈ ਹੈ ਉਹ ਫਕਰ ਤਾਈ ਹੈ ਸਾਨੂੰ ਵੀ ਧਨਿਸ਼ ਵਿਦਿਆ ਬਣਾਈ ਹੈ ਵਿਦਿਆ ਬਣਾਈ ਹੈ ਉਹ ਅਸੀਂ ਕਿਹੜਾ ਵੀਰ ਜੀ ਚੁਨਾਰ ਤਾਨ ਕੇ ਜਿਆ ਚੁਨਾਰ ਤਾਨ ਕੇ ਉਹ ਤਾਕਤ ਜੇ ਤੁਹਾਡੇ ਚੀਸ਼ ਨਾਲ ਆਣ ਕੇ ਉਸ ਨਾਲ ਆਣ ਕੇ ਉਹ ਰਾਜਿਆਂ ਦੇ ਉੱਤੇ ਤਰੀ ਪਾਉਂਦੇ ਫਿਰਦੇ ਤਰੀ ਪਾਉਂਦੇ ਫਿਰਦੇ ਦੇਖ ਨਿਰਬਲਾਂ ਨੂੰ ਡਰਾਉਂਦੇ ਫਿਰਦੇ ਉਹ ਡਰਾਉਂਦੇ ਫਿਰਦੇ ਹਾਂਜੀ ਅੱਜ ਤੁਹਾਡੀ ਜੋਰ ਦੇਖਾਂਗੇ ਕਮਾਨਗੇ ਦੇਖਾਂਗੇ ਕਮਾਨਗੇ ਤਾਕਤ ਜੇ ਤੁਹਾਡੇ ਚੀਸ਼ ਨਾਲ ਆਣਗੇ ਉਸ ਨਾਲ ਆਣਗੇ ਦੇਸੀ ਲੋਕਾਂ ਦਾ ਮਤਾਇਆ ਹੈ ਮਤਾ ਉਹ ਮਤਾਇਆ ਹੈ ਮਤਾ ਅੱਜ ਤੁਹਾਡਾ ਯੁੱਧ ਵਿੱਚ ਲੱਗੂਗਾ ਪਤਾ ਹਾਂਜੀ ਲੱਗੂਗਾ ਪਤਾ ਉਹ ਆਤਮਿਆਂ ਦੇ ਰਾਧਿਆਂ ਦੀ ਯਾਦ ਨਾਨਕੇ ਕਹਿੰਦਾ ਯਾਦ ਨਾਨਕੇ ਤਾਕਤ ਜੇ ਤੁਹਾਡੇ ਚੀਸ਼ ਨਾਲ ਆਣਗੇ ਉਸ ਨਾਲ ਆਣਗੇ ਇਹ ਬਾਈ ਇਸ ਵੇਲੇ ਤੁਸਾਂ ਨੂੰ ਫਕਰ ਪਾਈ ਹੈ ਸਾਨੂੰ ਵੀ ਤਨਿਸ਼ ਵਿਦਿਆ ਪੜ੍ਹਾਈ ਅਸੀਂ ਕਿਹੜਾ ਵੀਰ ਜੀ ਚਮਿਆਰ ਬਣ ਕੇ ਇਹ ਤੁਹਾਡੇ ਚੁੱਕੇ ਖੇਤੀਆਂ ਵਿਦਿਆ ਵੀ ਇਹ ਵਿਦਿਆ ਪਹਿਲਾਂ ਰਿਸ਼ੀਆਂ ਕੋਲੋਂ ਹੋਈ ਹੈ ਸਾਨੂੰ ਕਿਸੇ ਨੇ ਪੜ੍ਹਾਇਆ ਦੇਸ਼ ਇਕੱਠਾ ਹੋ ਕੇ ਕੀ ਬਣਾਇਆ ਧੰਨਵਾਦ ਇਹੋ ਜਿਹਾ ਕਰਾਵਾਂਗੇ ਮਗਰ ਗੰਗਾ ਜੀ ਦੇ ਕੋਲ ਖੜ ਕੇ ਪਰਸ਼ਦਾਨ ਕੇ ਨਿਰਬਲਾਂ ਨੂੰ ਡਰਾਉਂਦੇ ਫਿਰਦੇ ਆ ਰਾਜਾਂ ਦੇ ਉੱਤੇ ਤੜੀ ਪਾਉਂਦੇ ਫਿਰਦੇ ਆ ਨਸਾਚਰਾਂ ਨੂੰ ਮਾਰਦੇ ਫਿਰਦੇ ਆ ਤੁਹਾਡੇ ਕਿਸੇ ਸ਼ੂਰਮੇ ਨਾਲ ਹੱਥ ਨਹੀਂ ਜੁੜਿਆ ਖੁਰਬੰਦ ਸਾਡੀਆਂ ਕਰਾਈਆਂ ਬੂਟੀਆਂ ਚੰਦਰੇ ਦੇ ਟੱਟੂ ਤੋਂ ਮਸ਼ਾਲੀਆਂ ਬੂਟੀਆਂ ਆ ਗਏ ਮਗਰ ਭਰੇ ਗਏ ਗਮਾਨ ਕੇ ਤਾਕਤ ਜੇ ਤੁਹਾਡੇ ਜਿਸ਼ਦਾ ਗਵਾਨ ਕੇ ਤੁਹਾਡੇ ਤਾਕਤਾਂ ਦਾ ਕੇ ਘੋੜਾ ਖੋਲੋ ਅਕਬਾਲ ਸਿੰਘਾਂ ਨਾਸੀ ਧੂਆਂ ਲਿਆ ਦਾਂਗੇ ਅੱਜ ਅੱਗੇ ਵਾਸਤੇ ਨਸੀਤਾ ਪਾ ਦਾਂਗੇ ਆਤਮਾ ਕਰਾ ਦਾਂਗੇ ਯਾਦ ਨਾਨਕੇ ਤਾਕਤ ਜੇ ਤੁਹਾਡੇ ਜਿਸ਼ਦਾ ਗਵਾਨ ਕੇ ਹੋਵੇ ਦਾ ਸ਼ਕਤੀਵਾਲ ਸੈਨਾ ਨੇ ਛੋਟੇ 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 ਜਿਹੜੇ ਬੱਚੇ ਇਹਦਾ ਸੁਤਾ ਬੋਲੇ ਕਿਆ ਹੁਣ ਰਿਸ਼ੀਆਂ ਦੇ ਬੱਚਿਆਂ ਨੂੰ ਮਾਰਾਂਗੇ ਇਹਨਾਂ ਨੂੰ ਫਿਰ ਸਮਝਾਈਏ ਉਹ ਲੜਕੇ ਤੁਸੀਂ ਪੂਜਣ ਵਾਲੇ ਰਿਸ਼ੀਆਂ ਦੇ ਬੱਚੇ ਹੈ ਤੁਹਾਡੇ ਚਰਨੀ ਹੱਥ ਲਾਉਣੇ ਇਹ ਤੁਹਾਨੂੰ ਕਿੱਥੋਂ ਬੁੱਧੀ ਹੋ ਜੀ ਘੋੜਾ ਤਾਂ ਸ਼ੁਰੂ ਮੈਂ ਬੰਦ ਹੈ ਜਿਹਨਾਂ ਕੋਲ ਸੈਨਾ ਤੁਸੀਂ ਨੇ ਬੱਚੇ ਸਾਨੂੰ ਸ਼ਰਮ ਆਉਂਦੀ ਹੈ ਜੇ ਤੁਹਾਡੇ ਨਾਲ ਲੜਦੇ ਹਾਂ ਜੇ ਕੋਈ ਪਹਿਲਵਾਨ ਬੱਚੇ ਆ ਗੱਲ ਘੁੱਟਦਾ ਹੋਵੇ ਲੜ ਲਾਵੇ ਪਿਆ ਉਹ ਸ਼ਰਮ ਨਹੀਂ ਖਾਂਦਾ ਕਾ ਸਵਾਇਦਾਨ ਹੁੰਦਾ ਇਸ ਵਾਸਤੇ ਅਸੀਂ ਸ਼ਰਮਣਾ ਮੰਨਦੇ ਹਾਂ ਅਤੇ ਜੇ ਤੁਸੀਂ ਉਹ ਕਰਨਾ ਹੋਣਗੇ ਲਹੂ ਦੇ ਇਸ਼ਨਾਨ ਵਾਲਾਂ 'ਤੇ ਤੰਗ ਲਾਂਗੇ ਚਿੱਬਣਾ ਇਸ਼ਨਾਨ ਵਾਲਾਂ 'ਤੇ
ਜਿਵੇਂ ਮਤਲਬ ਕੋਈ ਚਿਬੜ ਚੰਗੇ ਹੁੰਦੇ ਨਾ, ਐਂ ਬਾਰਾਂ ਤੇ ਲਾਵਾਂਗੇ ਤੈਨੂੰ ਟੰਗ, ਤੇ ਉਹ ਬੱਚੇ ਜਵਾਬ ਕਰਦੇ ਆ, ਯੁੱਧ ਚ ਜਵਾਬ ਆਵਾਂਗੇ ਲੋਹੇ ਦੇ ਚਣੇ, ਲੋਹੇ ਦੇ ਦਾਣੇ ਚੱਬਦਾ ਡਰਨਾ ਅਗਲਾ, ਇਹਨਾਂ ਦਾ ਤਲਵਾਰ ਮਾਰੂ ਤੇ ਨਹੀਂ ਚੱਬ ਕੇ ਖਾ, ਉਹ ਚੱਬਣੇ ਪੈਣਗੇ। ਇੱਕ ਜਵਾਬ ਲੱਭ ਪੁੱਛਦਾ, ਇੱਕ ਛੱਤੀ ਜਾਂਦਾ, ਉਸਨੇ ਫਿਰ ਜਵਾਬ ਸਾਲ ਹੁੰਦੇ ਦੇਖਾ ਦਾ ਲਾ ਕਹਿ ਸਕਦੇ। ਹੋ ਮਰਨਿਆ ਨੀ ਦੇਖ ਗਿਆ ਕਰਨ ਲੱਗਿਆ ਤਨ ਲਾ, ਰਤੀ ਰਤੀ ਬਰਬਾਦ ਗਿਆ ਕਰਨ ਲੱਗੇਗੀ ਹਮਾਲਾ। ਅਸੀਂ ਹੋ ਜਾਂਦੇ ਮਾਰਦੇ ਸ਼ਰਮ ਨਾ, ਬਾਲ ਕਹਿੰਦੇ ਲਾਲ ਲਾਲ ਲਾ ਕਰਮ ਨਾ, ਹੋਊਗਾ ਤੂੰ ਸਾਨੂੰ ਬਾਰੀ ਮਾਨ ਬਾਲਾ ਦੇ, ਟੰਗ ਰੰਗ ਚ ਬੜਾ ਸਮਾਨ ਬਾਲਾ ਦੇ। ਹੋਰ ਜਰਾ ਮੁੱਖ ਨੂੰ ਸੰਭਾਲ ਕੇ ਜਰਾ, ਯੁੱਧ ਚ ਜਵਾ ਦਿਆਂਗੇ ਲੋਹੇ ਦੇ ਚਣੇ। ਕੋਈ ਹੈ ਨੀ ਗੀ ਪਿਆਲੀ ਦੁੱਧ ਦੀ, ਉਹ ਪਿਆਲੀ ਦੁੱਧ ਦੀ ਸਮਾਨ ਬਾਲਾ ਦੇ। ਪਰਸ਼ੁਰਾਮ ਦਾ ਕੁਹਾੜਾ ਨਾ, ਰਿਸ਼ੀ ਦੇ ਪੁੱਤਰ ਖਾਲਾ ਜੀ ਦਾ ਵਾੜਾ ਨਾ, ਮੋੜ ਦਿਆਂਗੇ ਨੱਕ ਸਾਥ ਬਾਕੀ ਦੇ ਜਾਣੇ, ਯੁੱਧ ਚ ਜਵਾ ਦਿਆਂਗੇ ਲੋਹੇ ਦੇ ਜਾਣੇ। ਫਿਰ ਕਰਦੇ ਕ੍ਰੋਧ ਜਾਸ ਤੇ, ਸੱਦੇ ਨਾ ਕਿਸੇ ਨੇ ਨਿਉਂਦਾ ਖੋਣ ਵਾਸਤੇ, ਹੋਊਗਾ ਤੂੰ ਸਾਨੂੰ ਭਾਰੀ ਮਾਨ ਬਾਲਾ ਦੇ, ਟੰਗ ਲੰਗ ਚ ਬੜਾ ਸਮਾਨ ਬਾਲਾ ਦੇ। ਸਾਡੇ ਬਾਣ ਅੱਗੇ ਨਾ ਪਹਾੜ ਖੜਦੇ, ਜਾੜ ਕੇ ਕਮਾੜਾਂ ਦੇ ਉੱਪਰ ਕੱਸਦੇ, ਸਾਡੇ ਬਾਣਾਂ ਮੂਰੇ ਨਾ ਥਿਉਣੇ ਰਸਦੇ। ਅੱਜ ਜਾਂਦੇ ਦੇਖੀ ਜਿਹੜੇ ਨਾਲ ਦੇ ਬਾਣੇ, ਯੁੱਧ ਚ ਜਵਾ ਦਿਆਂਗੇ ਲੋਹੇ ਦੇ ਚਣੇ। ਦੇਖੋ ਕਿਵੇਂ ਟਿੱਡੀਆਂ ਫਲਾਈਆਂ ਖੀਰਾਂ ਨਾ, ਉਹ ਫਲਾਈਆਂ ਖੀਰਾਂ ਨਾ, ਆਣ ਕੇ ਖਹਿਣ ਮਹਾਸ਼ੂਰ ਵੀਰਾਂ ਨਾ। ਛੋਟੀ ਕੋਈ ਰਹਿੰਦੇ ਨੀ ਨਾ ਸ਼ਾਨ ਬਾਲਾ ਦੇ, ਟੰਗ ਲੰਗ ਚ ਬੜਾ ਸਮਾਨ ਬਾਲਾ ਦੇ। ਕਹਿੰਦਾ ਲਵ ਖੜਾ ਲਵ ਖੂਨ ਦਾ ਪਿਆਸਾ ਦੋ ਕੜੀ, ਕਰਕੇ ਵਿਖਾ ਦੀਏ ਤਮਾਸ਼ਾ ਦੋ ਕੜੀ। ਅਕਬਾਲ ਸਿੰਘ ਆ ਜਾ ਫੌਜ ਦੇ ਸਣੇ, ਆ ਜਾ ਫੌਜ ਦੇ ਸਣੇ, ਯੁੱਧ ਚ ਜਵਾ ਦਿਆਂਗੇ ਲੋਹੇ ਦੇ ਚਣੇ। ਅਸੀਂ ਹੁਣ ਜਾਂਦੇ ਮਰਦੇ ਸ਼ਰਮ ਨਾ, ਕੀ ਲੜੀਏ ਬਾਲ ਕਹਿੰਦੇ ਨਾਲ ਲੜਨਾ ਧਰਮ ਨਾ, ਹੋਊਗਾ ਤੂੰ ਸਾਨੂੰ ਭਾਰੀ ਮਾਣ ਵਾਲਾ ਤੇ, ਟੰਗ ਲਾਂਗੇ ਚਿਬਣਾ ਸਮਾਨ ਵਾਲਾ ਤੇ। ਲਵ ਕਹਿੰਦਾ ਉਹ ਬੋਲ ਜਰਾ ਮੁੱਖ ਨੂੰ ਸੰਭਾਲ ਕੇ, ਜਰਾ ਲਾ ਦੇਣਗੇ ਲੱਗਣ ਡਰ ਤੈਨੂੰ ਬੇਡਰਾ। ਪੰਡਤ ਨੇ ਜਾ ਕੇ ਰਾਮ ਨੂੰ ਸਮਝਾਇਆ, ਉਹ ਆਂਦਾ ਮੈਂ ਕਈ ਵਾਰੀ ਸਿਰ ਵੜ ਵੜ ਕੇ ਸ਼ੰਕਰ ਨੂੰ ਦਾਨ ਕਰ ਕੈਲਾਸ਼ ਪਰਬਤ ਕੇ ਮੈਂ ਜੋਖਿਆ, ਇਹ ਬਾਂਦਰਾ ਬਾਬੇ ਮੇਰੇ ਮੂਹਰੇ ਕਿਵੇਂ ਖੜਨਗੇ। ਉਹ ਦੋ ਚਾਰ ਦਫਾ ਕਿਹਾ ਰਾਮ ਨੂੰ, ਕੋਈ ਅੰਗਦ ਕਹਿੰਦਾ ਯਾਰ ਮੈਂ ਤਾਂ ਸਮਝਾ ਜਿਹੜਾ ਆਪਣੇ ਮੂੰਹ ਨਾਲ ਵੀ ਵਡਿਆਈ ਕਰਦਾ ਉਹ ਹੁੰਦਾ ਮੂਰਖ ਹੈ, ਇੱਕ ਵਾਰੀ ਤੂੰ ਦੱਸ ਚੁੱਕਿਆ ਵੀ ਮੈਂ ਆਪ ਮੈਂ ਸਿਰ ਵੜ ਕੇ ਸ਼ੰਕਰ ਨੂੰ ਦਾਨ ਕਰੇ ਤੇ ਮੈਂ ਕੈਲਾਸ਼ ਹੀ ਪੱਟ ਲਿਆ ਹੀ ਜੋਖਿਆ। ਫਿਰ ਬਿੰਦੇ ਬਿੰਦੇ ਉਹੀ ਗੱਲ ਫੇਰ ਲਈ ਹੈ, ਕੋਈ ਨਵੀਂ ਗੱਲ ਦੱਸ। ਉਹ ਆਉਂਦਾ ਕਿ ਤੂੰ ਕਿਹੜਾ ਪੁੱਤਰਾ ਕਿ ਮੈਂ ਬਾਬੀ ਦਾ। ਅੱਛਾ ਠੀਕ ਆ ਤੇਰਾ ਅੱਗੇ ਪਿਓ ਰਾਜੀ ਖੁਸ਼ੀ ਨੂੰ ਪਤਾ ਸੀਗਾ ਰਾਜ ਨੂੰ ਵੀ ਰਾਮ ਨੇ ਮਾਰਤਾ ਬਾਲੀ ਮਸ਼ਕ ਵੀ ਕਰਦਾ ਰਾਮ, ਅਗਰ ਤੇਰਾ ਪਿਓ ਵੀ ਰਾਜੀ ਖੁਸ਼ੀ ਹੈ। ਉਹ ਆਉਂਦਾ ਮੇਰੇ ਪਿਓ ਨੂੰ ਤੂੰ ਪੁੱਛਣੀ ਅੱਗੇ ਕਿੱਥੇ, ਅਗਰ ਤੈਨੂੰ ਪਤਾ ਲੱਗੂਗਾ ਪੰਜਾ ਸੱਤਾਂ ਦਿਨਾਂ ਨੂੰ ਜਿੱਥੇ ਉਹ ਗਿਆ ਵਿਆ ਉੱਥੇ ਤੂੰ ਜਾਵੇ, ਉੱਥੇ ਜਾ ਕੇ ਸੁੱਖ ਸਾਲ ਪੁੱਛ ਲਈ ਜਾਵੇ ਵੀ ਉਹ ਬਾਅਦ ਸਵਰਗ ਨੂੰ ਚਲਾ ਗਿਆ ਤੇ ਤੈਨੂੰ ਲਵਾਉਣ ਵਾਲ ਉੱਥੇ ਪੁੱਛ ਲਈ ਜਾ। ਯੁੱਧ ਚ ਜਵਾ ਲਾਂਗੇ ਲੋਹੇ ਦੇ ਚਣੇ, ਪਰ ਇੱਥੇ ਕੋਈ ਹੈ ਨਹੀਂ ਗੀ ਪਿਆਲੀ ਦੁੱਧ ਦੀ, ਉੱਥੋਂ ਝਾਲ ਝੱਲੀ ਜਾਣੀ ਨਾ ਯੁੱਧ ਦੀ, ਬੱਚਿਓ ਕੋਈ ਦੁੱਧ ਦੀਆਂ ਪਿਆਲੀਆਂ ਨਹੀਂ, ਇਹ ਯੁੱਧ ਦਾ ਸਮਰਾ ਥੋੜੀ ਕੋਈ ਰਹਿਣੀ ਨਾ ਸ਼ਾਨ ਵਾਲਾਂ ਦੇ, ਟੰਗ ਲਾਂਗੇ ਜਿੱਪਣਾ ਸਮਾਨ ਵਾਲਾਂ ਦੇ। ਉਹ ਬੱਚੇ ਕਹਿੰਦੇ ਇੱਥੇ ਤਾਂ ਪਰਸਰਾਮ ਦਾ ਪਹਾੜਾ ਨਾ, ਇਹ ਪਰਸਰਾਮ ਦਾ ਘਾੜਾ ਨਹੀਂ, ਪੈਰੀ ਹੱਥ ਲਾ ਕੇ ਪਿਛਾਂ ਸਟਾ ਦੇਵਾਂਗੇ।
ਰਿਸ਼ੀ ਦੇ ਪੁੱਤਰ ਖਾਲਾ ਜੀ ਦਾ ਵਾਲਾ ਨੂੰ ਮੋੜ ਦਾਂਗੇ ਮੁੱਖ ਸਤਵੰਤੀ ਦੇ ਜਣੇ। ਜਿਹੜੀ ਸਤਵੰਤੀ ਆ ਉਹਦੀ ਸ਼ਕਤੀ ਨੂੰ ਤੁਸੀਂ ਜਾਣਦੇ ਕਿ ਨਹੀਂ? ਅਸੀਂ ਉਹਦੇ ਪੁੱਤਰ ਹਾਂ। ਉਹ ਕਹਿੰਦੇ ਕਾਹਨੇ ਫਿਰ ਕਰਦੇ ਕ੍ਰੋਧ ਜਾਸ ਤੇ ਸੱਦੇ ਨਾ ਕਿਸੇ ਨੇ ਨਿਉਂਦਾ ਪਾਉਣ ਵਾਸਤੇ। ਅੱਜ ਤੁਹਾਨੂੰ ਕਿਸੇ ਨੇ ਨਿਉਂਦਾ ਨਹੀਂ ਦਿੱਤਾ, ਤਾਹੀਂ ਕ੍ਰੋਧ ਕਰਦੇ ਹੋ। ਉਹਦੇ ਨਿਉਂਦਾ ਚਾੜ ਕੇ ਕਮਾਣਾ ਦੇ ਉੱਪਰ ਕੱਸ ਤੇ ਸਾਡੇ ਬਾਣਾ ਮੂਹਰੇ ਨੱਥੇ ਵਾਲੇ ਰਸਤੇ ਭੱਜੇ ਜਾਂਦੇ ਦੇਖਿਓ ਜਿਹੜੇ ਨਾਲ ਦੇ ਲੋਕ, ਜਿਹੜਾ ਨਾਲ ਲਈ ਫਿਰਦਾ ਤੇ ਉਹਨੂੰ ਭੱਜਿਆ ਜਾਂਦਾ ਨੇ ਵੇਖੀ। ਸ਼ਤਰੂਗਾ ਕਹਿੰਦਾ ਕਿਵੇਂ ਫਿਰ ਢਿੱਡੀਆਂ ਫਲਾਈਆਂ ਖੀਰਾਂ ਲੋਕਾਂ ਦੀਆਂ ਖੀਰਾਂ ਖਾ ਖਾ ਕੇ ਕਿਵੇਂ ਢਿੱਡ ਫਲਾਏ? ਆਣ ਕੇ ਖਾਣ ਮਹਾਂਸ਼ੂਰਵੀਰਾਂ ਨੇ, ਮਹਾਂਸ਼ੂਰਵੀਰਾਂ ਦੇ ਹੱਥ ਜੁੜਦੇ ਲੋਕਾਂ ਦੀਆਂ ਖੀਰਾਂ ਖਾਧੀਆਂ। ਕਹਿੰਦਾ ਲਵ ਖੂਨ ਦਾ ਪਿਆਸਾ ਦੋ ਘੜੀ ਕਰਕੇ ਮੁਖਾਲੀਏ ਤਮਾਸ਼ਾ ਦੋ ਘੜੀ। ਇਕਬਾਲ ਸਿੰਘ ਆ ਜਾ ਫੌਜ ਦੇ ਸਣੇ, ਤੈਨੂੰ ਫਿਰ ਮਹਾਰੀ ਦੀ ਤਰ੍ਹਾਂ ਅਸੀਂ ਤਮਾਸ਼ਾ ਕਰਕੇ ਬਹਾ ਦਈਏ? ਤਾਂ ਸ਼ਤਰੂਗਣ ਕਹਿੰਦਾ ਵੀ ਘੋੜਾ ਤਾਂ ਮੈਂ ਛੁੱਟਦਾ ਨਹੀਂ, ਚਲੋ ਕਰ ਦਿਓ ਸਫਾਈ ਇਹਨਾਂ ਦੀ ਬਾਣ ਦੇ ਨਾਲ। ਉਹ ਗਰਜਣਾ ਕਰਕੇ ਤਨ ਸ਼ਤਾਨ ਦਾ ਸ਼ਤਰੂਗਣ ਦੀ ਲਵੀ ਹੁਣ ਤਾਂ ਰਿਸ਼ੀ ਕੁਮਾਰ ਤੁਹਾਡੀ ਕਰੀਏ ਲਿਆ, ਹੁਣ ਤੁਸੀਂ ਮਰਨ ਵਾਸਤੇ ਤਿਆਰ ਹੋ ਜਾਓ, ਤੁਹਾਡੀ ਤਾਕਤ ਵੇਖ ਲਈਏ ਘੋੜੇ ਬੰਨਿਆ ਕਿਹੜੀ ਤਾਕਤ ਨਾਲ ਤੁਸੀਂ ਬੱਚਾ। ਹੁਣ ਆਪਸ ਨੇ ਸ਼ਤਰੂਗਣ ਦਾ ਤੇ ਲਵ ਦਾ ਯੁੱਧ ਹੁੰਦਾ, ਉਸ ਨੂੰ ਮੂਰਛਿਤ ਕਰਦਾ ਲਵ ਸ਼ਤਰੂਗਣ ਨੂੰ ਦੇਖਾਂ ਵਾਲਾ ਕੈਸੀ ਗੱਲ। ਸ਼ਤਰੂਗਣ ਦੇ ਕ੍ਰੋਧ ਸੇ ਨੇਤਰ ਹੋਏ ਕਰਾਂਗਾ ਲਾਲ, ਲੜਨੇ ਕੋ ਫਿਰ ਖੜੇ ਬਨ ਦੇਵੀ ਕੇ ਬਾਲ। ਤੁਹਾਡੇ ਵਿੱਚ ਦੇਖੀਏ ਕਿੰਨੀ ਕੁ ਤਾਕਤ ਹੈ, ਤੁਹਾਡੇ ਵਿੱਚ ਦੇਖੀਏ ਕਿੰਨੀ ਕੁ ਤਾਕਤ ਹੈ। ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਉਹ ਲੈ ਕੇ ਤੇ ਸਿਸੇ ਤੇ ਇੱਕ ਬਾਣ ਛੱਡਤਾ, ਰਸਤੇ ਦੇ ਵਿੱਚ ਫੇਰੇ ਉਹਨ ਵੱਟਦਾ। ਪਾਣੀ ਲੱਗ ਪੇ ਦਲਾ ਨਾ ਖੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਸ਼ਰਦੇ ਨੂੰ ਬਾਣਾ ਨੂੰ ਕਮਾਣਾ ਤਾਕੇ, ਵੱਜਦੇ ਦਲਾਂ ਚ ਜੀ ਹਜ਼ਾਰਾਂ ਬਣ ਕੇ, ਵੱਜਦੇ ਦਲਾਂ ਚ ਜੀ ਹਜ਼ਾਰਾਂ ਬਣ ਕੇ। ਉੱਤੋਂ ਪੀਰਾਂ ਨੇ ਬਣਾ ਦੀ ਰਹਿਣ ਜੀ, ਦਿਨ ਉੱਤੋਂ ਪੀਰਾਂ ਨੇ ਬਣਾ ਦੀ ਰਹਿਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਉਹ ਜੋ ਮੇਰੇ ਨੇਤਰਾਂ ਤੋਂ ਦੂਰ ਬੱਚਿਓ, ਉਹ ਜੋ ਮੇਰੇ ਨੇਤਰਾਂ ਤੋਂ ਦੂਰ ਬੱਚਿਓ, ਰਾਘੋਵੰਸ਼ੀ ਯੁੱਧ ਚ ਮਸ਼ਹੂਰ ਬੱਚਿਓ। ਬਿੰਦ ਲੱਗਿਆ ਤੂੰ ਸਾਨੂੰ ਕਹਿਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਉਹ ਮਿਲ ਗਿਆ ਹਾਰਜੀ ਸਿੰਘਾਂ ਨੂੰ, ਅਸੀਂ ਪਿਆਸੇ ਰਾਘਵਾਂ ਦੇ ਖੂਨ ਦੇ, ਅਸੀਂ ਪਿਆਸੇ ਰਾਘਵਾਂ ਦੇ ਖੂਨ ਦੇ। ਲਾ ਦਿਆਂਗੇ ਇੱਥੇ ਨਾਦੀਆਂ ਨੂੰ ਆਣ ਜੀ, ਲਾ ਦਿਆਂਗੇ ਇੱਥੇ ਨਾਦੀਆਂ ਨੂੰ ਆਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਕਿਵੇਂ ਪੁੱਟ ਪੁੱਟ ਬੋਲਦੇ ਲਿਆਣੇ ਜੇ, ਕਿਵੇਂ ਪੁੱਟ ਪੁੱਟ ਬੋਲਦੇ ਲਿਆਣੇ ਜੇ। ਮੇਰੇ ਤੂੰ ਅਗਨ ਵਿੱਚ ਆ ਕੇ ਦੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਉਹ ਲੱਗਿਆ ਕਰਨ ਕਾ ਤੋਂ ਬਕਵਾਸ ਨੂੰ, ਮਾਰ ਕੇ ਤੇ ਬਾਣ ਚੱਕਦਾ ਆਕਾਸ਼ ਨੂੰ। ਆ ਗਈ ਤੇਰੀ ਮਾਤਾ ਤੁਸਾਂ ਕੋ ਲੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣੀ। ਦਾਣ ਦੇ ਕੇ ਆ ਕੇ ਮੇਰੀ ਤੇ ਵੱਜਿਆ, ਮੂਰਛਿਤ ਹੋ ਗਿਆ ਨਾ ਪ੍ਰਾਣ ਤੱਜਿਆ, ਮੂਰਛਿਤ ਹੋ ਗਿਆ ਨਾ ਪ੍ਰਾਣ ਤੱਜਿਆ। ਆ ਕੇ ਸਾਰੇ ਸ਼ੂਰ ਮੇਰੇ ਨਾਲੇ ਪੈਣ ਜੀ, ਆ ਕੇ ਸਾਰੇ ਸ਼ੂਰ ਮੇਰੇ ਨਾਲੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਆਏ ਸੀਗੇ ਜਿਹੜੇ ਬਣ ਕੇ ਖੰਭਣੀਆਂ, ਦੇਖ ਕੇ ਦੋਹਾਂ ਨੂੰ ਚੜੀਆਂ ਕੰਬਣੀਆਂ। ਲੈਣ ਜੀ ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ, ਯੁੱਧ ਵਿੱਚ ਲੱਗ ਪੇ ਫੜਾ ਕੇ ਪੈਣ ਜੀ। ਬਾਣ ਮਾਰ ਮਾਰ ਪਾਤੀਆਂ ਸੱਥਰੀਆਂ, ਪੰਜ ਦਿਨ ਸੀਸ ਮਾਰ ਕੇ ਪੱਥਰੀਆਂ,
ਪੰਨ ਦੇ ਨਸੀਸ ਮਾਰ ਕੇ ਪਥਰੀਆਂ ਕਈਆਂ ਦੇ ਯਾਦ ਪਾਈ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਸਰਵਾਲ ਲੋਥਾਂ ਖਾਂਦੇ ਨੂੰ ਪਏ ਮਿਲਦਾ ਨੀ ਪਾਣੀ ਕਈ ਅੜਾਂਦੇ ਨੂੰ ਪਏ ਕਰ ਕਰ ਯੋਧੇ ਦੇ ਪੁਆਤ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਸਾਰੀ ਸੈਨਾ ਹੋ ਗਈ ਤਿੱਤਰ ਬਤਿੱਤਰ ਭੱਜ ਗਏ ਸੀ ਜਿਹੜੇ ਰਾਘਵਾਂ ਦੇ ਮਿੱਤਰ ਭੱਜ ਗਏ ਸੀ ਜਿਹੜੇ ਰਾਘਵਾਂ ਦੇ ਮਿੱਤਰ ਜਿਹੜੇ ਬਜੇ ਸ਼ੂਰ ਮੇ ਪਛਾੜੀ ਭੈਣ ਜੀ ਜਿਹੜੇ ਬਜੇ ਸ਼ੂਰ ਮੇ ਪਛਾੜੀ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਲਿਆਂਦਾ ਕਈ ਸ਼ੂਰ ਮੇ ਲੱਗੇ ਮੂਰਛਾ ਚ ਰੱਖਤਾ ਸਵਾਮੀ ਦੇ ਅੱਗੇ ਮੂਰਛਾ ਚ ਰੱਖਤਾ ਸਵਾਮੀ ਦੇ ਅੱਗੇ ਉਹਨਾਂ ਕੋਲੋਂ ਆਤਮਾ ਬਿਰਸ਼ ਤੈਨ ਜੀ ਉਹਨਾਂ ਕੋਲੋਂ ਆਤਮਾ ਬਿਰਸ਼ ਤੈਨ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਯੁੱਧ ਵਿੱਚ ਲੱਗ ਪਏ ਫੜਾ ਕੇ ਭੈਣ ਜੀ ਹੁਣ ਤਾਂ ਹੀ ਕਰੀ ਤੁਸਾਂ ਦੀ ਲਿਆ ਦਿੱਤਾ ਸ਼ਤਰੂਗਾ ਕਹਿੰਦਾ ਤੁਹਾਡੇ ਵਿੱਚ ਵੇਖੀਏ ਕਿੰਨੀ ਕਿਤਾਬ ਦਾ ਕ੍ਰੋਧ ਨਾਲ ਹੋਵੇ ਨੂੰ ਸੁਰਖ ਲੈਣ ਜੀ ਯੁੱਧ ਵਿੱਚ ਲੱਗ ਕੇ ਫੜਾ ਕੇ ਪੈਣ ਜੀ ਬਸ ਇੱਕ ਬਾਣ ਹੀ ਛੱਡਿਆ ਨੇ ਰੱਬ ਨੇ ਰਸਤੇ ਜੀ ਕਰਤਾ ਛੱਡਦੇ ਨੇ ਬਾਣਾਂ ਨੂੰ ਕਮਾਣ ਤੜਕੇ ਵੱਜਦੇ ਦਲਾਂ 'ਚ ਜੀ ਹਜ਼ਾਰਾਂ ਬਣ ਗਏ ਪੱਥੇ ਦੇ ਵਿੱਚ ਉਹ ਕਮਾਣ ਕੱਢਦੇ ਬੱਚੇ ਐਸਾ ਮੰਗ ਬੋਲਦੇ ਹਜ਼ਾਰ ਬਾਣ ਹੋ ਜਾਂਦਾ ਕਮਾਣ ਦੇ ਵਿੱਚ ਹਜ਼ਾਰ ਦਾ ਹਜ਼ਾਰ ਹੀ ਜਾਂਦਾ ਸਖਤੀਆਂ ਪੈਣ ਲੱਗ ਗਈਆਂ ਦਲਾਂ 'ਚ ਹੋ ਜੋ ਮੇਰੇ ਨੇਤਰਾਂ ਤੋਂ ਦੂਰ ਬਚਿਓ ਕੱਚਾ ਆਉਂਦਾ ਸ਼ਤਰੂਗਨ ਹੋ ਜੋ ਅਗਰ ਮੇਰੇ ਨੇਤਰਾਂ ਤੋਂ ਦੂਰ ਬਚਿਓ ਰਾਘੋ ਵੰਸ਼ੀ ਯੁੱਧ 'ਚ ਮਸ਼ਹੂਰ ਬਚਿਓ ਲਾ ਦਿਆਂਗੇ ਇੱਥੇ ਨਦੀਆਂ ਨੂੰ ਵਹਿਣ ਜੀ ਇੱਥੇ ਲਹੂਦੀਆਂ ਨਦੀਆਂ ਨੂੰ ਵਗਾ ਦੇਣਾ ਬੱਚੇ ਬੜੇ ਹੋ ਜੋ ਉਹ ਆਦੇ ਮਿਲ ਗਿਆ ਹਾਰ ਜੀ ਸਿੰਘਾਂ ਨੂੰ ਮੂਨ ਦੇ ਅਸੀਂ ਆ ਪਿਆਸੇ ਰਾਘਵਾਂ ਦੇ ਖੂਨ ਦੇ ਹੋਰ ਹੁੰਦੇ ਗਾ ਭੁੱਖ ਨੂੰ ਛੱਡ ਹੀ ਦਿੰਦੇ ਅਸੀਂ ਤਾਂ ਯਾਰ ਰਾਘਵਾਂ ਨੂੰ ਭਾਲ ਕੇ ਫਿਰਦੇ ਹਾਂ ਵੀ ਸਾਨੂੰ ਕਿਤੇ ਬਹਿਣਾ ਲੱਗਿਆ ਕੰਮ ਕਾ ਤੂੰ ਬਕਵਾਸ ਵਾਲਾ ਕਰਦਾ ਨੀ ਵਿਸ਼ਵਾਸ ਤਾਂ ਨੀ ਤੇਰੇ ਚਿਤੰਤ ਨੀ ਕੋਈ ਤੂੰ ਅਸਲੀ ਬਕਵਾਸ ਕਰਦਾ ਲੱਗ ਲੈ ਮਾਰ ਕੇ ਬਾਣਾ ਆਕਾਸ ਨੂੰ ਚੱਕਦਾ ਡਾਂਟ ਦੇ ਕੇ ਆ ਕੇ ਮੇਜਨੀ ਤੇ ਵੱਜਿਆ ਮੂਰਛਕ ਹੋ ਗਿਆ ਨਾ ਪ੍ਰਾਣ ਸੱਜਿਆ ਮੂਰਛਕ ਹੋ ਗਿਆ ਮੂਰਛਾ ਅਸੀਂ ਇੰਡੀਆ ਮਰਿਆ ਗਏ ਇਹਦਾ ਕੋਈ ਕੋਈ ਪ੍ਰਾਣ ਹੁੰਦਾ ਵਿੱਚ ਆ ਕੇ ਸਾਰੇ ਸ਼ੂਰਮੇ ਛਪੇਰੇ ਲੈ ਚਾਰ ਛਪੇਰੇ ਜਿਹੜੇ ਸ਼ੁਰੂ ਮਿਲ ਗਏ ਆਹ ਕੀ ਗੱਲ ਬਣ ਗਈ ਪਾਏ ਸੀਗੇ ਜਿਹੜੇ ਬੰਨ ਕੇ ਖੰਭੜੀਆਂ ਦੇਖ ਕੇ ਦੁਆਨ ਚੜੀਆਂ ਕਮਾਈਆਂ ਯੁੱਧ ਦੀਆਂ ਖੰਭੜੀਆਂ ਬੰਨ ਕੇ ਲਾਪਿਕ ਨੂੰ ਦੇ ਕੇ ਖਾਂਬਾ ਚੜ ਗਿਆ ਵੀ ਐਡਾ ਗਲੀ ਦਾ ਹੀ ਕੋਈ ਨੀ ਸਾਡੇ ਤੇ ਹੀ ਤਾਂ ਬਹੁਤੇ ਤੇ ਛੋਟੇ ਸੀ ਇਹੋ ਹੀ ਲੱਗਤਾ ਇਹਨਾਂ ਨੇ ਗੀਤ ਸਰਦਾਰ ਲੋਥਾਂ ਖਾਂਦੇ ਨੇ ਪਏ ਗੀਤ ਗਿਰ ਜਾ ਮਿਲਦਾ ਨੀ ਪਾਣੀ ਕਈ ਉਡਾਉਂਦੇ ਨੇ ਪਏ ਕਈ ਮਰਦੇ ਪਾਣੀ ਮੰਗੀ ਜਾਂਦੇ ਮਾਰ ਮਾਰ ਨਾ ਸਖਤੀਆਂ ਪਾਰੀਆਂ ਪੱਥਰ ਲੈ ਲਿਆ ਕਿ ਬੱਚੇ ਸਿਰ ਭਲਦੇ ਰਾਮ ਕਰਤਾ ਲਿਆਂਦਾ ਕਈ ਸ਼ੂਰਮੇ ਲੱਗੇ ਮੂਰਛਾ ਚ ਰੱਖਤਾ ਸਵਾਮੀ ਦੇ ਕੇ ਉਹਨਾਂ ਕੋਲ ਆਪਣੇ ਵਿਰਸ਼ ਤਹਿਣ ਜੀ ਯੁੱਧ ਵਿੱਚ ਲੱਗ ਕੇ ਫੜਾ ਕੇ ਪੈਣ ਜੀ ਭਗਵਾਨ ਰਾਮ ਕੋਈ ਲਿਆ ਕੇ ਉਹਦਾ ਭਰਾ ਕਰਤਾ ਭਗਵਾਨ ਕਹਿੰਦੇ ਵੀ ਇਹ ਕਿਵੇਂ ਅੱਗੇ ਜੀ ਮੂਰਛਿਤ ਹੋ ਗਿਆ ਕਿਹਨੇ ਕਰਤਾ ਐਡਾ ਮਹਾਬਲੀ ਕੌਣ ਆ ਜਿਹੜਾ ਸ਼ਤਰੂ ਹਨਮ ਨੂੰ ਮੂਰਛਿਤ ਕਰ ਸਕਦਾ ਉਹ ਆਖਦੇ ਜੀ ਕੋਈ ਸ਼ੂਰਮਾ ਨਹੀਂ ਇਹਨੇ ਬੜੇ ਬੜੇ ਸ਼ੂਰਮੇ ਦਿੱਤੇ ਇੱਕ ਕੁੜੀ ਆ ਕਿਸੇ ਰਿਸ਼ੀ ਦੀ ਉੱਥੇ ਦੋ ਬੱਚੇ ਆ ਛੋਟੇ ਛੋਟੇ ਉਹਨਾਂ ਨੇ ਕਰਤਾ ਵਾਲਾ ਬੱਚੇ ਛੋਟੇ ਛੋਟੇ ਉਹਨਾਂ ਨੂੰ ਜੀ ਇਹ ਇਕੱਲਾ ਵਾ ਜਦੋਂ ਜਿਹੜੀ ਇਹ ਨਾਲ ਸੈਨਾ ਸੀ ਜੂਥਾਂ ਦੇ ਜੂਥ ਉਹ ਸਭ ਲਗਾ ਦੇ ਉੱਥੇ ਖਿੱਚ ਖਿੱਚ ਕੇ ਜਨਾਵਰ ਲੋਥਾ ਖਾਈ ਜਾਂਦੇ ਫਿਰ ਵੀ ਘੋੜਾ ਘੋੜਾ ਮਾੜਾ ਬੰਨੀ ਬੈਠੇ ਕੋਈ ਛੱਡ ਨਹੀਂ ਦੋ ਉਹਦਾ ਹੋਰ ਆਓ ਕੋਈ ਉੱਦਾਂ ਫਿਰ ਭਗਵਾਨ ਕਹਿੰਦੇ ਆ ਵੀ ਐਂ ਕਰ ਲਕਸ਼ਮਣ ਜੀ ਤੁਸੀਂ ਜਾਓ ਇਹਨੂੰ ਸੁਗਰੀਵ ਨੂੰ ਲੈ ਜਾਓ ਤੇ ਅੰਗਦ ਨੂੰ ਲੈ ਜਾਓ ਇਹਦੇ ਭਤੀਜੇ ਨੂੰ ਬਾਲੀ ਨੂੰ ਤੇ ਸੁਗਰੀਵ ਦੇ ਵਿੱਚ 60,000 ਵਾਲਾ ਬਸ 80 ਦਾ ਬਲ ਦੱਸਿਆ ਰਾਮਾਇਣ ਰਾਵਣ ਦੀ ਸਭਾ ਯੁੱਧ ਨਿਕਾ ਕੇ ਹੱਥ ਮਾਰੇ ਵੀ ਮੇਰੇ ਸਵਾਮੀ ਦੀ ਇਹ ਨਿੰਦਿਆ ਕਰੀ ਜਾਂਦਾ ਪਿੱਤੀ ਦੇ ਹੱਥ ਮਾਰੇ ਰਾਵਣ ਦੇ ਦਸਾਂ ਸਿਰਾਂ ਤੇ ਮੁਕਤ ਗਿਰ ਗਈ ਐਸਾ ਮਹਾਬਲੀ ਸੀ
ਦਸੇ ਮੁਕਤ ਗਿਰ ਗਏ, ਛੀ ਰਾਵਣ ਨੇ ਚੱਕ ਲਏ, ਚਾਰ ਰਾਮ ਦਲਾਂ ਨੂੰ ਚਲੇ ਗਏ। ਨੀਤੀ ਚਲੀਆਂ ਸ਼ੰਦ ਦੰਦ ਤੇ ਤਿਆਰੀ ਚਲੇ ਸੀ। ਉਹ ਐਸਾ ਬਲੀ ਇੱਕ ਦਿਨ ਨੂੰ ਲੈ ਜਾਇਆ ਜਾਇਆ, ਸੁਗਰੀਵ ਵਿੱਚ 60,000 ਹਾਥੀ ਦਾ ਬਲ, ਤੇ ਤੂੰ ਤਾਂ ਲਕਸ਼ਮਣ ਸ਼ੇਸ਼ਨਾਥ ਤਾਰ, ਤੂੰ ਤਾਂ ਜਿਤਨੀ ਯੋਗ ਨਹੀਂ। ਤਾਂ ਹੁਣ ਆ ਕੇ ਤਿੰਨੇ ਜਣੇ ਆ ਕੇ ਉਸ ਮੈਦਾਨ ਨੂੰ ਵੇਖਿਆ ਵੀ ਬੱਚੇ ਗਾਜਣਾ ਕਰਦੇ ਆ, ਚਲੋ ਘੋੜਾ ਖੋਲ ਲਓ। ਘੋੜਾ ਖੋਲਣ ਲੱਗੇ ਹੋ ਕੇ ਦੇਖੋ ਦੋਵੇਂ ਭਾਈ ਬੋਲਦੇ ਕਿਹੜੇ ਸਾਡਾ ਆਣ ਕੇ ਅਸਲ ਖੋਲਦੇ, ਹੌਲੀ ਹੌਲੀ ਤੁਹਾਨੂੰ ਤੜਫਾ ਕੇ ਮਾਰਾਂਗੇ, ਪੂਛਾ ਤੋਂ ਫੜ ਕੇ ਚਲਾ ਕੇ ਮਾਰਾਂਗੇ। ਕਹੋ ਨਾ ਤੁਸੀਂ ਪੁੱਛੇ ਬਣਾ ਯਾਰ ਘੋੜਾ ਖੋਲੀ, ਮੈਂ ਪੂਛਾ ਲਗਾ ਤੁਹਾਡੀਆਂ ਫੜਾਂ ਤੇ ਚਲਾ ਕੇ ਮਾਰਾਂਗੇ। ਅੰਗ ਸੁਣਾਵੇ ਕੀ ਕਰਨ ਪਿੱਦੇ ਜੇ ਪਤਾ ਲੱਗੂ ਜਦੋਂ ਪੈਰਾਂ ਹੈਗਾ ਮਿੱਦੇ ਜੇ ਸਾਡੇ ਹੁਣ ਹਰਖ ਚੜ੍ਹਨ ਪੁੱਛਾਂ ਨੂੰ ਵੇਹਦੇ ਜਾਓ ਦਿੰਦੇ ਆ ਫੜਨ ਪੁੱਛਾਂ ਨੂੰ, ਤੁਹਾਨੂੰ ਪਤਾ ਲੱਗੂ ਅਸੀਂ ਪੁੱਛਾਂ ਫੜਨ ਦਿੰਦੇ ਹਾਂ। ਖਵਾਦੇ ਪੁੱਛਾਂ ਸਾਡੇ ਨਾਲ ਲੈਣਾ ਕੀ ਮੱਥਾ ਲਾ ਕੇ ਤੇ ਫਲ ਫੁੱਲ ਖਾਓ ਬਿਰਛਾਂ ਤੇ ਜਾ ਕੇ ਤੇ ਭੁੱਖੇ ਤੇ ਯਾਰ ਤੁਸੀਂ ਬਿਰਛਾਂ ਤੇ ਜਾ ਕੇ ਫਲ ਫੁੱਲ ਖਾਓ, ਇਹਦਾ ਤੁਹਾਡਾ ਕਰਮ ਹੈ, ਤੁਸੀਂ ਲੜੋਗੇ ਸਾਡੇ ਨਾਲ। ਉਹ ਆਪਦੇ ਲੰਕਾ ਵਿੱਚ ਅਸੀਂ ਥਰਥੋਲਾ ਪਾਤਾ ਸੀ, ਰਾਵਣ ਤੇ ਕੁੰਭਕਰਨ ਪਾਤਾ ਸੀ, ਲੱਗ ਜਾਓਗੇ ਵੇਖ ਕੇ ਪੜ੍ਹਨ ਪੁੱਛਾਂ ਨੂੰ, ਵੇਹਦੇ ਜਾਓ ਦਿੰਦੇ ਆ ਫਲ ਪੁੱਛਾਂ ਨੂੰ। ਉਹ ਆਪਦੇ ਰੱਸੇ ਪਾ ਕੇ ਗਲ 'ਚ ਵਿਖਾਉਂਦੇ ਫਿਰਾਂਗੇ, ਵਾਂ ਖੇੜੇ ਵਾਲਾ ਦੇ ਨਚਾਉਂਦੇ ਫਿਰਾਂਗੇ, ਦੁਆਰੇ ਦੁਆਰੇ ਉੱਤੇ ਪੜਕਾ ਕੇ ਮਾਰਾਂਗੇ। ਤੁਹਾਡੇ ਗਲ 'ਚ ਅਸੀਂ ਪਾਵਾਂਗੇ ਰੱਸੇ, ਜਿਵੇਂ ਖੇਡ ਵਾਲੇ ਕਲੰਦਰ ਲਈ ਫਿਰਦੇ ਆ, ਤੇ ਦੁਆਰੇ ਦੁਆਰੇ ਦੇ ਉੱਤੇ ਤੁਹਾਡਾ ਕਿਹੜਾ ਮਾਰਾਂਗੇ। ਸਾਡੇ ਸਾਡੇ ਬਾਣਾ ਅੱਗੇ ਨਾ ਪਹਾੜ ਖੜਦੇ, ਰਤੀ ਰਤੀ ਬਾਲ ਕੇ ਸਿਰਾਂ ਤੇ ਚੜ੍ਹਦੇ, ਹਾਨੀ ਨੂੰ ਵੀ ਸੋਲਣਾ ਮੜਨ ਪੁੱਛਾਂ ਨੂੰ ਵੇਹਦੇ ਜਾਓ ਦਿੰਦੇ ਆ ਫਲਨ ਪੁੱਛਾਂ। ਉਹ ਬੱਚੇ ਕਹਿੰਦੇ ਬਾਗ ਵਿੱਚ ਪਾੜੋ ਜਾਂ ਉਧਰ ਨਾਕਾਂ ਦੇ, ਨਾਕਾਂ ਮਾਨੇ ਨਾਸਪਾਤੀ, ਉਧਰ ਮਾਨੇ ਪੇਟ, ਅੱਗੇ ਬਾਗ ਦੇ ਵਿੱਚ ਨਾਸਪਾਤੀਆਂ ਦੇ ਢਿੱਡ ਪਾੜੋ, ਜਾ ਕੇ ਟੁੱਕ ਖੋਹੋ ਹੱਥਾਂ 'ਚ ਜਵਾਕਾਂ ਦੇ, ਜਾਂ ਤੁਹਾਡਾ ਬਾਂਦਰਾਂ ਦਾ ਹੀ ਕੰਮ ਹੈ ਜਵਾਕਾਂ ਦੇ ਹੱਥ 'ਚ ਟੁੱਕ ਲੈ ਕੇ ਜਾਣਾ, ਫਿਰ ਇਹ ਖੋਹੋ ਲੜਾਈ ਸਾਡੇ ਨਾਲ। ਅਤੇ ਲਕਸ਼ਮਣ ਇਹਨਾਂ ਕਿੱਡੇ ਕਿੱਡੇ ਕਠੋਰ ਵਚਨ ਕਹਿੰਦੇ, ਇਹਨਾਂ ਦੇ ਬਲ ਦਾ ਇਹਨਾਂ ਨੂੰ ਰਹੱਸ਼ ਦਾ ਪਤਾ ਨਹੀਂ ਹੈ। ਤਾਂ ਲਕਸ਼ਮਣ ਕਹਿੰਦਾ ਉਹ ਬਾਲ ਕੇ ਹੋਸ਼ ਕਰੇ, ਤੁਹਾਨੂੰ ਪਤਾ ਨਹੀਂ ਇਹ ਜਿਹੜੇ ਕਪੀ ਦੋਵੇਂ ਬਣਨਾ ਇਹ ਅਜਿਹਾ 18,000 ਪਦਮ ਦਾ ਸੈਨਾਕਾਰ ਕੀ ਇਹ ਸੁਗਰੀਵ ਹੈ। ਬੜੇ ਬੜੇ ਬਾਲੀ ਬੜੇ ਬੜੇ ਬਾਲਵੀ ਵੀ ਆ ਕੇ ਸ਼ਾਨ ਕਰਦੇ, ਇਹ ਬਾਲੀ ਪੁੱਤਰ ਹੈ ਜਿਹਨੇ ਦੁੰਦਵੀ ਰਾਕਸ਼ ਮਾਰਿਆ। ਦੁੰਦਵੀ ਰਾਕਸ਼ ਦਾ ਜਿਹੜਾ ਸਿਰ ਸੀ ਅਤੇ ਹੱਡ ਸੀ, ਉਹ ਭਗਵਾਨ ਨੂੰ ਕਹਿਣ ਲੱਗੇ ਸੁਗਰੀਵ ਨੂੰ ਕਿ ਮਹਾਰਾ ਤੁਸੀਂ ਬਾਲੀ ਨੂੰ ਮੈਨੂੰ ਘਰ ਦੇ ਵੀ ਜਾ ਲੜ, ਤੁਸੀਂ ਬਾਲੀ ਨੂੰ ਮਾਰ ਸਕਦੇ ਹੈ? ਪਤਾ ਹਾਂ, ਬਾਲੀ ਨੂੰ ਉਹ ਮਾਰ ਸਕਦਾ ਜਿਹੜਾ ਦੁੰਦਵੀ ਦਾ ਸਿਰ ਚਲਾ ਕੇ ਮਾਰੇ। ਕਈਆਂ ਕੋਹਾਂ 'ਚ ਪਿਆ ਸੀ ਸਿਰ, ਉਸ ਦਾ ਭਗਵਾਨ ਨੇ ਬਾਣ ਤੇ ਚਲਾ ਕੇ ਯੋਜਨਾ ਮੈਂ ਠੋਕਿਆ, ਹੱਡਾਂ ਦੇ ਹੱਡ ਚਲਾ ਕੇ ਦੁੰਦਵੀ ਦੇ, ਫਿਰ ਮਹਾਰਾ ਜਿਹੜਾ ਸੱਤਾਂ ਤਾਲਾਂ ਨੂੰ ਵੇਦਨ ਕਰੇ ਉਹ ਮਾਰ ਸਕਦਾ। ਉਹ ਤਾਲ ਸੀ ਜਿਹੜੇ ਉਹ ਬਾਲੀ ਕਿਤੇ ਬਣਦਾ ਸੈਰ ਕਰਨ ਗਿਆ, ਸੱਤ ਮੇਵੇ ਤੋੜ ਲਿਆ, ਤੋੜ ਕੇ ਲਿਆ ਕੇ ਉਹਨੇ ਪਾਲ ਦੀ ਬਾਲ ਰੱਖ ਤੇ, ਤੇ ਉਹਨਾਂ ਦੇ ਉੱਤੇ ਆ ਕੇ ਸਰਪ ਰਹਿ ਗਿਆ। ਸਰਪ ਨੇ ਜੂਠੇ ਕਰਦੇ, ਬਾਲੀ ਨੇ ਆਖਿਆ ਮੇਰੇ ਮੇਵੇ ਲਿਆ ਕੇ ਉੱਤੇ ਬਹਿ ਕੇ ਮੇਰੇ ਮੇਵੇ ਸੀਗੇ ਜੂਠੇ ਕਰਤੇ, ਜਾ ਇਹੋ ਬ੍ਰਿਕਸ਼ ਤੈਨੂੰ ਭੰਨ ਕੇ ਵਿੱਚ ਦੀ ਨਿਕਲੂ। ਉਹ ਸਰਪ ਦੇ ਵਿੱਚ ਦੀ ਬ੍ਰਿਕਸ਼ ਨਿਕਲੇ ਸੀ, ਜਿਹੜੇ ਤਾਲ ਸੀ ਉਹਦੀ ਪ੍ਰਤਿਗਿਆ ਸੀ, ਉਹ ਸਰਪ ਪਿਆ ਸੀ ਟੇਢਾ, ਉਹਨਾਂ ਨੇ ਬ੍ਰਿਕਸ਼ਾਂ ਨੇ ਬਿੰਨ ਲਿਆ ਤੇ ਐ ਸਿੱਧਾ ਜਿਹੜੀ ਬਾਣ ਮਾਰੇ ਉਹ ਮੈਨੂੰ ਜਿੱਤ ਸਕਦਾ। ਤਾਂ ਭਗਵਾਨ ਨੇ ਬਾਣ ਤਾਲ ਵੀ ਵੇਦਨ ਕਰਕੇ ਵਿਖਾਏ। ਇਹ ਉਹ ਆ ਬਾਲੀ ਦਾ ਪਰਾਸ ਸੁਗਰੀਵ ਹੈ ਅੰਗ ਦਾ। ਤੇ ਮੈਂ ਤੁਹਾਨੂੰ ਆਪਦੀ ਕੀ ਵਡਿਆਈ ਕਰਾਂ, ਤਾਂ ਤੁਸੀਂ ਇਹਨਾਂ ਦੇ ਅੱਗੇ ਬਾਤਾਂ ਐਸੀਆਂ ਯਾਰ ਕਠੋਰ ਗਈਆਂ ਮਹਾਂਸ਼ੂਰੀਆ ਤੇ ਉਹਨਾਂ ਦੀ ਉਸਤਤੀ ਕਰਕੇ ਲਕਸ਼ਮਣ ਲਵ ਕੁਛ ਨੂੰ ਦੱਸਦਾ ਦੇਖਾਂ ਤਾਂ ਲਾ ਕੈਸੀ ਲਗਨ ਲਾਲ ਕਹਿਣੇ ਲਗਾ ਰਹਿਣਾ ਜਰਾ ਖਮੋਸ਼ ਏ ਹਮਰੇ ਯੋਧਾ ਬਲੀ ਕਰੋ ਬਾਲ ਗੋਸ਼ਨ ਬੋਮਲ ਦੇ ਤੋ ਮਦ ਸੇ ਗਰਮ ਹੋ ਕੇ ਮੇਰੇ ਵੀਰਾਂ ਦੀ ਨਿੰਦਿਆ ਕਰਨ ਲੱਗੇ। ਲੋਕਾਂ ਦੇ ਵਿੱਚ ਮਸ਼ਹੂਰ ਯੋਧਾ
ਸੋਰਿਆ ਸਰ ਸ਼ਮਸ਼ਾਨੀਆਂ ਪਰਨ ਲੱਗੇ ਉਹ ਸਿੰਧੂ ਸੇ ਤੇਰਾ ਪੱਟ ਕੇ ਸੈਲ ਲਿਆਂਦੇ ਉਹ ਤੂੰ ਪਹਿਲਾਂ ਦੇ ਰਾਮ ਦੀ ਸ਼ਰਨ ਲੱਗੇ ਲੰਕਾ ਵਿੱਚ ਸੀਤਾ ਦਾ ਕਮਸਾਨਣ ਜਾ ਕੇ ਦੈ ਤੇ ਇਹਨਾਂ ਨੂੰ ਦੇਖ ਕੇ ਡਰਨ ਲੱਗੇ ਉਹ ਡਰ ਇਹਨਾਂ ਦਾ ਪੈ ਗਿਆ ਨਿਸ਼ਚਰਾਂ ਨੂੰ ਕੌਣ ਯੋਦਾ ਉੱਤੇ ਸੀਸ ਦੇ ਰਾਮ ਦੇ ਚਰਨ ਲੱਗੇ ਕਪੀਨੀ ਅਗਰ ਦਾ ਰੂਪ ਦੋਵੇਂ ਪਤਾ ਲੱਗੂਗਾ ਜਦੋਂ ਫਿਰ ਚਰਨ ਲੱਗੇ ਕਾਲੀ ਛੋੜ ਦਿਓ ਆਸਾਂ ਦਾ ਵੀਰ ਚੰਦਾ ਲਾੜੀ ਮੌਤ ਨੂੰ ਕਾਸ ਤੋਂ ਵਰਨ ਲੱਗੇ ਲਖਨ ਬੋਲ ਦਾ ਟੋਲ ਸੇ ਗਰਮ ਹੋ ਕੇ ਮੇਰੇ ਵੀਰਾਂ ਦੀ ਨਿੰਦਿਆ ਕਰਨ ਲੱਗੇ ਤਿੰਨਾਂ ਲੋਕਾਂ ਦੇ ਵਿੱਚ ਮਸ਼ਹੂਰ ਯੋਧਾ ਸੁਰਾ ਸਿੰਘ ਸਭ ਛਾਨੀਆਂ ਭਰਨ ਲੱਗੇ ਸਿੰਧੂ ਸੇਤਿਆ ਪੱਟ ਕੇ ਸਾਇਲ ਲੈਂਦੇ ਉਹ ਤੋਂ ਪਹਿਲਾਂ ਦੇ ਰਾਮ ਦੀ ਸ਼ਰਨ ਲੱਗੇ ਸਮੁੰਦਰ ਦਾ ਪਤਾ ਇਹ ਪਹਾੜ ਬਣ ਬਣ ਕੇ ਲਿਆਏ ਇਹਨਾਂ ਨੂੰ ਤੁਸੀਂ ਬਾਂਦਰੀਆ ਕਪੀ ਸਮਝਦੇ ਹੋ ਮਾਰੋ ਇਹਨਾਂ ਨੂੰ ਆਣ ਕੇ ਕੌਣ ਯੋਧਾ ਉੱਤੇ ਸੀਸ ਦੇ ਰਾਮ ਦੇ ਚਰਨ ਲੱਗੇ ਇਹਨਾਂ ਦੇ ਸਿੰਧੂ ਉੱਤੇ ਭਗਵਾਨ ਰਾਮ ਦੇ ਚਰਨ ਲੱਗੇ ਅਜਾਇਬ ਵਾਲ ਮਾਰਨ ਦੇ ਯੋਗ ਨਹੀਂ ਹੈ ਇਹ ਕਪੀ ਨੀ ਅਗਨ ਦਾ ਰੂਪ ਦੋਵੇਂ ਪਤਾ ਲੱਗੂਗਾ ਜਦੋਂ ਫਿਰ ਜਰਨ ਲੱਗੇ ਪਾ ਤਾਂ ਲੰਕਾ ਦੇ ਵਿੱਚ ਘੁਮਸਾਨ ਜਾ ਕੇ ਦੈਤ ਇਹਨਾਂ ਨੂੰ ਵੇਖ ਕੇ ਡਰਨ ਲੱਗੇ ਇਹਨਾਂ ਨੇ ਬੜੇ ਬੜੇ ਦੈਤ ਪਾ ਦੇ ਤੁਸੀਂ ਯਾਰ ਐਵੇਂ ਗੱਜ ਮੁੰਡੀ ਸਮਝੇ ਐਂ ਕਰ ਕਹਿੰਦੇ ਤੁਹਾਡੇ ਗੱਲ 'ਚ ਰੱਸੇ ਪਾ ਲਾਂਗੇ ਤੁਹਾਨੂੰ ਤੂੰ ਛੱਤ ਫੜ ਕੇ ਚਲਾ ਕੇ ਮਾਰਾਂਗੇ ਐਸਾ ਨਹੀਂ ਤਾਂ ਲੱਗ ਕੁਛ ਕਹਿੰਦੇ ਵੀ ਖੈਰ ਇਹ ਤਾਂ ਫੇਰ ਸਹੀ ਤੂੰ ਆ ਜਾ ਪਹਿਲਾਂ ਤੈਨੂੰ ਵੇਖੀਏ ਨਾਲੇ ਤਾਂ ਤੂੰ ਆ ਹਾਂ ਉਹ ਜੱਥੇ ਜਿਹੜੇ ਆਪਣੇ ਹੈਗੇ ਜਾਂ ਬਸੰਤ ਸੁਣੀ ਜਾਂ ਦੂਸਰੇ ਆਪਦੀ ਚਾਹ ਪਿਓ ਪਾਣੀ ਪੀ ਕੇ ਹੱਥਾਂ ਕਰਤਾ ਦੋ ਤਿੰਨ ਰਹਿ ਗਈਆਂ ਕਿਉਂ ਜੱਥੇ ਦੋ ਤਿੰਨ ਆ ਰਹੇ ਆਪਾਂ ਉਹਨੂੰ ਵੀ ਟਾਈਮ ਦੇਣਾ ਅਤੇ ਕਾਫ਼ੀ ਸਮਾਪਤ ਹੋਣ ਵਾਲੀ ਉਹ ਆ ਰਹੇ ਨਾਲੇ ਤੂੰ ਆ ਜਾ ਨਾਲੇ ਇਹਨਾਂ ਦੋਵਾਂ ਬਲੀਆਂ ਨੂੰ ਲਿਆ ਅਸੀਂ ਵੇਖੀਏ ਆ ਜਾ ਨਾਲੇ ਤੇਰੇ ਪਰਿਵਾਰ ਦੇਖੀਏ ਕਿੰਨੇ ਕੁ ਜ਼ੋਰ ਚ ਤੇਰੇ ਵੱਡੇ ਪਰਿਵਾਰ ਤੇ ਪਰਬਤ ਪੱਟਣ ਵਾਲੇ ਸਮੁੰਦਰ ਦਾ ਪੋਗਣ ਵਾਲੇ ਅਸੀਂ ਵੇਖ ਹੀ ਲਈਏ ਇੱਕ ਲਵ ਕੁਛ ਲਛਮਣ ਨੂੰ ਜਵਾਬ ਕਰਦੇ ਵੇਖਾਂ ਭਲਾ ਲੰਕਾ ਜੀਤਣ ਦਾ ਤੁਝੇ ਚੜਾ ਬਹੁਤ ਅਦਮਾ ਦਾ ਬਾਬੀਆਂ ਕੀ ਮਹਿਮਾ ਕਰੇ ਮੈਦਾਨ ਦੇਖੀਏ ਕਿ ਸਾਨੂੰ ਪੈਦਾ ਹੋਰ ਜਾਏ ਆ ਜਾ ਨਾਲੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਉੱਚੀ ਵਾਰ ਹੈ ਨੀ ਜਿਉਣ ਦੀ ਅਮੈਦ ਜੀ ਉਹ ਮਗਾਵੇ ਬੂਟੀਆਂ ਲੰਕਾ ਵਾਂਗੂ ਹੈ ਨੀਗਾ ਸੁਖੈਨ ਵੈਦ ਜੀ ਉਹ ਵੇਖੂ ਲਾਲਾ ਟੂਟੀਆਂ ਉਹ ਪਹਿਲਾਂ ਤੇਰੀ ਸ਼ੂਰ ਮੈਂ ਕਮਾਨ ਦੇਖੀਏ ਕਿ ਸਾਨੂੰ ਪੈਦਾ ਹੋਰ ਜਾਏ ਆ ਜਾ ਨਾਲੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਕਿਹੜੇ ਸ਼ੂਰ ਮੈਂ ਦੇ ਦੰਦ ਕਰੇ ਖੱਟੇ ਤਾਂ ਯੁੱਧ ਵਿੱਚ ਤੀਰਾਂ ਨਾ ਨੱਕ ਕੰਨ ਪਹਿਲਾਂ ਔਰਤਾਂ ਦੇ ਕੱਟੇ ਤਾਂ ਜੁੜੇ ਨਾ ਹੱਥ ਵੀਰਨ ਉਹ ਪਹਿਲਾਂ ਤੇਰੀ ਸ਼ੂਰ ਮੈਂ ਕਮਾਨ ਦੇਖੀਏ ਬੜੀ ਮੜਕ ਤੋਰ ਜਾਏ ਆ ਜਾ ਨਾਲੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਤੂੰ ਪਹਿਲਾਂ ਕਹਿਰ ਕਮਾ ਕੇ ਛੱਡ ਗਿਆ ਬੜਾ ਪ੍ਰਧਾਨ ਤੂੰ ਰੱਥ ਵਸਤਵੰਤੀ ਰੱਥ ਤੇ ਚੜਾ ਕੇ ਛੱਡ ਗਿਆ ਓਏ ਸਨੀਤੀਵਾਨ ਤੂੰ ਉਹ ਤੇਰੇ ਨਾਲ ਕਰਕੇ ਗਿਆਨ ਦੇਖੀਏ ਕਿ ਦਿਲ ਦੇਖ ਦੌੜ ਜਾਏ ਆ ਜਾ ਨਾਲੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਤੇਰਾ ਵਿੱਚ ਪਾਲੀਆਂ ਕਹਾਈਆਂ ਲੰਘ ਕੇ ਵਿੱਚ ਤਿੰਨ ਕਾਣੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਨਹੀਂ ਸ਼ਕਤੀ ਇਹਨਾਂ ਦੇ ਅੰਦਰ ਕੀ ਚਲਾਉਣਾ ਚੌਰਾਂ ਨੂੰ ਹੱਥਾਂ ਵਿੱਚ ਫੜੀ ਫਿਰਦੇ ਕਲੰਦਰ ਇਹੋ ਜਿਹੇ ਜਨੌਰਾਂ ਨੂੰ ਉਹ ਅਸੀਂ ਤੁਹਾਡਾ ਕਾਹਦਾ ਅਪਮਾਨ ਦੇਖੀਏ ਬੜੀ ਸ਼ਗਤ ਡੋਲ ਜਾਏ ਆ ਜਾ ਨਾਲੇ ਤੇਰੇ ਬਾਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਜਾਏ ਉਹ ਅਕਬਾਲ ਸਿੰਘ
ਲੱਗਾ ਤੂੰ ਪਰੋ ਦੇ ਮਣ ਕੇ ਕੀ ਜਾ ਦੇ ਲੋੜ ਕਹਿਣ ਦੀ ਸੁਣੋ ਜਾਰਾ ਵੀਰ ਨੂੰ ਸਰੋਤੇ ਬਣ ਕੇ ਕਥਾ ਹੈ ਰਮਾਇਣ ਦੀ ਓ ਸ਼ੇਰੀ ਬੰਦੀ ਕਰਕੇ ਧਿਆਨ ਦੇਖੀਏ ਨਾ ਦਾਣੇ ਪਾਈਏ ਪੋਰ ਚੈ ਨਾ ਦਾਣੇ ਪਾਈਏ ਪੋਰ ਚੈ ਆਜ ਨਾਲੇ ਤੇਰੇ ਬਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਚੈ ਆਜਾ ਨਾਲੇ ਤੇਰੇ ਬਲਵਾਨ ਦੇਖੀਏ ਇਹ ਕਿੰਨੇ ਕੁ ਜ਼ੋਰ ਚੈ ਉਹਦਾ ਦੂਜੀ ਵਾਰ ਹੈ ਨੀ ਜਿਉਣ ਦੀ ਮੈਂ ਜੀ ਜੋ ਮਗਾਵੇ ਬੂਟੀਆਂ ਉਹ ਲੰਕਾ ਨੂੰ ਹੈ ਨੀ ਗਾ ਸੁਖੈਨ ਵੈਰ ਜੀ ਵੇਖੂ ਲਾਲਾ ਕਰਨ ਦਾ ਤੇਰੇ ਮੇਜ਼ਬਾਨ ਨੇ ਬਰਸੀ ਮਾਰੀ ਸੀ ਤੇ ਮਹਾਵੀਰ ਜੀ ਚੱਕ ਲਿਆ ਸੀ ਵੈਰ ਦਾ ਕਰ ਸੁਖੈਨ ਤੇਰੇ ਕੁੜੀ ਲਾ ਕੇ ਉਹਨੇ ਦੱਸਿਆ ਕਿ ਦਰੋਣਾ ਗਿਰ ਪਹਾੜ ਮੈਂ ਬੂਟੀਏ ਦੇ ਸੁਰਜੀਤ ਕਰਨ ਵਾਲੀ ਉਹ ਬੂਟੀ ਲਿਆ ਤੈਨੂੰ ਪਿਆ ਦੀ ਤੇ ਤੂੰ ਰਾਜੀ ਹੋ ਗਿਆ ਉਹ ਗੱਲ ਹੁਣ ਤਾਂ ਇੱਥੇ ਨੀ ਬਣਨੀ ਨਾ ਤਾਂ ਦਰੋਣਾ ਗਿਰ ਨੇੜੇ ਹੈ ਤੇ ਨਾ ਬੂਟੀ ਲੱਗਦੀ ਆ ਸਾਡੇ ਬਾਲਾਂ ਬਾਲਾਂ ਦੇ ਫੱਟੇ ਤੇ ਬੂਟੀ ਨੂੰ ਦਵਾਈ ਲੱਗਦੀ ਕੋਈ ਨੀ ਦੂਜੀ ਵਾਰ ਹੈ ਨੀ ਜਿਉਣ ਦੀ ਅਵੈਦ ਜੀ ਜੋ ਮਗਾਵੇ ਬੂਟੀਆਂ ਲੰਕਾ ਵਾਂਗੂ ਹੈ ਨੀ ਗਾ ਸਖਾਨ ਵੈਦ ਜੀ ਵੇਖੂ ਲਾਲਾ ਬੂਟੀਆਂ ਤੇਰੀ ਫਿਰ ਦੋਵੇਂ ਜਾਣੇ ਮੰਨ ਕੇ ਮਗਾਨ ਦੇਖੀਏ ਬੜੀ ਮਾਲਕ ਸ਼ੋਰ ਚਾਜਾ ਨਾਲੇ ਤੇਰੇ ਬਲਵਾਨ ਦੇਖੀਏ ਇਦੂ ਪਹਿਲਾਂ ਕਹਿਰ ਕਮਾ ਕੇ ਛੱਡ ਗਿਆ ਬੜਾ ਪ੍ਰਧਾਨ ਸੀ ਇੱਕ ਤੂੰ ਹੋਰ ਵੀ ਕਰਮ ਕਰਕੇ ਹੈ ਐਦੂ ਪਹਿਲਾਂ ਕਹਿਰ ਕਮਾ ਕੇ ਛੱਡ ਗਿਆ ਬੜਾ ਪ੍ਰਧਾਨ ਤੂੰ ਉਹ ਸਤਵੰਤੀ ਰਾਸਤੇ ਚੜਾ ਕੇ ਛੱਡ ਗਿਆ ਐਸਾ ਨੀਤੀਵਾਨ ਤੂੰ ਕਿਸੇ ਸਤਵੰਤੀ ਨੂੰ ਤੂੰ ਰਾਸਤੇ ਚੜਾ ਕੇ ਬਲ ਚ ਉਤਾਰ ਗਿਆ ਤੇਰੇ ਨਾਲ ਕਰਕੇ ਗਿਆਨ ਦੇਖੀਏ ਕੀ ਦਿਲ ਦੇ ਕਠੋਰ ਚਾਹੀਂ ਤੇਰੇ ਨਾਲ ਗਿਆਨ ਚਰਚਾ ਵੀ ਕਰਾਂਗੇ ਕਿੱਡਾ ਤੂੰ ਨੀਤੀਵਾਨ ਬਾਂਦਰਾਂ ਦੀ ਕਰਦਾ ਵਡਿਆਈ ਇੱਥੇ ਕੀ ਹੈ ਸਾਡੇ ਯਾਦ ਇਹ ਜਿਹੜੀ ਬਾਂਦਰਾਂ ਦੀ ਵਡਿਆਈ ਕਰਦਾ ਇਹ ਸਾਡੇ ਕੋਈ ਯਾਦ ਨਹੀਂ ਕਿਉਂ ਐਡੀ ਨਹੀਂ ਸ਼ਕਤੀ ਇਹਨਾਂ ਦੇ ਅੰਦਰ ਕੀ ਚਲਾਉਣਾ ਚਾਹੁੰਦਾ ਇਹਨਾਂ ਨੇ ਪਹਾੜ ਪਟਲੇ ਫਲਾਣਾ ਇਹਨਾਂ ਦੇ ਉੱਤੇ ਚੌਰ ਚਲਾਉਣਾ ਇਹ ਐਡੀ ਨਹੀਂ ਸ਼ਕਤੀ ਇਹਨਾਂ ਦੇ ਅੰਦਰ ਕੀ ਚਲਾਉਣਾ ਚੌਰਾਂ ਨੂੰ ਉਹ ਹੱਥਾਂ ਵਿੱਚ ਫੜੀ ਫਿਰਦੇ ਕਲੰਦਰ ਇਹੋ ਜਿਹੇ ਜਨਾਲਾਂ ਦਾ ਅਸੀਂ ਤਾਂ ਕਲੰਦਰਾਂ ਮਲਾਰੀਆਂ ਦੇ ਹੱਥਾਂ 'ਚ ਫੜੇ ਵੇਖੇ ਇਹ ਕਿਤੇ ਪਹਾੜ ਪੜਦਾ ਨਹੀਂ ਬੰਦ ਅਸੀਂ ਵੇਖਿਆ ਤੇ ਤੂੰ ਆਵੇ ਪਹਾੜ ਪੜਦੇ ਤੇਲਾਂ ਵਿੱਚ ਪਾਲੀਆਂ ਕਹਾਣੀਆਂ ਰੰਗ ਕੇ ਵਿੱਚ ਤਿੰਨ ਕਾਣੇ ਨਾ ਸੁਰਤ ਭੁਲਾ ਦਿੰਦੇ ਮਜ਼ਾਰ ਜੰਗ ਕੇ ਸਮਝ ਆਉਂਦੇ ਨੇ ਲਵ ਕਹਿੰਦਾ ਕਰਕੇ ਪਛਾਣ ਦੇਖੀਏ ਕਿੰਨਾ ਕੁ ਬਲ ਸ਼ੋਰ ਚ ਤਾਜਾ ਨਾਲੇ ਤੇਰੇ ਬਰਨਾਮ ਦੇਖੀਏ ਕਿੰਨੇ ਕੁ ਜ਼ੋਰ ਚ ਅਕਬਾਲ ਸਿੰਘਾਂ ਤੂੰ ਪਰੋ ਦੇ ਮਣ ਕੇ ਕੀ ਜ਼ਿਆਦੇ ਲੋੜ ਕਹਿਣ ਦੀ ਸੁਣੋ ਜਰਾ ਵੀਰ ਨੂੰ ਸਰੋਤੇ ਬਣ ਕੇ ਕਥਾ ਹੈ ਰਾਮਾਇਣ ਦੀ ਸ਼ਾਇਰੀ ਬੰਨੀ ਕਰਕੇ ਧਿਆਨ ਦੇਖੀਏ ਨਾ ਦਾਣੇ ਪਾਈਏ ਪੋਰ ਚ ਤਾਜਾ ਨਾਲੇ ਤੇਰੇ ਬਲਵਾਨ ਦੇਖੀਏ ਕਿੰਨੇ ਕੁ ਜ਼ੋਰ ਚ ਜਦੋਂ ਇਹ ਬਾਤ ਕਹੀ ਅੱਗ ਦੀ ਅੰਗਿਆਰੀ ਨੂੰ ਲਛਮਣ ਭਰ ਗਿਆ ਸ਼ੇਸ਼ ਅਵਤਾਰ ਵਾਲਾ ਤੂੰ ਭੜਕ ਭੜਕੇ ਵੇਖਿਆ ਪਰਸਰਾਮ ਨੂੰ ਤੂੰ ਡਰਾਉਂਦਾ ਸੀ ਭੜਕੇ ਉਹ ਤੇਰੀ ਭੜਕੀ ਪਰਸਰਾਮ ਤੇ ਚੱਲ ਗਈ ਅਸੀਂ ਕਰਦੇ ਕੁਛ ਨੂੰ ਦਿਉਂਗਾ ਦੋਹਾਂ ਨੂੰ ਚੀਰ ਮੈਂ ਭੜਕੀ ਜਵਾਲਾ ਜਤੀ ਦੇ ਸਰੀਰ ਨੂੰ ਲਛਮਣ ਕਹਿੰਦਾ ਜਿਵੇਂ ਕੁਛਾ ਦਾ ਡੱਕਾ ਚੀਰ ਦੂੰਦੇ ਨਾ ਦੱਬਦਾ ਮੈਂ ਐਂ ਚੀਰ ਦੂੰ ਲੈ ਲਿਆ ਫਿਰ ਪੇਟ ਦਾ ਨਿਸ਼ਾਨ ਜੀ ਉਹਨਾਂ ਨੇ ਵੀ ਚੱਕ ਲਏ ਧਨ ਸ਼ਾਮ ਦਾ ਉਹਨਾਂ ਨੇ ਧਨ ਸ਼ਾਮ ਕਮਾਣਾ ਜਿਹੜੀ ਕਸਮੀ ਛੱਡ ਦਿੱਤਾ ਬਾਣ ਮੂੰਹ ਆਰਾਮ ਕਰਦੀ ਆ ਲਵ ਸ਼ੂਰਵੀਰ ਨੇ ਨਕਾਮ ਕਰਦੀ ਆ ਰਾਮ ਸ਼ਬਦ ਕਹਿ ਕੇ ਲਛਮਣ ਨੇ ਬਾਣ ਮਾਰਿਆ ਲਵ ਨੇ ਨਕਾਮ ਕਰਤਾ ਕੱਟਦਾ ਦਿੱਬ ਬਾਣ ਮਾਰਿਆ ਚੜਾ ਕੇ ਗੁੱਸੇ ਨੂੰ ਦੂਜੀ ਵਾਰ ਬੂਸ਼ਾ ਲਿਆ ਕੇ ਕੁਛ ਨੂੰ ਤਾਂ ਬੂਸ਼ ਕੀਤਾ ਲਛਮਣ ਦਿੱਬ ਬਾਣ ਮਾਰਿਆ ਮਾਰ ਮਾਰ ਬਾਣ ਉਧਰ ਪਰੋਤੇ ਨੇ ਪਾਤਾ ਸ਼ੋਰ ਦਲਾਂ ਚ ਜੰਤ ਦੋਤੇ ਨੇ ਜੰਤ ਦੋ ਦਾ ਕਹਾਵਾ ਲਵ ਪੇਸ਼ ਜਾਣ ਦਿੰਦਾ ਨੀ ਅਗਨੀ ਸਮਾਨ ਤੇਜੀ ਜੀਵੇ ਭਾਲ ਦੀ ਉਹ ਪੇਸ਼ ਜਾਣ ਦਿੰਦਾ ਨੀ ਲਖਨ ਲਾਲ ਦੀ ਜਦੋਂ ਬਾਣ ਲਖਨ ਕਮਾਨ ਨੂੰ ਕੱਢਦੇ ਆ ਸ਼ਾ ਹੁਸ਼ਿਆਰ ਰਸਤੇ ਚ ਵੱਢਦੇ ਲਛਮਣ ਜੋ ਕੱਢਦਾ ਰਸਤੇ ਚ ਹੀ ਵੱਢ ਦਿੰਦਾ ਉਹਦਾ ਫੜ ਕੇ ਬਾਹਾਂ ਘੁਮਾ ਕੇ ਪੰਥਰੀ ਦੇ ਲਛਮਣ ਮਾਰਿਆ ਉਦੋਂ ਪਿੱਛੋਂ ਆ ਅੰਗਦ ਲਿਆਇਆ ਹੈ ਪਹਾੜ ਕੱਟ ਕੇ ਅੰਗਦ ਪਹਾੜ ਕੱਟ ਕੇ ਉਸਦੇ ਬੱਚਿਆਂ ਦੇ ਫੈਕਣ ਵਾਸਤੇ ਆਇਆ ਉਹ ਵੀ ਦੋਵੇਂ ਖੜ ਕੇ ਦਲਾਂ ਚ ਡੱਟ ਕੇ ਜਦੋਂ ਮਾਰਿਆ ਪਹਾੜ ਬੱਚਿਆਂ ਨੇ ਫੂਕ ਮਾਰ ਕੇ ਆਕਾਸ਼ ਨੂੰ ਚਾੜਤਾ ਫਿਰ ਗਦਾ ਮਾਰਦਾ ਸਿਸਤ ਬੰਨ ਕੇ ਖੇਰੂ ਖੇਰੂ ਕਰਤੀ ਉਡਾਤੀ ਬੰਨ ਕੇ ਚਲਾਵੀ ਗਦਾ ਮਾਰੀ ਅੰਗਦ ਨੇ ਉਹਨਾਂ ਦੇ ਬਾਲਾਂ ਦੇ ਨਾਲ ਇੱਡੇ ਦੇ ਟੁਕੜੇ ਕਰਤੇ ਬੱਚਿਆਂ ਨੇ ਸਿੱਧ ਬੱਲੇ ਤੇਰੇ ਜਿਸਦੇ ਪਿਤਾ ਨੂੰ ਮਾਰਿਆ ਬੱਲੇ ਤੇਰੇ ਉਸਦੇ ਰਖਾ ਰਿਹਾ
हद करता यार तेरे प्यो नू मारदा हराम ने तू वी चौकीदारी करना। दिल विच आपदे शर्म खांदा नहीं टुकड़ कदाई कसकंदा जांदा नहीं। ये टुकड़े खाना है फिर आम देव विद्या में आपके कसकंदा देश दे विच जा उत्थे राजधानी है बड़ाती चाचे की माता उत्ते चादर पवाती चाचे की। वो राम ने अगे जो तेरा प्यो मारिया आख्या उन्हें अंज बधु भगनी सुत नारी सुन सठिए कन्या समचारी तेन अगे बाली ता मारिया तू आपके छोटे भरा की स्त्री अगे नहीं बैठा सक। वो लड़कियां संभाल दी है वे भरा की स्त्री छोटे नू माता के संभाल दी है यह नीति विखाई राम ने अगे आहो। अच्छा हूँ तेरी मां सुग्रीव करी बैठा जिहड़ी तारा अज तो बाली मर गया सुग्रीव ने सर धारी वो तेरे के सुग्रीव दे तेरे चाचे दे माता के समान नहीं हो रावण नीति दसना तिल गया उत्थे राजधानी ने बना दी चाचे की माता उत्ते चादर पवा दी चाचे उदू पिछो आया सुग्रीव भज के पीलूंगा रक्त मैं दोहा का रज के शेरी है तुसा की दाल पाती है तू भी स्वाद चंगा पढ़ा दिया पाती है तू साडे नाल की लड़ेगा तू आपका भरा मारा तू लड़के ने राम ने पास के बाण मारिया तू भी स्वाद चंगा पढ़ा दिया पाती है तू साडे नाल की लड़ेगा तू आपका भरा मारा तू लड़के ने राम ने पास के बाण मारिया ये कोई नीति करी ते तू ऐसा बली हो तो गाता सगरीब को तुसी दोवें पहाड़ उत्ते नहीं उतरदे सी सगरीब ने जो बाणी भेजी ना फलाने देश में जाओ फलाने देश में जाओ सारे देशों के नाम दसे भगवान कहते सगरीब इन्ने देशों के तू नाम किवें जानदा सारे जिन्ने भी आ तू सारे जिन्ने भी आए ऐस तू जाओ ऐस तू जाओ सीता जी भाल कर तेरे नाम इन्ने किवें याद रहे तू किवें देखे मतलब चौड़ ला के फटके एक ने अंगत फड़ लिया एक ने सुग्रीव फड़ा कमा के पृथ्वी देते मारे तीन इश्क हो गए सुग्रीव अंगद लक्ष्मण जा स्नेहा स्नेहा महाराज थोड़े विशेष अवतार से या सूरज का अवतार सुग्रीव जी के 60,000 हाथी का बल सब महाराज बच्चा मेरे को इश्क हो गए पर फिर भगवान का मैं कि अजायब गल कर रहे हैं जिन्हें जीते ना जा छोटे बच्चे नाना लै गया मामा लै गया उत्थे नसाचर पैंदे सी भरत नूं शत्रुघ्न नूं छोटा छोटा हुंदे नूं लै गया उहदा मामा आ गया केकापुर में उत्थे इहने दायत आए ब्राह्मणां नूं खाण वास्ते पशुओं को खाने वास्ते कल्ले भरत ने करोड़ां उत्थे नसाचर मारे ते महावीर जी तो बाण ही हल्या ए अजाया जिहड़ा महावीर जी है ना इहनू मार लै जा नाल लैके जाई बली बजरंग नूं जिसदे बजर जैसे अंग प्यास कि पालने ते लाल लाल रंग दे फल खांदा सी बच्चा उहदा ते सूरज दे चमके लालीदार करके पाता पर कोई कोई फल है ये ते महावीर जी उठे जाके सूरज नूं चिमल गए हनेरा हो गया मूंह पा लिया फिर इंद्र ने बजर मारिया बिजली बजर मारिया ते ठोडी दे ते ठोडी वेंदी उहदी नां नहीं है उहदा अनुमान नां तां उहदा मारती नंदरा जां केसरी नंदरा ओ ठोडी दा नाम है हनु ठोडी दे उत्ते बजर मारिया इंद्र ने ठोडी विंदी उहनूं भगवान बणिया ये नू नाल लै जा ये अजय है तू भी अजय है जाओ यार अपना जग बोता घोड़ा चटा के लियाओ ता हुण श्री रामचंद्र जी लक्ष्मण नूं ते ना भरत नूं ते हनुमान जी नूं युद्ध नूं भेज दे देखां मैं हां कैसे भी कुसल्या सुत कहने लगा कर्म जाग पे मंदा समर करन दे वास्ते जावो के गए नंदा तू देख के शेषों ने कर नीना काल तू
युग नू तैयार हो भारत लाल तू सारथी खत्म मना मनाई संगनू नाल लग जाई बाली बजरंग नू हर वेले गल कर देसी फेर मी चाचे ते भतीजे नाल करी तेरवी दीवार लगना कारण जंगनू नाल लग जाई बाली बजरंग नू सुन ले जीव दे परकाले युग दे परकाले युद्ध दे नजदीक ऋषि दे दस दे बेटे वाल्मीक ऋषि दे सारथी दी डोर चाड़ दी पतंग नो नाल लग जाई बाली बजरंग नो बाल के सखा के तेलना ते फौजना आप साथ बैठा कुटिया च मौजना मेरे कोले लाई खिच के मलंग नो नाल लग जाई बाली बजरंग नो तुम्हें हुण प्राता जी कहाउंदा शूरवा ताजी बनाया अपना खड़ोता यग है पूरी सादिया मंगनो नाल लग जाई बाली बजरंग नो देखने जाने पर काले युद्ध के अस्त्र खोदे नाले युद्ध के दोने काले लाग मार दिन डंगनो नाल लग जाई बाली बजरंग नो काला बचन कीता स्वीकार जी चना कत हो गए युद्ध नू तैयार जी शेर दे मस्त सारंग तो लंगनो सारंग तो लंगनो नाल लेके जाई बली बजरंगनो इस पत्र वर्गे जिसने अंगा है इस नाल ले जाओ मच भी दबाया एक सूती अग है ताजी बिना अपना खड़ोता जग रहा कर दे कोई पूरी असंधिया मंग नाल लेके जाई बली बजरंग हर वेले गल करते सी फेर भी चाचे के भतीजे नाल कीती तेरे अंगद नाल ते सुजीव नाल हुण माड़ी माड़ी सोचता जाके फिर जंगली जाना बैठे हथ मारदे असी नहीं उठे जाना लड़ते भी रहिंदे नजदीक ऋषि दे दस दे आओ बेटे वाल्मीक ऋषि दे शक्ति दी लोर चाढ़दी बताऊं उस ऋषि दे विच कोई शक्ति है ओहदे नाल बच्चे लड़दे आ जाओ तुसीं इह जाया है बच्चे मारे तो ओह ऋषि नूं मेरे कोल खिच के लिआओ वी की चीज़ आ उहदे निक्के निक्के बच्चे लड़ाई जांदा आ गर्जना करी महावीर जी ने इत्थें दा वस्तु कोई नहीं है ना कोई राजधानी है ना कोई फौज है घोड़ा जरूर बद्दा खड़ा है आ गए जदों घोड़ा खुलण लगे महावीर जी तो भज के आए हम भी घोड़ा खोल साडा पाला मैं हथ दे पा के फूक मार के तहां नूं लाऊं मैंने पर्वत ला के फूका मार मार के ते थोनू हथ दे पा के मेघनाथ नूं हथ दे पाया ना महावीर जी ने जो सीता नूं छोटा जिहा पहले सिर विखाया जदों मुंदरी सिटी कि माता मैं राम दा जसूस हूं तो सीता ने डरगी नहीं कितने रावण रामा अंदर का सरूप धार लिया गया क्या नहीं माता मैं बांदरी हूँ मैं भगवान का जसूस हूँ छोटा जहा सरूप लाया सीता कहती बेटा ठीक है वो कहना सी लड़के तेन छुटा दा पर इतने ना दो हाथ पे हैं साचा दे अंका तू तो छोटा जहा वो बांदर जो तेरे नाल है वो एडे दे कि तेरे कि जिदे ही चोटी पास ला ली फिर सीता दी अखां मिल गई बेटा ठीक है ऐसे जी गल सारे मेरे को सारे चले मैं तो कुछ चीजा ना मुझे असी पृथ्वी तसा देने राम की फिर चाहिए चंगा बेटा मेरा चूड़ा नहीं लै जा राम जी जाके कह दी भी जी छाप मेरे उम्र कहती है इस वे मोर्चे पै जा एड्डी दुबली होगी मैं महीने का निशान नहीं मैं शरीर छड़ दी
ਉਹ ਮਹਾਵੀਰ ਜੀ ਗੱਲ ਨਾ ਕਰਦਾ ਕਿ ਮੈਂ ਫੂਕ ਮਾਰ ਕੇ ਤੁਹਾਨੂੰ ਕਾਸ ਮਿਲਾ ਲੂੰ। ਤਾਂ ਜਿਵੇਂ ਸੈਟ ਦੀਆਂ ਮੱਖੀਆਂ ਟੁੱਟਦੀਆਂ ਹੈ ਕਮਾਣਾ ਲੈ ਕੇ, ਬੱਚੇ ਟੁੱਟੇ ਲੜਨੇ ਨੂੰ, ਇੱਕ ਹੋਰ ਆ ਗਿਆ ਕਾਪੀ ਮਸ਼ਕੀਆਂ ਕਰਕੇ ਮਿਹਣੇ ਉਹਨਾਂ ਦੇ ਬਹੁਤ ਯਾਦ, ਮਿਹਣਾ ਵੀ ਤਾਂ ਦਾ ਕਰਕੇ ਵਿਖਾਉਂਦੇ ਸੀ। ਅਸੀਂ ਲੱਗੇ ਤਾਂ ਮਨੁਸ਼ਾਉਂਦੇ ਸੀ ਲੜਨ, ਸ਼ੁਰੂ ਮੈਂ ਇੱਕ ਅੱਗੇ ਬਾਨਰ ਕਾਪੀ ਅੱਗੇ ਲੜਨ ਵਾਸਤੇ ਹੈ, ਬੱਚੇ ਉਦਾਰੇ ਹੋ ਗਏ, ਇੱਕ ਠੋਕਰਾ ਮਾਰਦੇ ਮਹਾਵੀਰ ਜੀ ਨੂੰ, ਦੇਖਾਂ ਤਾਂ ਵਾਹ ਕਹਿ ਸੀ ਮਰਦ ਲਾਲ ਨੇ ਜਲਦੀ ਸੈਨਾ ਕਰੀ ਗਿਆ ਰਣ ਭੂਮੀ ਮੇ ਪਹੁੰਚ ਗਏ ਗਰਜੇ ਪਵਨ ਕਮਾਰਾ ਮੁੰਡਿਆਂ ਦੇ ਉੱਤੇ ਸੀ ਕਮਾਣਾ ਰੱਖੀਆਂ ਦੋਵੇਂ ਜਾਣੇ ਟੁੱਟੇ ਜੋ ਸਹਿਤ ਮੱਖੀਆਂ ਦੋਵੇਂ ਜਾਣੇ ਟੁੱਟੇ ਜੋ ਸਹਿਤ ਮੱਖੀਆਂ ਅੱਗੇ ਫਿਰ ਸਰ ਬੋਤੀ ਨਦੀ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਬੱਲੇ ਉਹ ਦਲੇਰਾ ਖੜਾ ਹੈ ਅਕੜ ਕੇ ਬੱਲੇ ਉਹ ਦਲੇਰਾ ਖੜਾ ਹੈ ਅਕੜ ਕੇ ਮੇਘਨਾਦ ਤੈਨੂੰ ਲੈ ਗਿਆ ਸੀ ਪਕੜ ਕੇ ਬੋਲਣਾ ਦੁਬਾਰਾ ਗੱਲ ਰਹਿਣ ਦੇ ਛਬੀ ਬੋਲਣਾ ਦੁਬਾਰਾ ਗੱਲ ਰਹਿਣ ਦੇ ਛਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਆ ਗਿਆ ਲੜਨ ਦੀ ਚਲਾਵੇ ਮੁੰਮਿਆਂ ਦੇ ਤੁਹਾਨੂੰ ਉਡਾ ਦੂੰ ਆਸਮਾਨ ਤੁੰਮਿਆਂ ਦੇ ਸੋਹਣੇ ਗੱਪ ਦੇਖੂ ਮਾਰਦਾ ਗੱਪੀ ਲੜਨੇ ਨੂੰ ਇੱਕ ਹੋਰ ਆ ਗਿਆ ਗੱਪੀ ਲੜਨੇ ਨੂੰ ਇੱਕ ਹੋਰ ਆ ਗਿਆ ਗੱਪੀ ਮਾਰਿਆ ਸੀ ਬੇਗੁਨਾਹ ਬਾਲੀ ਜਿਸਨੇ ਸਤਵੰਤੀ ਬਣ ਚ ਨਕਾਲੀ ਜਿਸਨੇ ਸਤਵੰਤੀ ਬਣ ਚ ਨਕਾਲੀ ਜਿਸਨੇ ਹਰ ਵੇਲੇ ਉਹਦੀ ਮਾਰਾ ਜਾਣਾ ਹੈ ਜੱਪੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਗਿਆਨੀ ਵੀ ਕੌਣ ਹੈ ਬੜਾ ਪ੍ਰਵੀਨ ਤੂੰ ਗਿਆਨੀ ਵੀ ਕੌਣ ਹੈ ਬੜਾ ਪ੍ਰਵੀਨ ਤੂੰ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਕੇ ਕੀ ਲੈਣਾ ਮੁੜ ਜੋ ਪਛਾਣੋ ਵੀਰ ਚੰਦਾ ਯਾਦ ਕਰੋਗੇ ਰਾਨ ਅਗਵਾਲ ਸਿੰਘ ਗੱਲ ਰਹਿਣ ਜੋ ਠੱਪੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਲੜਨੇ ਨੂੰ ਇੱਕ ਹੋਰ ਆ ਗਿਆ ਕਬੀ ਜਿਵੇਂ ਸਹਿਜ ਦੀਆਂ ਡੋਲੇ ਮਚਾ ਦੀਆਂ ਮੱਖੀਆਂ ਹੋਈਆਂ ਆਏ ਵਾਲ ਆ ਗਏ ਨੇ ਲੜਨ ਦੀ ਚਿੰਗਾਰੇ ਮੁੰਮਿਆਂ ਦੇ ਤਾਂ ਸਾਨੂੰ ਲਾ ਦੂੰਗਾ ਸਮਾਨ ਤੁੰਮਿਆਂ ਦੇ ਉਹ ਕਹਿੰਦੇ ਕਹਿੰਦੇ ਸੋਹਣੀ ਗੱਪ ਕੇ ਮਾਰਦਾ ਗੱਪੀ ਗੱਪੀ ਵੀ ਇਹਦੇ ਖਾਸ਼ ਹੈ ਅਜੇ ਕਰਿਆ ਕੁਛ ਨੀ ਆ ਰਹਾ ਮੈਂ ਕੁਛ ਮਾਰ ਮਾਰ ਤੁਹਾਨੂੰ ਲਾ ਬੱਲੇ ਉਹ ਦਲੇਰਾ ਖੜਾ ਹੈ ਅਕੜ ਕੇ ਮੇਘਨਾਥ ਤੈਨੂੰ ਲੈ ਗਿਆ ਸੀ ਪਕੜ ਕੇ ਉਹਦੇ ਜਨੇਬ ਵਾਲ ਚ ਵੜਨਾ ਬਣ ਖਾਸ ਹੁਣ ਮਾਂ ਗਿਰੀ ਨੇ ਜਾਣ ਕੇ ਤੋੜੀ ਨੀ ਸੀ ਵੀ ਬਣਦਾ ਤੇ ਮਾਤੀ ਹੋਊ ਤੇ ਉਹ ਮੇਰਾ ਮਾਰਿਆ ਮੈਂ ਬੱਲੇ ਉਹ ਦਲੇਰਾ ਖੜਾ ਹੈ ਅਕੜ ਕੇ ਮੇਘਨਾਥ ਤੈਨੂੰ ਲੈ ਗਿਆ ਸੀ ਪਕੜ ਕੇ ਬੋਲਣਾ ਤੋਂ ਬੋਲਾ ਕਰ ਰਹਿਣ ਦੇ ਛਪੀ ਲੜਨੇ ਨੂੰ ਹੋਰ ਆ ਗਿਆ ਕਦੇ ਮਾਰਿਆ ਸੀ ਬੇਗੁਨਾਹ ਬਾਲੀ ਜਿਸਨੇ ਸਤਵੰਤੀ ਬਣ ਚ ਨਕਾਲੀ ਜਿਸਨੇ ਹਰ ਵੇਲੇ ਉਹਦੀ ਮਾਲਾ ਜਾਂਦਾ ਹੈ ਜੱਪੀ ਜਿਹਨੇ ਬੇਗੁਨਾਹ ਬਾਲੀ ਕਾਸੀ ਦੀ ਮਾਲਾ ਮਾਰਿਆ ਸਤਵੰਤੀ ਕੋਈ ਬਣ ਚ ਨਕਾਲੀ ਤੂੰ ਉਸ ਦੀ ਮਾਲਾ ਜਪਣਾ ਅੱਗਾ ਜੇ ਉਹ ਰਾਮ ਦੇ ਨਾਲ ਲੜਦਾ ਹਰਦਾ ਉਹਦੇ ਪਾਸੇ ਦੇ ਨਾਲ ਮਾਰਦਾ ਹੁਣ ਤੁਸੀਂ ਚਲੇ ਜਾਓ ਅੱਗੇ ਹਾਲਤ ਵੇਖ ਲਿਆ ਕਿ ਸੈਨਾ ਦੇ ਗਈ ਪਈ ਕੋਲ ਨੇ ਸਮਾਨ ਅਪੜਾ ਕੇ ਪੂਛ ਨੂੰ ਹਲਮ ਬੋਲਿਆ ਹੱਥ ਕੇ ਮਾਇਆ ਨਾਲ ਸ਼ੀਲਾ ਲਾ ਕੇ ਪੂਛ ਨੂੰ ਆ ਗਿਆ ਤਾਂ ਚੱਕ ਕੇ ਪੂਛਣਾ ਵਾਲੇ ਕੰਮ ਕਰਦਾ ਸੀ ਨਾ ਦਰਖਤ ਸਾਰੇ ਬਾਹਰ ਪੂਛਣੇ ਕੱਟਿਆ ਬਾਹਰ ਕੰਮ ਕਰਕੇ ਮੁਸ਼ਕਲੀ ਕਰਕੇ ਆ ਗਿਆ ਮਰਦੂਗਾ ਵਿੱਚ ਲੈ ਗਿਆ ਛੇਲੀ ਸੰਭ ਕੇ ਕਰਨ ਤਕਰਾਰ ਨੂੰ ਉਹ ਪੂਛ ਦੇ ਘੜੇਟੇ ਨਾਲ ਲੈ ਕੇ ਬੰਨ ਕੇ ਵੱਡੇ ਪ੍ਰਕਾਰ ਜਦੋਂ ਜ਼ਿਆਦਾ ਪੁਲਿਸ ਵਾਲੀ ਨੇ ਪੁਲਿਸ ਵੱਧ ਕੇ ਉਸੇ ਪੁਲਿਸ ਨਾਲ ਮੌਕਾ ਦੇ ਲਈ ਰਾਗ ਵਾਲਾ ਬੜਾ ਸਖਤ ਕਰਵਾਇਆ ਤਾਂ ਸ਼ੂਰ ਵੀ ਫਸ ਪਏ ਯੁੱਧ ਵਿੱਚ ਬੜਾ ਘਮਸਾਨ ਪਾਇਆ ਤਾਂ ਸਾਨੂੰ ਸਿਆਲ ਵਾਸਤੇ
बड़े खैर किसे कमीर बन के चाहता हाहाकार पूछते भेटे नाल लगे बन के हसे बरकार आके फिर बड़े घंगराए ममता बचा के युद्ध के अक्षय कुमार भाल मनंतता कह नहीं आगे कुछ के तू समझ ला भी अक्षय कुमार अक्षय कुमार आपने मुंडा माता की बात बता रही या निरंत कर तू भूषण लेट के पृथ्वी ने प्रकार के मारिया है तू ओ हिसाब कुमार समझ लिया कल कुछ गया गया बालका ने होश भी खिला के कन पे तो साहबदार ने पूछते भी लेके हाल लैके कंध के वे बलकार भारी हनुमान जाना मन का जीती जुड़े ने हाथ रही फट के पुजन दोनों जाते जीती कोई पेश कर दिया लियाए ने जदीक जी ऋषि भी सन के नहीं का परवाह नहीं दूसरे ने लेके नाल लैके बन के वे बलकार बड़ा अद पुत्र आम का त्रिपुरा नष्ट करो साहब ने अंत के समझ भाई बंधु मित्रा उतारे तीनों साहब ने सुन लो सोचो किताब एक कम के कर दू रहा पूछने के लेटे नाल लगे दम के खिंच के ले गए जा रात के नाल मल गया आप चले आए सीता सुधी और कुटिया ने सीता को बढ़ा मुंह छुपाता है गोतम ने कहता है कि सीता ने सार दे कि मेरा ऐसे तरह करता रहा जो कोई छट गया आगे सीता ने आगे तुझा बड़ी बड़ा बड़ी जम बच्चे ने बन गया देख सीता रही ए तो हनुमंत है तेन किसने ललके लिया पुत्र बेटा मां जी की मैं से आ गया तुम किसने ललके लिया तेन ऐसे मिले कौन आके बली नीवी खा के बड़ी शर्म खांदा पुत्र तेन ऐसी बली कौन मिले जिन्हें मैं तुम ना बता तेरी करनी सहायता सी मुसराम ने सरबंधी ने कुछ ना के ठोक मार दी तेरी करनी सहायता सी मुसराम ने जान दीवारी ना होंदा तू मरदा पुत्र वो सामने हम तेरी सहायता करनी सी जिन्हें तेरे अगे पख करना पड़ा ना तू सुहा भी पक लिया वह वायदा कर सक लिया लंका भी तू ढाती बड़े बड़े भगवान के कार्य करे हूं तेन फिका नहीं हो मैं इतने भी तेरा पक करना है सतबंधी के घर के नेड़े कोई आ नहीं सकता सतबंधी के बच्चे है खोल मुश्का रही सीता अकबर से चलिया जाता नया सू बहा पुत्र या तेरी मुश्का मैं करवा मैं तेरे सिया लिया खुशी कर मुश्का सीता ने खुलिया फिर चले गए पतला रमी देखा तो पतला नहीं खड़े कई कई पुत्र बच्चे को मिला मार दिया भी आ गया ते राम भी तेई का मुंडा जिन्हें एक कई ने कह के दो बचे मिल गए दस रखो कि मेरे घर में ला आवाज और श्री रामचंद्र जी ने 14 साल बनवास इस गल का फिर सी जरा मर गया दस हफ्ते क्या कहते पर आज मैं दे दिया पत्नी मैंने कोई खोल नहीं पर मेरे राम वास्ते बर्वास हो वहां भी तेरे बचन दो है या एक कर बचन का तेन दो ही दिते है फिर दो पूरे कर तू क्षत्रिय है वह ठीक है कही मैं तेरे बचन दो ही पूरे करूंगा मैं क्षत्रिय हूं पर जरा पत्त वास्ते तू राज मंगी है वह मैंने पता मेरा पुतला पर तो राज लेंदा ही नहीं तू साडे घर की बर्बादी करेंगी तू मेरा काल है कस आज नहीं कर सकता तुम बच्चे कुमार दे राम की मतेई का अगे लटकाया कुछ युद्ध करने वास्ते बच्चे भक्त में ठोकर मार दिया देखा वाला कैसे मैं धन सैन हार जा बस कर गाना नरन ज्ञान दे दिया जगता ज्ञान बिना बस जाना तुम्हारी माता ने पाता सी ओ पाटक तुम्हारी माता ने तेनू राज राम दया का बन सी 14 साल प्यंकर बखा का बन सी नाल चलनी देवता तुम्हारी माता ने
ਨਾਲ ਚੱਲੀ ਮੇਰਾ ਦੁਆਰੀ ਮਾਤਾ ਨੇ ਉਹ ਮਾਤਾ ਜੀ ਉਹ ਬਾਟ ਦੁਆਰੀ ਮਾਤਾ ਨੇ ਮਾਤਾ ਜੀ ਉਹ ਬਾਟ ਦੁਆਰੀ ਮਾਤਾ ਨੇ ਸਹੀ ਵਿੱਚ ਬਿਰਦ ਮਰ ਗਿਆ ਅਵਧਪੁਰੀ ਨੂੰ ਪਿੱਛੋਂ ਸੁਣੀ ਕਰ ਗਿਆ ਅਵਧਪੁਰੀ ਨੂੰ ਪਿੱਛੋਂ ਸੁਣੀ ਕਰ ਗਿਆ ਵੱਡੀ ਵਾਸ ਭੁੱਖ ਵਾਲੀ ਮਾਤਾ ਨੇ ਮਾਤਾ ਜੀ ਉਹ ਬਾਟ ਦੁਆਰੀ ਮਾਤਾ ਨੇ ਮਾਤਾ ਜੀ ਉਹ ਬਾਟ ਦੁਆਰੀ ਮਾਤਾ ਨੇ ਮਨ ਚ ਬਣਾ ਬਲ ਚ ਕਧਾਰੇ ਜਦੋਂ ਰਘੂਵਰ ਨੇ ਪਿੱਛੋਂ ਗਈ ਉਹਨਾਂ ਨਾਲ ਮਿਲਾਪ ਕਰ ਲੇ ਪਿੱਛੋਂ ਗਈ ਉਹਨਾਂ ਨਾਲ ਮਿਲਾਪ ਕਰ ਲੇ ਫਿਰ ਬਾਦ ਤੇਰ ਕਾਲੀ ਮਾਤਾ ਨੇ ਉੱਥੇ ਫਿਰ ਬਾਦ ਤੇਰ ਕਾਲੀ ਮਾਤਾ ਨੇ ਮਾਤਾ ਜੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਮਾਤਾ ਜੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਹੋਰੀ ਸਿਆ ਕਹਿ ਜਾਈ ਤਾਣੀ ਦਾ ਉਹ ਹੋਈ ਸਿਆ ਕਹਿ ਜਾਈ ਤਾਣੀ ਦਾ ਪੁੱਤਰ ਲੜੂਗੀ ਕੋਲ ਘਾਤ ਰਾਣੀ ਦਾ ਕਾਲ ਨੂੰ ਜਲਾ ਦੇਗੀ ਹਰੀ ਮਾਤਾ ਨੇ ਕਾਲ ਨੂੰ ਜਲਾ ਦੇਗੀ ਹਰੀ ਮਾਤਾ ਨੇ ਮਾਤਾ ਸੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਮਾਤਾ ਸੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਬਾਦ ਵਿੱਚ ਬਾਦ ਵਿੱਚ ਕੰਮ ਕਰੇ ਨਲਾਇਕ ਤੂੰ ਹੁਣ ਕਿੱਥੋਂ ਆ ਗਿਆ ਰਾਮਦਾਸ ਹੈਕ ਤੂੰ ਹੁਣ ਕਿੱਥੋਂ ਆ ਗਿਆ ਰਾਮਦਾਸ ਹੈਕ ਤੂੰ ਹੁਣ ਕੋਈ ਗੱਲ ਹੈ ਵਿਚਾਰੀ ਮਾਤਾ ਨੇ ਮਾਤਾ ਜੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਮਾਤਾ ਜੀ ਉਹ ਬਾਟ ਕੇ ਤੁਹਾਡੀ ਮਾਤਾ ਨੇ ਬਈਆ ਰਾਮ ਦੀ ਮਤੇਰੀ ਦਾ ਲੜਕਾ ਆ ਗਿਆ ਜਿਹਨੇ ਸਾਰਾ ਕਰਨਾਲ ਇਹਨਾਂ ਦਾ ਬਰਬਾਦ ਕਰਿਆ ਅਵਧਪੁਰੀ ਨੂੰ ਪਿੱਛੋਂ ਸੁਣੀ ਕਰ ਗਿਆ ਉਸੇ ਵਿਯੋਗ ਚ ਫਿਰ ਮਰ ਗਿਆ ਜਿਵੇਂ ਮਾਂ ਨੇ ਵਚਨ ਮੰਗੇ ਭਗਵਾਨ ਬਣ ਨੂੰ ਰਹੇ ਉਹਦੇ ਜਾਣੇ ਕਰਕੇ ਦਸਰਥ ਮਹਿਲ ਨੂੰ ਦੇਖ ਕੇ ਮਰ ਗਿਆ ਉਹ ਹੋਈ ਸਿਆਤਾ ਰਜਾਈ ਤਾਣੀ ਦਾ ਪੁੱਤਰ ਲੜਕੀ ਕੋਲ ਘਾਤ ਰਾਣ ਦਾ ਲਛਮਣ ਅਲੱਕਾ ਬਣ ਨੂੰ ਗਿਆ ਸੀਤਾ ਨਾਲ ਐਵੇਂ ਵੀ ਇਹਦੀ ਮਾਤਾ ਦੇ ਪੈਰ ਤੋਂ ਸਾਰੇ ਕਾਰਜ ਹੋਏ ਬਣ ਚ ਭਣਾਰੇ ਜਦੋਂ ਰਘੂਵਰ ਨੇ ਪਿੱਛੋਂ ਗਈ ਉਹਨਾਂ ਦਾ ਦਰਸ਼ ਕਰ ਲਿਆ ਜਦੋਂ ਆਪਦੇ ਆਪ ਦਾ ਬਣ ਚ ਕਢਾਏ ਫਿਰ ਉਹਨਾਂ ਦੇ ਨਾਲ ਆਣੀਆਂ ਦਾ ਉਹ ਦਰਸ਼ਨ ਕਰਨ ਦੀ ਗਈ ਕੀ ਹੱਕ ਸੀ ਉਹਦਾ ਜਾਣ ਦਾ ਕੌਸਲਿਆ ਸੁਮਿਤਰਾ ਜਾਣ ਫਿਰ ਉਹਨਾਂ ਦੇ ਨਾਲ ਆ ਕੇ ਚੜਾਇਆ ਉਸਦੇ ਉਹ ਬੱਚੇ ਕਹਿੰਦੇ ਉਹ ਦੱਸਿਆ ਕਿ ਕਪੇਈ ਦੇ ਪੈਰ ਦਾ ਕਲੰਦਰਾ ਟਿੱਕਾ ਸੁਮਿਤਰਾ ਲੋਕ ਲੜਕੀਆਂ ਦਾ ਨਾਮ ਕਰੀ ਜਾਂਦੇ ਆ ਕੌ ਸੰਧਿਆ ਕਰੀ ਜਾਂਦੇ ਆ ਕਿਸੇ ਨੇ ਕਪੇਈ ਨਾ ਧਰਿਆ ਕਿਸੇ ਲੜਕੀ ਦਾ ਨਾ ਕਿਸੇ ਖੋ ਕਪੇਈ ਧਰਿਆ ਨਹੀਂ ਉਹਦੇ ਨਾਮ ਕਲੰਕ ਆ ਦਾਦੇ ਲੋਕ ਨਾਮ ਕਰੇ ਕਪੇਈ ਨੇ ਤਾਂ ਇਹ ਕਰਤਾ ਸੀ ਸ਼੍ਰੀ ਰਾਮਚੰਦਰ ਜੀ ਨੇ ਇਹ ਉਹਦਾ ਲੜਕਾ ਅਸੀਮਕਾਰ ਪਾਤਲਾ ਦੇ ਨਾਲ ਜੁੱਟ ਹੋਇਆ ਉਹ ਵੀ ਬੱਚਿਆਂ ਨੇ ਮੁਰਸ਼ਿਤ ਕਰਤਾ ਲੋਕਾਂ ਨੇ ਨਾ ਦੱਸਿਆ ਜਿਹੜੇ ਜਸੂਰ ਸੀ ਮਹਾਰਾਜ ਪਰਤਲਾਲ ਵੀ ਮੁਰਸ਼ਿਤ ਹੋ ਗਿਆ ਮਹਾਵੀਰ ਜੀ ਵੀ ਪਕੜੇ ਗਏ ਤਾਂ ਭਗਵਾਨ ਕਹਿੰਦੇ ਵੀ ਹਾਂ ਮੈਨੂੰ ਜਾਣਾ ਦੂਰ ਹੋ ਸਕਦੀ ਰਹਿ ਨਹੀਂ ਗਿਆ ਚਾਰ ਕੋਲੇ ਦੀ ਬੱਗੀ ਜੋੜ ਕੇ ਭਗਵਾਨ ਉਸ ਜੰਗ ਦੇ ਆਏ ਆ ਰਾਸ ਰੋਕ ਲਿਆ ਉਸ ਮਦਾਨ ਦੇ ਜਟੇ ਖੜੇ ਹੈ ਸਿਪਾ ਸਲਾਰ ਬੋਵੇ ਮੇਰੇ ਭਾਈਆਂ ਦੇ ਲੜਨ ਦੇ ਯੋਗ ਨਾ ਸੀ ਉਹਦੇ ਦੇਖਣੇ ਵਿੱਚ ਬਰਿਆ ਬੋਵੇ ਇਹ ਮੇਰੇ ਭਾਈਆਂ ਦੇ ਲੜਨ ਦੇ ਯੋਗ ਕਿੱਥੇ ਸੀ ਦਾ ਬੜੇ ਸ਼ੀਲੀ ਨੂੰ ਲੱਗੇ ਹੁਣ ਮੇਰਾ ਸੁਰ ਬਿਰਤਾ ਨਹੀਂ ਉਹ ਮੇਰਾ ਪਰਿਵਾਰ ਸਾਡਾ ਇਹਨਾਂ ਨੇ ਖਤਮ ਕਰਿਆ ਉਹ ਬੱਚਿਓ ਤਰੋਕੀ ਦਾ ਨਾਥ ਮੈਂ ਤੁਹਾਡੇ ਸਾਹਮਣੇ ਇਹਨੂੰ ਕਰਨ ਵਾਸਤੇ ਆ ਗਿਆ ਅੱਜ ਤਾਈ ਮੈਂ ਕਿਸੇ ਸ਼ੂਰਵੀ ਨੂੰ ਹਰਿਆ ਨਹੀਂ ਮਰ ਪੈਣ ਤੋਂ ਹਿਲ ਕਸਰ ਹਨਾਸ਼ ਆਰਾਮ ਕੁੰਭ ਕਰ ਦਾਂਤ ਵਕਤ ਸਿਸ ਨਾਲ ਇਤਿਆਦੀ ਮੈਂ ਸ਼ੂਰ ਮੈਂ ਬੜੇ ਬੜੇ ਦਾਇਤ ਮਾਰੇ ਮੈਂ ਜਿੱਤਿਆ ਨਹੀਂ ਕਿਸੇ ਨੂੰ ਕਿਹਾ ਹੁਣ ਤੁਹਾਡੇ ਸਾਹਮਣੇ ਮੇਰੇ ਭਰਾ ਦਾ ਤੁਸੀਂ ਮੁਰਸ਼ਿਦ ਕਰਦੇ ਹੁਣ ਮੇਰੇ ਨਾਲ ਤੁਹਾਡਾ ਵੀ ਕਰੋ ਮੈਂ ਤਰੋਕੀ ਦਾ ਨਾਥ ਨੂੰ ਤੁਹਾਡੇ ਜੀ ਠੀਕ ਹੈ ਤਰੋਕੀ ਦੇ ਨਾਥ ਨੂੰ ਅਸੀਂ ਭਾਲਦੇ ਸੀ ਇਹਨਾਂ ਨਾਲ ਅਸੀਂ ਨਾਥ ਹੀ ਲੜੇ ਹਾਂ ਮਾਲਕ ਕਹਾਉਣਾ ਤਰਲੋਕੀ ਸਾਰੀ ਦਾ ਤੇਰੀ ਅਸੀਂ ਖਸਲਤਾ ਦੱਸਦੇ ਹਾਂ ਇੱਕ ਬੱਚੇ ਸ੍ਰੀ ਰਾਮ ਚੰਦਰ ਜੀ ਨੂੰ ਭਗਵਾਨ ਨੂੰ ਆਪਦੇ ਪਿਤਾ ਨੂੰ ਜਵਾਬ ਕਰਦੇ ਆ ਵੇਖਾਂ ਭਲਾ ਰਾਮ ਕਹੇ ਫਿਰ ਵਾਲ ਲੜੋ ਹਮਾਰੇ ਖੜਾ ਤੁਹਾਰੇ ਸਾਹਮਣੇ ਤਰਲੋਕੀ ਗਾਨਾ ਪੁੱਤਰ ਅੱਗੋ ਕਾਲੀ ਸ਼ਾਮ ਨੂੰ ਸੁਣਾਉਂਦੇ ਪੁੱਤਰ ਬਿਨਾ ਤੂੰ ਸਾਥੋਂ ਬਿਨਾ ਤੂੰ ਨਾ ਕਿਸੇ ਤੋਂ ਠਾਰੀ ਦਾ ਮਾਲਕ ਕਹਾਵੇ ਤਾਰੇ ਲੋਕੀ ਸਾਰੀ ਦਾ ਜੇ ਤੇ
ਬੰਨਿਆ ਗਿਰਸ਼ਾਂ ਦੇ ਨਾਲੇ ਆਵ ਖਾਈਏ ਬੰਨਿਆ ਸੀ ਚਾਹੋ ਥੋਨੂੰ ਨਾਗਾ ਜਾਰੀ ਦਾ ਥੋਨੂੰ ਨਾਗਾ ਜਾਰੀ ਦਾ ਮਾਲਕ ਕਹਾਵੇ ਤਾਂ ਲੋਕੀ ਸਾਰੀ ਦਾ ਸਾਡੇ ਨਾਲ ਲੜੇ ਕੀ ਤੁਸਾਂ ਦੀ ਸੱਤਿਆ ਤੇਰੀ ਫੇਰ ਕੀਤੀ ਹੈ ਬਰਮ ਹੱਤਿਆ ਸੀ ਰਾਵਣ ਬਰਮ ਚਾਰੀ ਦਾ ਉਹ ਬਰਮ ਚਾਰੀ ਦਾ ਮਾਲਕ ਕਹਾਣੇ ਤਰ ਲੋਕੀ ਸਾਰੀ ਦਾ ਉਹ ਲੱਗਦਾ ਨੀ ਪਤਾ ਕੀ ਤੁਹਾਰੇ ਮਨ ਮੈਂ ਵੇਖਣਾ ਹੀ ਸੀਤਾ ਪਟਕਾਈ ਬਨ ਮੈਂ ਬੁਰਾ ਹਾਲ ਕੀਤਾ ਜਾਨਨੀ ਹਮਾਰੀ ਦਾ ਉਹ ਜਾਨਨੀ ਹਮਾਰੀ ਦਾ ਮਾਲਕ ਕਹਾਣੇ ਤਰ ਲੋਕੀ ਸਾਰੀ ਦਾ ਦੱਸਾਂਗੇ ਤੁਹਾਰੇ ਪਰਦੇ ਫਰੋਲ ਕੇ ਘੋੜਾ ਸਾਡਾ ਬੱਦਾ ਹੈ ਵਖਾਣੇ ਖੋਲ ਕੇ ਬੋਲਾਂਗੇ ਹੰਕਾਰ ਪਲ ਮੇਹਕਾਰੀ ਦਾ ਪਲ ਮੇਹਕਾਰੀ ਦਾ ਮਾਲਕ ਕਹਾਣੇ ਤਰ ਲੋਕੀ ਸਾਰੀ ਦਾ ਗਾਲੀਆਂ ਸੁਣਾਈਏ ਕੀ ਜੋ ਤੈਨੇ ਕੀਤੀਆਂ ਭਗਵਾਨ ਹੋ ਕੇ ਕਰ ਦਇਆ ਨੀਤੀਆਂ ਆਪ ਗਲ ਪੁੱਟੇ ਆਵਦੇ ਪਜਾਰੀ ਦਾ ਆਵਦੇ ਪਜਾਰੀ ਦਾ ਮਾਲਕ ਕਹਾਣੇ ਤਰ ਲੋਕੀ ਸਾਰੀ ਦਾ ਆਹ ਕੁਛ ਕਰਿਆ ਤੇ ਲੋਕੀ ਦੇ ਨਾਲ ਜਿਹੜਾ ਤੇਰਾ ਛੂਆ ਦਲੇਰ ਮੰਨਿਆ ਗਿਰਸ਼ਾਂ ਦੇ ਨਾਲ ਆਪ ਖਾਈਏ ਕਹਿੰਦੇ ਹੋਇਆ ਸੀ ਇਹ ਚੰਦ ਤੁਹਾਨੂੰ ਲੰਕਾ ਜਾਰੀ ਦਾ ਜਿਹੜਾ ਕਿਹੜਾ ਆਉਂਦਾ ਸੀ ਲੰਕਾ ਫੁਰਤੀ ਜਿਹੜਾ ਕਿਹੜਾ ਆਉਂਦਾ ਹਾਂ ਅੱਜ ਦਾ ਸਾਰਿਆਂ ਤੋਂ ਵੱਡਾ ਮੰਨਿਆ ਤੈਨੂੰ ਦਰਖਤ ਬੰਨਿਆ ਬਖਾਈ ਸਾਡੇ ਨਾਲ ਲੜੇ ਕਿ ਤੁਸਾਂ ਦੀ ਸੱਤਿਆ ਤੇਰੀ ਫਿਰ ਕੀਤੀ ਹੈ ਬਰਮ ਹੱਤਿਆ ਕੱਟਿਆ ਸੀ ਸਰਾਬ ਨੂੰ ਬਰਮ ਚੱਲ ਚਾਰ ਵੇਲ ਦਾ ਵਰਤਾ ਤੂੰ ਇਕਬਾਲ ਨੂੰ ਮਾਰ ਕੇ ਆਇਆ ਬਾਲੀਆਂ ਸੁਣਾਈਆਂ ਵੀ ਜੋ ਤੈਨੇ ਕੀਤੀਆਂ ਭਗਵਾਨ ਹੋ ਕੇ ਕਰਦਾ ਨੀਤੀਆਂ ਉਹ ਆਪ ਗਲ ਪੁੱਟਿਆ ਆਪਦੇ ਪਜਾਰੀ ਦਾ ਮਾਲਕ ਕਹਾਣਾ ਕਰੇ ਸਾਰੀ ਦਾ ਲੱਗਦਾ ਨੀ ਪਤਾ ਕਿ ਤੁਹਾਰੇ ਮਨ ਮੈਂ ਵੇਖਣਾ ਨੀ ਸੀਤਾ ਭੜਕਾਈ ਬੰਨ ਮੈਂ ਬੁਰਾ ਹਾਲ ਕੀਤਾ ਜਨਮੀ ਹਮਾਰੀ ਦਾ ਹਮਾਰੀ ਮਾਤਾ ਦਾ ਤੂੰ ਬੁਰਾ ਹਾਲ ਕਰਿਆ ਦਸਖਾਂ ਨੇ ਤੁਹਾਰੇ ਪਰਦੇ ਫਰੋਲ ਕੇ ਘੋੜਾ ਸਾਡਾ ਬੰਦਾ ਹੈ ਵਿਖਾ ਦੇ ਖੋਲ ਕੇ ਵੇਖੀਏ ਬਲ ਕਿੰਨਾ ਕੁ ਬਲਕਾਰੀ ਦਾ ਤੇਰੇ ਤੈਨੂੰ ਦਲੀ ਨੂੰ ਅਸੀਂ ਵੇਖ ਲਈਏ ਮੈਂ ਉਦੋਂ ਵਾਲਮੀਕ ਰਿਸ਼ੀ ਨੇ ਆਖਿਆ ਕਈ ਰਾਮ ਆਇਆ ਕਿ ਭਗਵਾਨ ਨੂੰ ਮੁਸ਼ਕ ਕੀਤਾ ਬੱਚਿਆਂ ਨੇ ਪਰ ਬਾਲਮੀਕ ਰਿਸ਼ੀ ਕਹਿੰਦੇ ਜੇ ਨਹੀਂ ਸੀ ਪਿਤਾ ਪਿਤਾ ਪੁੱਤਰ ਦਾ ਯੁੱਧ ਨਹੀਂ ਹੋਣਾ ਚਾਹੀਦਾ ਸੀਤਾ ਨੂੰ ਨਾਲ ਲੈ ਕੇ ਮਹਾਂਵੀਰ ਜੀ ਕੋਲ ਨਾਲ ਲੈ ਕੇ ਬੇਟਾ ਠਹਿਰ ਜਾ ਰਿਸ਼ੀ ਕਹਿੰਦਾ ਮਾਰੇ ਹੋਣਾ ਬੇਟਾ ਇਹ ਤੁਹਾਡਾ ਸਭ ਤਾਂ ਇਹ ਤੁਹਾਡਾ ਪਿਤਾ ਤੁਹਾਡੇ ਲੜਨ ਦੇ ਯੋਗ ਨਹੀਂ ਪਿਤਾ ਪੁੱਤਰ ਦਾ ਯੁੱਧ ਹੋਣਾ ਨਹੀਂ ਕਰਨਾ ਕਮਾਣਾ ਢਿੱਲੀਆਂ ਕਰ ਦਿਓ ਬੱਚਿਆਂ ਦਾ ਕਮਾਣਾ ਢਿੱਲੀਆਂ ਕਰਦੀਆਂ ਵਾਲਮੀਕ ਜੀ ਸੀਤਾ ਨੂੰ ਨਾਲ ਲੈ ਕੇ ਆ ਗਏ ਰਾਹ ਚਰਨੀ ਪੈ ਗਏ ਵਾਲਮੀਕ ਜੀ ਦੇ ਮਹਾਰਾਜ ਆਹ ਜੋ ਦੋ ਬੱਚੇ ਹੈ ਕਿਸ ਕੇ ਪੁੱਤਰ ਹੈ ਸਰ ਜਿੱਤਾ ਤਰੋਕੀ ਨੇ ਹੋਇਆ ਨਹੀਂ ਨਾ ਨਾ ਮਾਰਦਾ ਹੋਇਆ ਨਾ ਬਾਣਾ ਸੁਰਦਾ ਹੋਇਆ ਤਾਂ ਵਾਲਮੀਕ ਜੀ ਕਹਿੰਦੇ ਇਹ ਮਹਾਰਾਜ ਤੁਹਾਰੇ ਹੀ ਲੱਗੇ ਇਹ ਤੈਨੂੰ ਸਤਿਗੁਰੂ ਦਾ ਸਤ ਵਿਖਾਇਆ ਗਿਆ ਕਿ ਸਤਿਗੁਰੂ ਦੀਆਂ ਚੈਤਨੀ ਸ਼ਕਤੀ ਇਹ ਹਮਾਰੇ ਪੁੱਤਰ ਸੀਤਾ ਦੇ ਹਾਂ ਲਕਸ਼ਮਣ ਸੀਤਾ ਨੂੰ ਸੁਗੰਧ ਲਾ ਕੇ ਪੁੱਛ ਵੀ ਹਮਾਰੇ ਲੜਕੇ ਲਾ ਪੁੱਛ ਤਾਂ ਲਕਸ਼ਮਣ ਕਹਿੰਦਾ ਮਾਤਾ ਤਾਂ ਰਾਮ ਹੀ ਬਾਪ ਕਹਿੰਦਾ ਕਿ ਲਾ ਕੁਛ ਤੁਹਾਰੇ ਲੜਕੇ ਆ ਹਾਂ ਸੀਤਾ ਕਹਿੰਦੀ ਸੀਤਾ ਕਹਿੰਦੀ ਸੋ ਫਰਜੰਦ ਮੇਰੇ ਪੂਰਾ ਹੋ ਗਿਆ ਅੱਜ ਤੋਂ ਜੋਰ ਮੇਰਾ ਰਹੀ ਪੜਦ ਦੀ ਵਿੱਚ ਬਲਾਸਤੀ ਦੇ ਨਹੀਂ ਮੋਟਿਆ ਕਿਸੇ ਨੇ ਮੋਗ ਮੇਰਾ ਝੂਠ ਮਾਰਦੀ ਤੁਸਾਂ ਦੇ ਪਾਰ ਲਸਮਾ ਝੂਠ ਮਾਰਦੀ ਤੁਸਾਂ ਦੇ ਪਾਸ ਲਕਸ਼ਮਣ ਰਹੇ ਰਾਮ ਦੇ ਸਾਥ ਵੀ ਯੋਗ ਮੇਰਾ ਇੰਨਾ ਕਹਿ ਕੇ ਸਮਾ ਗਈ ਪ੍ਰਿਥਵੀ ਮੇ ਇਸ ਕਥਾ ਦਾ ਪੈ ਗਿਆ ਭੋਗ ਮੇਰਾ ਬੇਟਾ ਹਮਾਰੇ ਲੜਕੇ ਐਤਨਾ ਤੱਕ ਪ੍ਰਿਥਵੀ ਪੁੱਤਰੀ ਹੈ ਨਾ ਧਰਤੀ ਮੇ ਸਮਾ ਗਈ ਭਗਵਾਨ ਗੁਫਤਾਰ ਘਾਟ ਮੇ ਜਾ ਕੇ ਅਟਲ ਪਦਵੀ ਦੇ ਗਏ ਮਹਾਵੀਰ ਜੀ ਨੂੰ ਫਿਰ ਅਸੀਂ ਬਾਣੀਆਂ ਵੀ ਸਾਈ ਚਲੇ ਗਏ ਜੀਰੇ ਸੀ ਰਾਮ ਨੂੰ ਵੀ ਭਗਵਾਨ ਦਾ ਜਨਮ ਸੀ ਸਾਇਆ ਸੀ ਲਾਲ ਕੁਛ ਉਹ ਬਾਣੀ ਵਾਲੇ ਜੀ ਜੇ ਲਾਲ ਕੁਛ ਸੁਣੀਏ ਰਾਮ ਤੇ ਨਹੀਂ ਚਲੀ ਰਹਿੰਦੀ ਜੇ ਲਾਲ ਕੁਛ ਸੁਣਨਾ ਉਹ ਮੇਲੇ ਦਿੰਦੇ ਭਗਵਾਨ ਨੂੰ ਮਿਲਦੇ ਮੁਸ਼ਕਿਲ ਕਰਕੇ ਅਗੇ ਸੁਣਾਇਆ ਨਾ ਤੁਸੀਂ ਚੰਗਾ ਪਰ ਲਾਲ ਕੁਛ ਸੁਣਨੇ ਕਰਕੇ ਤੇ ਰਾਮ ਦੇ ਉੱਤੇ ਨਿਸ਼ਚਾ ਨਹੀਂ ਆਉਂਦਾ ਤਾਂ ਅਖੀ ਰਾਮ ਐਸਾ ਕੰਡ ਹੀ ਲਾਲ ਕੁਛ ਹੈ ਅਟਲ ਪਦਵੀ ਦੇ ਕੇ ਮਹਾਵੀਰ ਜੀ ਨੂੰ ਭਗਵਾਨ ਦੀ ਮਾਇਆ ਆਪ ਹੀ ਸੀ ਉਹਨਾਂ ਬਾਬਾ ਨੂੰ ਹਕਾਰ ਸੀ ਭਗਵਾਨ ਗਲ ਕਰਾਰੀ ਰਹੇ ਸੀ ਮਾਇਆ ਕੇ ਸੀਵਨ ਗਲ ਕੇ ਬੱਚਿਆਂ ਵੀ ਉਹਨਾਂ ਦੇ ਹਦਾਰ ਕਰਾਏ ਤਾਂ ਭਗਵਾਨ ਵੀ ਅਲੋਪ ਹੋ ਗਏ ਤਾਂ ਬੜੇ ਬਸੰਤ ਸਵਾਰੀ ਬੜੇ ਕਵੀ ਪੁਰਾਣੇ ਬੜੀਆਂ ਸੁਣਦੇ ਇਹਨਾਂ ਦੀਆਂ ਕਰਤਾਂ ਤੇ ਇਹਨਾਂ ਦੇ ਨਾਲ ਸਾਰਾ ਜਥਾ ਪੁਰਾਈ ਪ੍ਰੇਮ ਨਾਲ
ਹੋਰ ਵੀ ਜਥੇ ਸਾਰਿਆਂ ਦੇ ਸੁਣੋ ਤੇ ਰੌਲਾ ਉਹ ਤੁਸੀਂ ਆਪ ਹੀ ਨਹੀਂ ਪਾਉਂਦੇ ਤੁਹਾਨੂੰ ਕੀ ਕਹਿਣਾ ਸਾਡੀ ਜ਼ਬਾਨ ਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨੀ ਫਤਿਹ ਦਾ ਜਵਾਬ ਫਤਿਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ।